ਭਾਈ ਕੀ ਸੋਚ ਰਿਹਾ ਭਾਈ ਸੋਚਦਾ ਕਿ ਕੋਈ ਇੰਸ਼ੋਰੈਂਸ ਪਾਲਿਸੀ ਕਰਵਾ ਲਵਾਂ ਚੰਗੀ ਹੁੰਦੀ ਹੈ ਪਰ ਸਮਝ ਨਹੀਂ ਆ ਰਿਹਾ ਕਰਵਾਵਾਂ ਕਿੱਥੋਂ ਉਹ ਜ਼ਿਆਦਾ ਨਾ ਸੋਚ ਸਿੱਧਾ ਜਾ ਹਰਜਿੰਦਰ ਸੰਧੂ ਹੁਣਾਂ ਕੋਲ ਅਸੀਂ ਸਾਰਿਆਂ ਨੇ ਵੀ ਆਪਣੀਆਂ ਸਾਰੀਆਂ ਪਾਲਿਸੀਆਂ ਉਹਨਾਂ ਤੋਂ ਹੀ ਕਰਵਾ ਲਈਆਂ ਨੇ ਅੱਛਾ ਪਰ ਉਹ ਕਿਉਂ ਹਰਜਿੰਦਰ ਪ੍ਰੋਵਾਈਡ ਕਰਦੇ ਨੇ ਸਹੀ ਐਡਵਾਈਸ ਤੇ ਤੁਹਾਡੀ ਪਾਲਿਸੀ ਨੂੰ ਇੰਸ਼ੋਰੈਂਸ ਕੰਪਨੀ ਨੂੰ ਸਹੀ ਤਰੀਕੇ ਨਾਲ ਪ੍ਰੈਜੈਂਟ ਕਰਦੇ ਨੇ ਤਾਂ ਕਿ ਆਪਾਂ ਨੂੰ ਪੀਸ ਆਫ ਮਾਈਂਡ ਰਵੇ ਇਹਨਾਂ ਦੀ ਸਰਵਿਸ ਵੀ ਬਹੁਤ ਕਮਾਲ ਦੀ ਹੈ ਮੈਂ ਅੱਜ ਹੀ ਫੋਨ ਕਰਦਾ ਹਰਜਿੰਦਰ ਨੂੰ ਨੰਬਰ ਦੱਸਿਓ ਤੁਸੀਂ ਵੀ ਨੋਟ ਕਰੋ 416-608-7000 ਕੋਈ ਵੀ ਲਾਈਫ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਸੁਪਰ ਵੀਜ਼ਾ ਵਿਜ਼ਿਟਰ ਇੰਸ਼ੋਰੈਂਸ ਜਾਂ ਫਿਰ ਬੱਚਿਆਂ ਦੇ ਲਈ ਐਜੂਕੇਸ਼ਨ ਪਲਾਨ RESP ਲਈ ਯਾਦ ਰੱਖੋ ਹਰਜਿੰਦਰ ਸੰਧੂ 416-668-7000 ਵੈਬਸਾਈਟ harjindersandhu.ca जी हाँ मोटर कार का तो मालूम नहीं लेकिन आपको आपके बंगले तक पहुंचाएंगे जी हाँ मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 6477022023 647-702-23 18 ਯੂਨਿਟ ਨੰਬਰ 24 ਸਿੰਘ ਕਿਚਨ .com ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਐਂਡ ਗੁੱਡ ਈਵਨਿੰਗ ਜੀ ਸਾਰਿਆਂ ਨੂੰ ਮੈਂ ਤੁਹਾਡਾ ਛੋਟਾ ਵੀਰ ਰਾਜਿੰਦਰ ਸਿੰਘ ਤੇ ਤੁਸੀਂ ਸੁਣ ਰਹੇ ਹੋ ਸਾਂਝ ਰੇਡੀਓ ਟੋਰਾਂਟੋ ਹੋਰ ਸੁਣਾਓ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਤੰਦਰੁਸਤ ਤੇ ਪੂਰਾ ਵੀਕਐਂਡ ਪੂਰੇ ਵਧੀਆ ਤਰੀਕੇ ਦੇ ਨਾਲ ਇੰਜੋਏ ਕਰ ਰਹੇ ਹੋਵੋਗੇ ਤੇ ਹੁਣ ਸੰਡੇ ਦੀ ਈਵਨਿੰਗ ਤੇ ਅੱਜ ਆਪਣਾ ਜਿਹੜਾ ਸਮਾਂ ਹੈਗਾ ਪੂਰਾ 3 ਘੰਟੇ ਦੋਸਤੋ 3 ਘੰਟੇ ਪੂਰੀ ਬੱਲੇ ਬੱਲੇ ਹੋਊਗੀ ਕਿਉਂਕਿ ਅੱਜ ਦਾ ਜਿਹੜਾ ਸ਼ੋਅ ਹੈਗਾ 8 ਤੋਂ 11 ਤੇ ਤੁਹਾਡੇ ਲਈ ਨੰਬਰ
ਜੇ ਤੁਸੀਂ ਕਾਲ ਕਰਨੀ ਹੈਗੀ ਸਟੂਡੀਓ ਦੇ ਵਿੱਚ 905-673-3337 ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਸੁਣ ਰਹੇ ਹੋ ਸਾਂਝ ਰੇਡੀਓ ਟੋਰਾਂਟੋ। ਹੋਰ ਸੁਣਾਓ ਕੀ ਹਾਲ ਚਾਲ ਹੈ, ਉਮੀਦ ਕਰਦੇ ਹਾਂ ਸਾਰੇ ਜਾਣੇ ਤੰਦਰੁਸਤ ਹੋਵੋਗੇ, ਠੀਕ ਠਾਕ ਹੋਵੋਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਅੱਜ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈਗਾ 3 ਘੰਟੇ ਰਹੇਗਾ ਤੇ ਤੁਹਾਨੂੰ ਅੱਜ ਗਾਣੇ ਵੀ ਸੁਣਾਵਾਂਗੇ ਤੇ ਜਿਵੇਂ ਕਿ ਸਾਡੇ ਸਰੋਤਿਆਂ ਨੂੰ ਪਤਾ ਹੈ ਅੱਜ ਬਹੁਤ ਵੱਡਾ ਦਿਨ ਹੈ, ਅੱਜ ਬਹੁਤ ਵੱਡਾ ਦਿਨ ਹੈਗਾ ਤੇ ਵੈਸੇ ਤਾਂ ਇਹ ਜਿਹੜਾ ਦਿਨ ਹੈ ਮੇਰੇ ਅਕੋਰਡਿੰਗ ਸਾਡੇ ਸਾਰਿਆਂ ਦੇ ਅਕੋਰਡਿੰਗ ਸਾਂਝ ਰੇਡੀਓ ਟੋਰਾਂਟੋ ਦੇ ਅਕੋਰਡਿੰਗ ਐਵਰੀ ਡੇ ਹੀ ਹੋਣਾ ਚਾਹੀਦਾ ਤੇ ਪਰ ਜੋ ਅੱਜ ਦੇ ਸਮੇਂ ਦੇ ਵਿੱਚ ਜੋ ਇਨਸਾਨੀਅਤ ਨੇ ਚੀਜ਼ਾਂ ਬਣਾਈਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਵੀ ਫੋਲੋ ਕਰਦੇ ਹਾਂ ਪਰ ਐਵਰੀ ਡੇ ਜਦੋਂ ਵੀ ਕੋਈ ਚੀਜ਼ ਹੁੰਦੀ ਹੈ ਜਿਵੇਂ ਮਾਂ ਦਾ ਜਿਹੜਾ ਦਰਜਾ, ਮਾਂ ਨੂੰ ਜੋ ਦਰਜਾ ਦਿੱਤਾ ਗਿਆ ਦੁਨੀਆਂ ਦੇ ਵਿੱਚ ਆਈ ਥਿੰਕ ਸਭ ਤੋਂ ਵੱਡਾ ਦਰਜਾ ਮਾਂ ਨੂੰ ਹੀ ਦਿੱਤਾ ਗਿਆ, ਪਰਮਾਤਮਾ ਤੋਂ ਪਹਿਲਾਂ ਹੀ ਮਾਂ ਨੂੰ ਦਰਜਾ ਦਿੱਤਾ ਗਿਆ ਤੇ ਅੱਜ ਗੱਲਾਂ ਉਸੇ ਤਰੀਕੇ ਨਾਲ ਕਰਾਂਗੇ, ਪਰਿਵਾਰਕ ਗੱਲਾਂ ਕਰਾਂਗੇ ਤੁਹਾਡੇ ਲਈ। ਸਟੂਡੀਓ ਦਾ ਨੰਬਰ 905-673-3337। ਇੱਕ ਗਾਣਾ ਸੁਣਾਵਾਂਗਾ ਪਹਿਲਾਂ ਤੇ ਉਮੀਦ ਕਰਦੇ ਤੁਹਾਨੂੰ ਪਸੰਦ ਆਏਗਾ ਤੇ ਇਹ ਗਾਣਾ ਅੱਜ ਦੇ ਦਿਨ ਨੂੰ ਢੁਕਦਾ ਹੋਇਆ, ਅੱਜ ਦੇ ਦਿਨ ਨੂੰ ਕਹਿੰਦਾ ਹੋਇਆ ਆਪਦੇ ਜ਼ੁਬਾਨੀ। ਉਹ ਤੋਂ ਬਾਅਦ ਕਾਲਸ ਵੀ ਆ ਰਹੀਆਂ ਨੇ ਥੋੜ੍ਹੀ ਦੇਰ ਦੇ ਵਿੱਚ, ਮੈਂ ਥੋੜ੍ਹਾ ਟੌਪਿਕ ਦੱਸਾਂਗਾ ਦੋਸਤੋ ਤੇ ਅੱਜ ਇੱਕ ਚੀਜ਼ ਮੈਂ ਹੋਰ ਦੱਸਦਾ, ਅੱਜ ਥੋੜ੍ਹੀ ਦੇਰ ਦੇ ਵਿੱਚ ਸਾਡੇ ਨਾਲ ਕੋਸ਼ਿਸ਼ ਕਰਦੇ ਹਾਂ ਜਲਦੀ ਤੋਂ ਜਲਦੀ ਕਨੈਕਟ ਕਰਨ ਦੀ। ਇੱਕ ਬਹੁਤ ਅੱਛਾ ਗਾਣਾ ਰਿਲੀਜ਼ ਹੋਇਆ ਸਪੈਸ਼ਲੀ ਅੱਜ ਦੇ ਦਿਨ ਵਾਸਤੇ। ਸਾਡੇ ਸਰੋਤੇ ਪੁੱਛ ਰਹੇ ਹੋਣਗੇ ਵੀ ਅੱਜ ਦਾ ਕਿਹੜਾ ਦਿਨ ਹੈ, ਵੈਸੇ ਸਾਰਿਆਂ ਨੂੰ ਪਤਾ ਇਸ ਕਰਕੇ ਮੈਂ ਬੋਲ ਨਹੀਂ ਰਿਹਾ, ਮੈਂ ਚਾਹੁੰਦਾ ਤੁਸੀਂ ਕਾਲ ਕਰਕੇ ਦੱਸੋ 905-673-3337 ਤੇ ਕਾਲ ਕਰਕੇ ਦੱਸੋ ਵੀ ਅੱਜ ਕਿਹੜਾ ਦਿਨ ਹੈਗਾ ਤੇ ਦਿਨ ਦੇ ਅਕੋਰਡਿੰਗ ਅੱਜ ਦੇ ਅੱਜ ਵੀ ਇੱਕ ਬੜੀ ਅੱਛੀ ਇੱਕ ਗਾਣਾ ਇੱਕ ਸੌਂਗ ਰਿਲੀਜ਼ ਹੋਇਆ, ਉਹਦੇ ਪਿੱਛੇ ਉਸ ਗਾਣੇ ਦੇ ਪਿੱਛੇ ਕੀ ਰੀਜ਼ਨ ਹੈਗਾ ਉਹ ਵੀ ਤੁਹਾਨੂੰ ਦੱਸਾਂਗੇ ਥੋੜ੍ਹੀ ਦੇਰ ਦੇ ਵਿੱਚ। ਉਸ ਸੌਂਗ ਦੇ ਜਿਹੜੇ ਮੇਨ ਆਰਟਿਸਟ ਨੇ ਜਿਹੜੇ ਬੱਚੇ ਨੇ 10 ਸਾਲ ਦਾ ਤੇ 14 ਸਾਲ ਦਾ, ਜੋ ਬੇਟੀਆਂ ਨੇ ਉਹਦੇ ਵਿੱਚ ਰੋਲ ਅਦਾ ਕੀਤਾ ਹੈਗਾ, ਉਹਨਾਂ ਨੂੰ ਲੈ ਕੇ ਆਵਾਂਗੇ ਅੱਜ ਸਟੂਡੀਓ ਦੇ ਵਿੱਚ, ਕਨੈਕਟ ਕਰਾਂਗੇ ਤੇ ਤੁਸੀਂ ਫੇਸਬੁੱਕ ਰਾਹੀਂ ਪੂਰੀ ਇੰਟਰਵਿਊ ਦੇਖ ਸਕਦੇ ਹੋ। ਸਾਂਝ ਰੇਡੀਓ ਟੋਰਾਂਟੋ ਸਿਰਫ ਗੂਗਲ ਤੇ ਦੇਖੋ ਜਾਂ ਫੇਸਬੁੱਕ ਦੇ ਪੇਜ ਤੇ ਜਾ ਕੇ ਲਿਖੋ ਜਾਂ ਯੂਟਿਊਬ ਦੇ ਉੱਤੇ ਜਾ ਕੇ ਲਿਖੋ ਸਾਂਝ ਰੇਡੀਓ ਟੋਰਾਂਟੋ, ਕਿਉਂਕਿ ਇਸ ਟਾਈਮ ਜਿਹੜਾ ਸ਼ੋਅ ਹੈ ਉਹ ਫੇਸਬੁੱਕ ਐਂਡ ਯੂਟਿਊਬ ਦੋਨਾਂ ਤੇ ਲਾਈਵ ਤੁਸੀਂ ਦੇਖ ਸਕਦੇ ਹੋ। ਥੋੜ੍ਹੀ ਦੇਰ ਤੁਸੀਂ ਮੈਨੂੰ ਸੁਣੋਗੇ ਉੱਥੇ, ਉਸ ਤੋਂ ਬਾਅਦ ਉਹ ਜਦੋਂ ਬੱਚੇ ਸਾਡੇ ਨਾਲ ਜੁੜ ਜਾਣਗੇ ਇੰਡੀਆ ਤੋਂ, ਉਹ ਸਾਡੇ ਨਾਲ ਇੰਡੀਆ ਤੋਂ ਕਨੈਕਟ ਕਰਨਗੇ ਥਰੂ ਫੋਨ ਕਾਲ ਥਰੂ ਵੀਡੀਓ ਤੇ ਉਹਨਾਂ ਤੋਂ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਉਹ ਗਾਣਾ ਜਿਹੜਾ ਹੈਗਾ ਉਹ ਅੱਜ ਰਿਲੀਜ਼ ਹੋਇਆ ਤੇ ਉਹ ਗਾਣੇ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ। ਉਹ ਬੱਚਿਆਂ ਨੂੰ ਪੁੱਛਾਂਗੇ ਵੀ ਜਿਹੜੀ ਇੰਨੀ ਪ੍ਰੇਰਨਾ ਸਪੈਸ਼ਲੀ ਅੱਜ ਦੇ ਦਿਨ ਵਾਸਤੇ, ਕੀ ਕਾਰਨ ਸੀ ਉਹ ਗਾਣੇ ਨੂੰ ਅੱਜ ਦੇ ਦਿਨ ਲਈ ਕੱਢਣ ਲਈ ਤੇ ਗੱਲਾਂ ਬਾਤਾਂ ਦੇ ਲਈ। ਸਟੂਡੀਓ ਦਾ ਨੰਬਰ 905-673-3337 ਤੇ ਦੋਸਤੋ ਗੱਲਾਂ ਬਾਤਾਂ ਚੱਲ ਰਹੀਆਂ ਹੈਗੀਆਂ ਨੇ ਤੇ ਗਾਣਾ ਸੁਣਾਉਣੇ ਆ, ਗਾਣਾ ਅੱਜ ਦੇ ਦਿਨ ਦੇ ਉੱਤੇ ਢੁਕਦਾ। ਬਿਲਕੁਲ ਜੀ ਬਿਲਕੁਲ, ਅੱਜ ਬਹੁਤ ਵੱਡਾ ਦਿਨ ਤੇ ਉਸ ਦੇ ਬਾਰੇ ਪੂਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਕਾਲਸ ਵੀ ਆ ਰਹੀ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ ਕੀ ਹਾਲ ਚਾਲ ਜੀ, ਤੇ ਅੱਜ ਹੀ ਕਿਉਂ ਡਾਟਰਸ ਡੇ ਮਨਾਇਆ ਜਾਂਦਾ? ਡਾਟਰਸ ਡੇ ਤਾਂ ਐਵਰੀ ਡੇ ਹੋਣਾ ਚਾਹੀਦਾ ਜੀ। ਪਰ ਇੱਕ ਗੱਲ ਤੁਸੀਂ ਦੱਸਿਓ, ਤੁਹਾਡੇ ਵੀ ਬੇਟੀਆਂ ਹੋਣੇ, ਤੁਸੀਂ ਵੀ ਇੱਕ ਬੇਟੀ ਹੈਗੇ ਹੋ ਤੇ ਇਹੋ ਜਿਹਾ ਤਾਂ ਕੋਈ ਦਿਨ ਨਹੀਂ ਲੰਘਿਆ ਹੋਣਾ ਜਿਸ ਦਿਨ ਤੁਸੀਂ ਆਪਦੀ ਮਾਂ ਨਾਲ ਆਪਦੇ ਫਾਦਰ ਨਾਲ ਜਾਂ ਤੁਹਾਡੇ ਬੱਚਿਆਂ ਨੇ ਤੁਹਾਡੇ ਨਾਲ ਗੱਲਾਂ ਕੀਤੀ ਹੋਵੇ। ਤੇ ਫਿਰ ਐਵਰੀ ਡੇ ਹੀ ਮੈਨੂੰ ਲੱਗਦਾ ਡਾਟਰਸ ਡੇ ਹੋਣਾ ਚਾਹੀਦਾ। ਬਿਲਕੁਲ, ਕਿਆ ਬਾਤ ਹੈ ਕਿਆ ਬਾਤ ਹੈ।
ਕੋਈ ਯਾਦਗਾਰੀ, ਕੋਈ ਬੱਚਿਆਂ ਨਾਲ ਕੋਈ ਯਾਦਗਾਰੀ ਜਾਂ ਆਪਣੀ ਕੋਈ ਯਾਦਗਾਰੀ ਪਿੱਛੇ ਪੇਕਿਆਂ ਦੀ ਕੋਈ ਸ਼ੇਅਰ ਕਰਨੀ ਚਾਹੋਗੇ? ਸੋ ਸੋਰੀ ਨਹੀਂ, ਠੀਕ ਹੈ ਜੀ, ਠੀਕ ਹੈ ਸਿਰ ਮੱਥੇ, ਥੈਂਕ ਯੂ ਸੋ ਮਚ ਫੋਰ ਯੋਰ ਕਾਲ, ਥੈਂਕ ਯੂ। ਬਿਲਕੁਲ ਦੋਸਤੋ, ਇਮੋਸ਼ਨਲ ਡੇ ਤਾਂ ਹੈ ਪਰ ਅਸੀਂ ਚਾਹੁੰਦੇ ਨਹੀਂ ਹੈਗੇ ਦਿਨ ਨੂੰ ਇਮੋਸ਼ਨਲ ਕਰਨਾ, ਕਿਉਂਕਿ ਬਹੁਤ ਵੱਡਾ ਦਿਨ ਹੈ ਤੇ ਪਰਮਾਤਮਾ ਨੂੰ ਸਾਡੀ ਇਹੀ ਰਿਕੁਐਸਟ ਹੈ ਵੀ ਇਹ ਜਿਹੜਾ ਦਿਨ ਹੈ ਐਵਰੀ ਡੇ ਹੋਣਾ ਚਾਹੀਦਾ, ਕਿਉਂਕਿ ਜੋ ਕੁੜੀਆਂ ਦਾ ਦਰਜਾ, ਸਾਡੀਆਂ ਭੈਣਾਂ, ਸਾਡੀਆਂ ਬੇਟੀਆਂ ਦਾ ਜੋ ਜ਼ਿੰਦਗੀ ਦੇ ਵਿੱਚ, ਮੈਨੂੰ ਲੱਗਦਾ ਜੇ ਦੇਖੋ ਦੋ ਚੀਜ਼ਾਂ ਅਸੀਂ ਹਮੇਸ਼ਾ ਹੀ ਚੱਲਦੇ ਆ ਰਹੇ ਹੈਗੇ, ਇੱਕ ਮੁੰਡਾ ਇੱਕ ਕੁੜੀ। ਇਸ ਗੱਲ ਤੇ ਤੁਸੀਂ ਸਾਰੇ ਜਾਣੇ ਮੇਰੇ ਨਾਲ ਐਗਰੀ ਕਰੋਗੇ ਵੀ ਜੇ ਕੁੜੀ ਨਹੀਂ ਹੈਗੀ ਤਾਂ ਮੁੰਡੇ ਕਿੱਥੋਂ ਹੋਣਗੇ, ਤਾਂ ਬੱਚੇ ਕਿੱਥੋਂ ਹੋਣਗੇ? ਇਹ ਬੜਾ ਇੱਕ ਵੱਡਾ ਕੁਐਸਚਨ ਹੈ, ਪੂਰੇ ਸੰਸਾਰ ਨੂੰ ਹੀ ਕੁਐਸਚਨ ਹੈ। ਤੁਸੀਂ ਵੀ ਥੋੜ੍ਹਾ ਜਿਹਾ ਸੋਚ ਰਹੇ ਹੋਵੋਗੇ ਵੀ ਮੈਂ ਥੋੜ੍ਹੇ ਜਿਹੇ ਡਿਫਰੈਂਟ ਤਰੀਕੇ ਦੇ ਨਾਲ ਕਿਉਂ ਸ਼ੋਅ ਨੂੰ ਕਨੈਕਟ ਕਰ ਰਿਹਾ ਹੈਗਾ, ਕਿਉਂਕਿ ਦੋਸਤੋ ਦਿਨ ਬਹੁਤ ਵੱਡਾ ਹੈ। ਐਵਰੀ ਡੇ ਹੀ ਜਿਵੇਂ ਕਿ ਮੈਂ ਦੱਸਿਆ ਹੈਗਾ ਵੀ ਹੋਣਾ ਚਾਹੀਦਾ ਬੇਟੀਆਂ ਦਾ ਦਿਨ, ਪਰ ਬੜੀਆਂ ਮਾੜੀਆਂ ਕ੍ਰਿਤੀਆਂ ਦੁਨੀਆਂ ਦੇ ਵਿੱਚ, ਸੰਸਾਰ ਦੇ ਵਿੱਚ, ਅਸੀਂ ਇਨਸਾਨ ਹਾਂ, ਸਾਨੂੰ ਪਰਮਾਤਮਾ ਨੇ ਪੈਦਾ ਕਰਿਆ ਤੇ ਸਭ ਨੂੰ ਪੈਦਾ ਕਰਿਆ ਤੇ ਸਭ ਨੂੰ ਓਨਾ ਹੀ ਹੱਕ ਹੈ, ਬਰਾਬਰ ਦਾ ਹੱਕ ਹੈਗਾ ਹਰ ਚੀਜ਼ ਨੂੰ ਜਿਉਣ ਦਾ। ਪਰ ਕੁਛ ਮਾੜੀਆਂ ਕ੍ਰਿਤੀਆਂ ਕਰਕੇ, ਕੁਛ ਸਾਡੀਆਂ ਮਾੜੀਆਂ ਸੋਚਾਂ ਹੋਣ ਕਰਕੇ, ਇਨਸਾਨੀਅਤ ਦੇ ਵਿੱਚ ਕਾਫੀ ਮਾੜੀਆਂ ਚੀਜ਼ਾਂ ਹੋਣ ਕਰਕੇ ਕਾਫੀ ਚੀਜ਼ਾਂ ਨੂੰ ਦੁਨੀਆਂ ਦੇ ਉੱਤੇ ਆਉਣ ਹੀ ਨਹੀਂ ਦਿੱਤਾ ਜਾਂਦਾ। ਅੱਜ ਉਹਦੇ ਤੇ ਗੱਲਾਂ ਬਾਤਾਂ ਕਰਾਂਗੇ, ਅੱਜ ਉਹਦੇ ਤੇ ਪੁੱਛਾਂਗੇ ਵੀ ਕੀ ਕਾਰਨ ਹੈ, ਕੀ ਕਾਰਨ ਹੈ। ਪਹਿਲਾਂ ਤਾਂ ਕੁਐਸਚਨ ਇਹੀ ਬਣਦਾ ਹੈ ਵੀ ਜਿਹੜਾ ਮਾਂ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ, ਮਾਂ ਵੀ ਕੁੜੀ ਹੈ, ਮੈਨੂੰ ਤੁਸੀਂ ਨੇ ਦੱਸਣਾ ਕਾਲ ਕਰਕੇ ਵੀ ਮਾਂ ਵੀ ਇੱਕ ਕੁੜੀ ਹੈ, ਮਾਂ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ, ਪਰ ਜਿਹੜੀ ਕੁੜੀ ਹੈ, ਕੁੜੀ ਨੂੰ ਕੁੜੀ ਦਾ ਦਰਜਾ ਦੇਣਾ ਹੀ ਅੱਜ ਦੇ ਸਮਾਜ ਦੇ ਵਿੱਚ ਬੜਾ ਔਖਾ ਹੋਇਆ। ਜਦੋਂ ਕਿ ਅਸੀਂ ਮਾਡਰਨਾਈਜੇਸ਼ਨ ਦੀਆਂ ਗੱਲਾਂ ਕਰਦੇ ਹਾਂ, ਮਾਡਰਨਾਈਜੇਸ਼ਨ ਬਹੁਤ ਆ ਚੁੱਕੀ ਹੈ। ਪਰ ਇਹ ਗਾਣਾ ਕੰਪਲੀਟ ਕਰੂੰਗਾ, ਉਮੀਦ ਕਰਦੇ ਤੁਹਾਨੂੰ ਪਸੰਦ ਆਏਗਾ। ਫਿਰੋਜ਼ ਖਾਨ ਸਾਹਿਬ ਨੇ ਬਹੁਤ ਪਿਆਰਾ ਸੌਂਗ ਸੁਣਾਇਆ, ਆਓ ਸੁਣੀਏ। ਸ਼ਰੀਕ ਦਾ ਸੀਨੇ ਆਰੀ ਵਾਂਗੂ ਫਿਰ ਜਾਵੇ।
ਬਿਲਕੁਲ ਜੀ ਬਿਲਕੁਲ, ਤੇ ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੈਗਾ ਵੀ ਅੱਜ ਜਿਹੜੀ ਇੰਟਰਵਿਊ ਸਪੈਸ਼ਲੀ ਇੰਟਰਵਿਊ ਕਰਾਂਗੇ ਬੱਚਿਆਂ ਦੀ ਜਿਨ੍ਹਾਂ ਦੀ ਏਜ ਬਹੁਤ ਘੱਟ 10 ਸਾਲ ਤੇ 16 ਸਾਲ, ਟੀਆ ਤੇ ਐਨਾ, ਉਹਨਾਂ ਦੀ ਇੰਟਰਵਿਊ ਕਰਾਂਗੇ 1 ਘੰਟੇ ਦੇ ਵਿੱਚ। ਤੇ ਮੈਂ ਸਾਡੇ ਸਾਰੇ ਸਰੋਤਿਆਂ ਨੂੰ ਦੱਸਦਾ ਵੀ ਫੇਸਬੁੱਕ ਐਂਡ ਯੂਟਿਊਬ ਤੇ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਤੇ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ। ਤੇ ਉਹਨੂੰ ਦੇਖਣ ਦਾ ਜਿਹੜਾ ਕਾਰਨ ਹੈ, ਬੱਚਿਆਂ ਦਾ ਜਿਹੜਾ ਸੋਚ ਹੈ, ਬੱਚਿਆਂ ਦਾ ਜਿਹੜਾ ਮਨ ਹੈ, ਉਹਨੂੰ ਪੜ੍ਹਨਾ। ਉਹ ਬੱਚੇ ਬੜੀ ਛੋਟੀ ਏਜ ਦੇ ਹੈਗੇ ਨੇ ਤੇ ਉਹਨਾਂ ਨੂੰ ਜਦੋਂ ਇੱਕ ਇੱਕ ਪ੍ਰੇਰਣਾ ਮਿਲਦੀ ਹੈ, ਕੋਈ ਵੀ ਬੱਚਾ ਜ਼ਿੰਦਗੀ ਦੇ ਵਿੱਚ, ਸਪੈਸ਼ਲੀ ਜੇ ਮੈਂ ਗੱਲ ਕਰਾਂ ਬੇਟੀਆਂ ਦੀ, ਤੇ ਬੇਟੀਆਂ ਦਾ ਜਿਹੜਾ ਰੋਲ ਹੈ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਹੁੰਦਾ। ਤੇ ਕਿੰਨੇ ਰੂਪ ਹੁੰਦੇ ਨੇ ਤੁਹਾਨੂੰ ਪਤਾ, ਇੱਕ ਬੱਚੀ ਜਦੋਂ ਪੈਦਾ ਹੁੰਦੀ ਹੈ, ਇੱਕ ਬੇਟੀ ਪੈਦਾ ਹੁੰਦੀ ਹੈ, ਉਹ ਭੈਣ ਬਣਦੀ ਹੈ, ਤੇ ਫਿਰ ਉਹ ਤੋਂ ਬਾਅਦ ਵੱਡੀ ਹੁੰਦੀ ਹੈ, ਫਿਰ ਉਹਦਾ ਵਿਆਹ ਕਰ ਦਿੱਤਾ ਜਾਂਦਾ ਹੈ, ਤੇ ਵਿਆਹ ਤੋਂ ਬਾਅਦ ਬਹੂ ਬਣਦੀ ਹੈ ਦੂਜੇ ਘਰ ਦੀ ਜਾ ਕੇ, ਤੇ ਜਦੋਂ ਦੂਜੇ ਘਰੇ ਚਲੀ ਜਾਂਦੀ ਹੈ, ਉੱਥੇ ਜਾ ਕੇ ਫਿਰ ਉਹਨੇ ਮਾਂ ਬਣਨਾ ਹੁੰਦਾ ਹੈ, ਉਹਨੇ ਵਾਈਫ ਬਣਨਾ ਹੁੰਦਾ ਹੈ। ਕਿੰਨੇ ਰੋਲ ਨੇ, ਮੈਨੂੰ ਲੱਗਦਾ ਹੈ ਦੁਨੀਆ ਦੇ ਵਿੱਚ ਇੱਕ ਜਿਹੜਾ ਆਰਟਿਸਟ ਹੁੰਦਾ ਹੈ, ਜਿਹੜਾ ਇੱਕ ਫਿਲਮ ਜਾਂ ਕਿਸੇ ਨਾਟਕ ਨੂੰ ਜਾਂ ਕਿਸੇ ਗਾਣੇ ਦੇ ਵਿੱਚ ਕੋਈ ਕਿਰਦਾਰ ਕਰਦਾ ਹੈਗਾ, ਮੈਨੂੰ ਲੱਗਦਾ ਉਹਨੂੰ ਵੀ ਬਹੁਤ ਔਖਾ ਹੁੰਦਾ ਹੋਊਗਾ ਜਦੋਂ ਉਹ ਤਾਂ ਐਕਟਿੰਗ ਕਰਦਾ ਹੈ, ਉਹਨੂੰ ਬਹੁਤ ਵਾਰ ਪ੍ਰੈਕਟਿਸ ਕਰਨ ਦਾ ਮੌਕਾ ਵੀ ਮਿਲਦਾ ਹੈ। ਤੇ ਜਿਹੜੇ ਆਰਟਿਸਟ ਹੈਗੇ ਨੇ ਉਹਨਾਂ ਨੂੰ ਪਤਾ ਹੈਗਾ ਵੀ ਉਹ ਰੋਲਾਂ ਨੂੰ ਕਿਵੇਂ ਕਰਦੇ ਨੇ। ਪਰ ਜਿਹੜਾ ਇੱਕ ਜਿਉਂਦਾ ਜੀਂਦਾ ਇਨਸਾਨ ਹੈ, ਜਿਹਨੇ ਲਾਈਵ ਜ਼ਿੰਦਗੀ ਦੇ ਵਿੱਚ ਇਹ ਸਾਰੇ ਕਿਰਦਾਰ ਨਿਭਾਉਣੇ ਨੇ, ਤੇ ਨਿਭਾਉਣੇ ਵੀ ਟਨਾ ਟਨ ਨੇ, ਬੱਲੇ ਬੱਲੇ, ਕਿਉਂਕਿ ਜਿਹੜਾ ਸਾਹਮਣੇ ਖੜਾ ਉਹਨੂੰ ਤਾਂ ਚਾਹੀਦਾ ਵੀ ਭਾਈ ਮੇਰੀ ਬੇਟੀ, ਮੇਰੀ ਬੱਚੀ, ਮੇਰੀ ਭੈਣ, ਮੇਰੀ ਵਾਈਫ, ਮੇਰੀ ਮਾਂ, ਪੂਰਾ ਕਿਸੇ ਚੀਜ਼ ਦੇ ਵਿੱਚ ਕੋਈ ਕਮੀ ਪੇਸ਼ੀ ਨਾ ਹੋਵੇ, ਸਾਰੀ ਬੱਲੇ ਬੱਲੇ ਹੋਵੇ। ਤੇ ਪਰ ਇਹੋ ਜਿਹਾ ਕਿਹੜਾ ਇਨਸਾਨ ਹੈਗਾ ਜਿਹੜਾ ਇਹ ਵੀ ਸੋਚਦਾ ਹੈਗਾ ਵੀ ਯਾਰ ਉਹਨਾਂ ਦੇ ਵੀ ਕੁਛ, ਉਹਨਾਂ ਨੂੰ ਵੀ ਦੁੱਖ ਤਕਲੀਫਾਂ ਜ਼ਿੰਦਗੀ ਦੇ ਵਿੱਚ ਹੋ ਸਕਦੀਆਂ ਨੇ, ਕਿਉਂਕਿ ਜਿਹੜੇ ਰੋਲ ਨੇ ਜ਼ਿੰਦਗੀ ਦੇ ਉਹ ਸਾਰੇ ਨਿਭਾਉਣੇ ਬੜੇ ਔਖੇ ਨੇ। ਮੈਂ ਤਾਂ ਜੇ ਮੈਂ ਗੱਲ ਦੱਸਾਂ ਵੀ ਮੈਂ ਜਿਵੇਂ ਇੱਕ ਫਿਲਮ ਦੀ ਤੁਹਾਨੂੰ ਮੈਂ ਐਗਜ਼ਾਮਪਲ ਦਿੱਤੀ ਹੈਗੀ ਹੈ ਵੀ ਫਿਲਮਾਂ ਦੇ ਵਿੱਚ ਇੱਕ ਆਰਟਿਸਟ ਨੂੰ ਡਿਫਰੈਂਟ ਡਿਫਰੈਂਟ ਰੋਲ ਨਿਭਾਉਣੇ ਔਖੇ ਹੋ ਜਾਂਦੇ ਨੇ, ਤਾਂ ਆਮ ਜ਼ਿੰਦਗੀ ਦੇ ਵਿੱਚ ਜਦੋਂ ਬੇਟੀਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਇੱਕ ਵਾਈਫ ਨੂੰ, ਸਾਰੇ ਉਹਨੇ ਕਰੈਕਟਰ ਵਧੀਆ ਤਰੀਕੇ ਨਾਲ ਨਿਭਾਉਣੇ ਨੇ, ਕਿਉਂਕਿ ਸਾਹਮਣੇ ਵਾਲਾ ਜਿਹੜਾ ਕਿਰਦਾਰ ਹੈ ਉਹ ਚਾਹੁੰਦਾ ਹੈ, ਉਹਦੀ ਇੱਕ ਡਿਮਾਂਡ ਹੈ, ਪਰ ਉਹ ਇਹ ਚਾਹੁੰਦਾ ਵੀ ਮੇਰਾ ਜਿਹੜਾ ਇੱਕ ਸਟੈਪ ਹੈ, ਮੇਰਾ ਅੱਗੇ ਵੱਧ ਕੇ ਸਟੈਪ ਪੁੱਛਣ ਦਾ ਹਾਲ ਚਾਲ, ਉਹ ਪ੍ਰੋਪਰਲੀ ਰਿਲੈਕਸੇਸ਼ਨ, ਪ੍ਰੋਪਰਲੀ ਉਹਨੂੰ ਇੱਕ ਸੈਟਿਸਫੈਕਸ਼ਨ ਦੇਣ ਦਾ ਵੀ ਯਾਰ ਜਿਸ ਰੋਲ ਦੇ ਵਿੱਚ ਕਰੰਟ ਉਹ ਹੈਗੀ ਹੈ, ਮੈਂ ਉਹਨੂੰ ਪੁੱਛਾਂ ਕਿ ਬਾਈ ਤੇਰਾ ਕੀ ਹਾਲ ਚਾਲ ਹੈ, ਤੂੰ ਠੀਕ ਹੈ? ਕਿਉਂਕਿ ਦੋਸਤੋ ਤੁਸੀਂ ਤਾਂ ਸਾਰੇ ਜਾਣੇ ਜਿੰਨੇ ਵੀ ਮੇਰੇ ਵੀਰ ਭਾਈ ਸੱਜਣ ਇਸ ਟਾਈਮ ਸਾਂਝ ਰੇਡੀਓ ਟੋਰਾਂਟੋ ਸੁਣ ਰਹੇ ਹੈਗੇ ਨੇ, ਸਭ ਨੂੰ ਪਤਾ ਵੀ ਹੁਣ ਦਾ ਜਿਹੜਾ ਕਨੈਕਟ ਹੈ, ਹੁਣ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ, ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ, ਥੋੜ੍ਹੇ ਕੁਛ ਸਾਲ ਪਿੱਛੇ ਚਲੇ ਜਾਈਏ, ਬੇਟੀਆਂ ਦੀ ਅੱਜ ਦੇ ਸਮੇਂ ਦੇ ਵਿੱਚ ਮੈਂ ਕਹੂੰਗਾ ਵੀ ਰੱਬ ਦਾ ਸ਼ੁਕਰ ਹੈ, ਬਹੁਤ ਬਹੁਤ ਜਗ੍ਹਾ ਪਰਮਾਤਮਾ ਨੇ ਇੱਕ ਦਰਜਾ ਦਿੱਤਾ ਹੋਇਆ ਬੇਟੀਆਂ ਨੂੰ, ਬਹੁਤ ਘਰਾਂ ਦੇ ਵਿੱਚ ਬਹੁਤ ਰਿਸਪੈਕਟ ਦਿੱਤੀ ਜਾਂਦੀ ਹੈਗੀ, ਪਰ ਫਿਰ ਵੀ ਜੋ ਸਰਵੇ ਹੈਗਾ ਦੱਸਿਆ ਜਾਂਦਾ ਵੀ 1/3 ਹਿੱਸਾ ਦੁਨੀਆ ਦਾ ਹਜੇ ਵੀ ਇਸ ਤਰ੍ਹਾਂ ਦਾ ਹੈਗਾ ਜਿੱਥੇ ਪ੍ਰੋਪਰ ਬੇਟੀਆਂ ਨੂੰ ਉਹ ਦਰਜਾ ਨਹੀਂ ਹਜੇ ਮਿਲਿਆ ਹੈਗਾ, ਜਦਕਿ ਸਾਨੂੰ ਪਤਾ ਹੈ ਵੀ ਜੇ ਬੇਟੀਆਂ ਦੁਨੀਆ ਤੋਂ ਖਤਮ ਹੋ ਗਈਆਂ ਤਾਂ ਫਿਰ ਬੰਦਿਆਂ ਨੇ ਫਿਰ ਪੈਦਾ ਕਿਹਨੇ ਹੋਣਾ? ਇਹ ਚੀਜ਼ ਤੁਹਾਡੇ ਤੋਂ ਪੁੱਛਣੀ ਹੈ। ਬਾਕੀ ਤੁਸੀਂ ਤੁਹਾਡੇ ਲਈ ਕਾਲ ਕਰਨ ਦੇ ਲਈ 905-673-3337 ਤੇ ਤੁਸੀਂ ਦੋਸਤੋ ਗੱਲਾਂ ਬਾਤਾਂ ਕਰਨੀਆਂ ਨੇ ਸਾਡੇ ਨਾਲ, ਸਾਨੂੰ ਦੱਸਣੀਆਂ ਨੇ ਤੇ ਆਪਦੀਆਂ ਯਾਦਾਂ ਆਪਦੀਆਂ ਬੇਟੀਆਂ ਦੇ ਨਾਲ, ਤੁਹਾਡੇ ਸਾਰਿਆਂ ਦੇ ਬੇਟੀਆਂ ਹੋਣਗੀਆਂ, ਤੁਹਾਡੀਆਂ ਭੈਣਾਂ ਹੋਣਗੀਆਂ, ਉਹਨਾਂ ਦੀਆਂ ਯਾਦਾਂ ਸਾਡੇ ਨਾਲ ਸਾਂਝਾ ਕਰਨ ਵਾਸਤੇ, ਕੋਈ ਗੱਲਬਾਤ ਸਾਂਝੀ ਕਰਨ ਵਾਸਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 905-673-3337 ਤੇ ਦੋਸਤੋ ਗੱਲਾਂ ਬਾਤਾਂ ਕਰਾਂਗੇ। ਤੇ ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੈਗਾ, ਅੱਜ ਕਨੈਕਟ ਕਰਾਂਗੇ ਟੀਆ ਤੇ ਇਹਨਾਂ ਦੇ ਨਾਲ 9 ਵਜੇ ਕੈਨੇਡੀਅਨ ਟਾਈਮ, 9 ਵਜੇ ਕਨੈਕਟ ਕਰਾਂਗੇ ਉਹਨਾਂ ਦੇ ਨਾਲ, ਉਹਨਾਂ ਦੀ ਇੰਟਰਵਿਊ ਲਵਾਂਗੇ ਫੇਸਬੁੱਕ ਐਂਡ ਯੂਟਿਊਬ ਦੇ ਉੱਤੇ, ਤੁਸੀਂ ਸਾਨੂੰ ਦੇਖ ਸਕਦੇ ਹੋ ਤੇ ਗੱਲਾਂ ਬਾਤਾਂ ਕਰਾਂਗੇ। ਇੱਕ ਦੋ ਨੰਬਰ ਦੇਣੇ ਵੀ ਬੜੇ ਜ਼ਰੂਰੀ ਨੇ ਦੋਸਤੋ, ਇੱਕ ਦੋ ਪ੍ਰੋਜੈਕਟ ਆਏ ਹੋਏ ਨੇ, ਬਾ ਕਮਾਲ ਦੇ ਪ੍ਰੋਜੈਕਟ ਆਏ ਨੇ। ਸਭ ਤੋਂ ਪਹਿਲਾਂ ਨੰਬਰ ਨੋਟ ਕਰੋ ਗਗਨ ਨਰੂਲਾ ਸਾਹਿਬ ਦਾ ਨੰਬਰ ਦੇਣ ਲੱਗਿਆ ਦੋਸਤੋ ਤੁਹਾਨੂੰ, ਇਹਨਾਂ ਕੋਲ ਬਾ ਕਮਾਲ ਦਾ ਕੌਂਡੋਜ਼, ਜਿਹਨਾਂ ਨੂੰ ਕਹਿੰਦੇ ਹੁੰਦੇ ਨੇ ਕੌਂਡੋਜ਼, ਇਹਨਾਂ ਕੋਲ ਆਏ ਹੈਗੇ ਨੇ। ਗਗਨ ਸਾਹਿਬ ਦਾ ਨੰਬਰ ਨੋਟ ਕਰੋ
647-549-2409 647-549-2409 ਤੇ ਗੱਲਬਾਤ ਕਰਨੀ ਹੈ। ਗੱਲਬਾਤ ਕਿਉਂ ਕਰਨੀ ਹੈ? ਵਿਲ ਮੋਟ ਕੌਂਡੋਜ਼ ਇਹਨਾਂ ਕੋਲ ਆਏ ਨੇ ਜਿਨ੍ਹਾਂ ਦੀ ਕੀਮਤ ਸਿਰਫ 4 ਲੱਖ, ਜਿਨ੍ਹਾਂ ਦੀ ਕੀਮਤ ਸਿਰਫ 4 ਲੱਖ ਹੈਗੀ ਹੈ। ਓਕਵਿਲ ਦੇ ਆਏ ਨੇ 2025 ਦੇ ਵਿੱਚ, ਇਹਨਾਂ ਦੀ ਓਕੂਪੈਂਸੀ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈਗਾ। ਕਾਲ ਕਰਨੀ ਹੈਗੀ ਹੈ ਗਗਨ ਨਰੂਲਾ ਸਾਹਿਬ ਨੂੰ 647-549-2409 647-549-2409 ਤੇ ਕਾਲ ਕਰੋ। ਤੇ ਆਓ ਇੱਕ ਹੋਰ ਸੁਣਾਈਏ ਤੁਹਾਨੂੰ ਬਾ ਕਮਾਲ ਦਾ ਸੌਂਗ। ਉਹ ਮਾਏ ਪਤਾ ਨਾ ਕੋਈ ਤੇਰੇ ਪਰਦੇਸ ਦਾ, ਮੈਂ ਤਾਂ ਪਿੰਡ ਪਿੰਡ ਛਾੜ ਦਿੱਤਾ ਦੇਸ਼ ਦਾ। ਜਿਹੜੇ ਕਮਰੇ ਚ ਫੋਟੋ ਤੇਰੀ ਲੱਗੀ, ਉਹ ਕੁੜੀ ਸਾਥੋਂ ਨਹੀਂ ਖੁੱਲਦੀ। ਤੇਰੇ ਚੌਂਕੇ ਵਿੱਚ ਪੈਂਦੇ ਆਪ ਲੇਖੇ, ਪਰ ਤੂੰ ਤਾਂ ਜਵਾਨੀ ਭੁੱਲਦੀ। ਉਹ ਤੇਰੇ ਚੌਂਕੇ ਵਿੱਚ ਪੈਂਦੇ ਆਪ ਲੇਖੇ, ਪਰ ਤੂੰ ਤਾਂ ਜਵਾਨੀ ਭੁੱਲਦੀ। ਬਿਲਕੁਲ ਜੀ ਬਿਲਕੁਲ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈਗਾ, ਤੁਹਾਨੂੰ ਪੁੱਛਿਆ ਵੀ ਹੈਗਾ, ਤੇ ਮੈਨੂੰ ਪਤਾ ਅੱਜ ਖਾਸ ਕਾਲਸ ਨਹੀਂ ਆਉਣੀਆਂ ਹੈਗੀਆਂ, ਉਹਦਾ ਕਾਰਨ ਮੈਂ ਤੁਹਾਨੂੰ ਨਹੀਂ ਦੱਸੂਗਾ, ਪਰ ਤੁਹਾਨੂੰ ਖੁਦ ਨੂੰ ਪਤਾ ਹੈਗਾ ਉਹ ਕਾਰਨ ਵੀ ਕੀ ਹੈ। ਦੋਸਤੋ ਡਾਟਰਸ ਡੇ ਤਾਂ ਹੈਗਾ, ਤੇ ਡਾਟਰਸ ਡੇ ਅਸੀਂ ਆਪਣੀਆਂ ਡਾਟਰਸ ਨੂੰ ਪਿਆਰ ਵੀ ਬਹੁਤ ਕਰਦੇ ਹਾਂ, ਅਸੀਂ ਆਪਣੀਆਂ ਭੈਣਾਂ ਨੂੰ ਬਹੁਤ ਪਿਆਰ ਕਰਦੇ ਹੈਗੇ ਹਾਂ, ਪਰ ਜ਼ਿੰਦਗੀ ਦੇ ਵਿੱਚ ਅਸੀਂ ਇਸ ਮੈਸੇਜ ਨੂੰ ਕਿੰਨਾ ਕੁ ਸਪਰੈਡ ਕਰਦੇ ਹੈਗੇ ਹਾਂ ਤੇ ਕਿਸ ਤਰੀਕੇ ਨਾਲ ਅਸੀਂ ਇਸ ਨੂੰ ਮੰਨਦੇ ਹੈ। ਇੱਕ ਅੱਜ ਕਿਸੇ ਨੇ ਕਵਿਤਾ ਵੀ ਮੈਨੂੰ ਬਣਾ ਕੇ ਭੇਜੀ ਹੈ ਤੇ ਉਹ ਤੁਹਾਨੂੰ ਕਵਿਤਾ ਵੀ ਮੈਂ ਸੁਣਾਵਾਂਗਾ ਥੋੜ੍ਹੀ ਦੇਰ ਦੇ ਵਿੱਚ, ਤੇ ਮੈਂ ਤੁਹਾਨੂੰ ਦੱਸਦਾ ਅੱਜ ਥੋੜ੍ਹੀ ਦੇਰ ਦੇ ਵਿੱਚ ਸਾਡੇ ਨਾਲ ਮੋਰਗੇਜ ਦੇ ਲਈ ਵੀ ਕਿਸੇ ਵੀ ਸਾਡੇ ਵੀਰ ਭਾਈ ਸੱਜਣ ਨੂੰ ਕੋਈ ਕੁਐਸਚਨ ਹੁੰਦਾ ਹੈਗਾ, ਕਿਉਂਕਿ ਲਾਸਟ ਮਿੰਟ ਤੇ ਬੜੇ ਪੰਗੇ ਪੈਂਦੇ ਹੁੰਦੇ ਨੇ ਮੋਰਗੇਜ ਦੇ ਵਿੱਚ, ਤੇ ਉਦੋਂ ਜਦੋਂ ਕੋਈ ਪੰਗਾ ਪੈਂਦਾ ਹੈਗਾ ਤੇ ਉਦੋਂ ਹੈਲਪ ਕੌਣ ਕਰਦਾ ਹੈਗਾ? ਮਯੰਕ ਪਟਨਾਗਰ ਸਾਹਿਬ ਸਾਡੇ ਨਾਲ 8:40 ਤੇ ਜੁੜਨਗੇ। ਜੇ ਕਿਸੇ ਵੀ ਸਾਡੇ ਵੀਰ ਭਾਈ ਸੱਜਣ ਦਾ ਕੋਈ ਕੁਐਸਚਨ ਹੋਵੇ ਜਾਂ ਤੁਸੀਂ ਮੋਰਗੇਜ ਦੇ ਲਈ ਮਯੰਕ ਪਟਨਾਗਰ ਸਾਹਿਬ ਨਾਲ ਗੱਲਬਾਤ ਕਰਨੀ ਹੈਗੀ ਹੈ ਤੇ ਸਾਨੂੰ ਸਟੂਡੀਓ ਦੇ ਵਿੱਚ ਵੀ ਕਾਲ ਕਰ ਸਕਦੇ ਹੋ 905
673-3337 ਤੇ ਦੋਸਤੋ ਗੱਲਾਂ ਬਾਤਾਂ ਹੋਣਗੀਆਂ ਤੇ ਮੇਰਾ ਦਿਲ ਹੈ ਵੀ ਮੈਂ ਤੁਹਾਨੂੰ ਇਹ ਕਵਿਤਾ ਸੁਣਾਵਾਂ ਬੜੀ ਪਿਆਰੀ ਕਵਿਤਾ ਕਿਉਂਕਿ ਫਿਰ ਜਦੋਂ ਇੰਟਰਵਿਊ ਤੇ ਕਨੈਕਟ ਹੋ ਗਏ ਫਿਰ ਟਾਈਮ ਦਾ ਨਹੀਂ ਪਤਾ ਲੱਗਣਾ ਤੇ ਜਿਹੜੀ ਪੋਏਮ ਹੈ ਇਹ ਸਾਡੇ ਮਿੱਤਰ ਪਰਮ ਅਰੋੜਾ ਸਾਹਿਬ ਦਿੱਲੀ ਤੋਂ ਭੇਜਦੇ ਹੈਗੇ ਨੇ ਤੇ ਮੈਂ ਕਹੂੰਗਾ ਥੈਂਕ ਯੂ ਸੋ ਮੱਚ ਹਮੇਸ਼ਾ ਬਹੁਤ ਪਿਆਰ ਕਰਦੇ ਹੈਗੇ ਨੇ ਤੇ ਇਹ ਜਿਹੜੀ ਕਵਿਤਾ ਹੈ ਸੁਣੋ ਉਮੀਦ ਕਰਦੇ ਤੁਹਾਨੂੰ ਪਸੰਦ ਆਏਗੀ ਕਹਿੰਦੇ ਜੀ ਨੰਨੀ ਸੀ ਪਰੀ ਹੂੰ ਹਿੰਦੀ 'ਚ ਭੇਜਿਆ ਸਾਰੀਆਂ ਭਾਸ਼ਾਵਾਂ ਆਪਣੀਆਂ ਕਹਿੰਦੇ ਜੀ ਨੰਨੀ ਸੀ ਪਰੀ ਹੂੰ ਇੱਕ ਨਾਲ ਮਿਊਜ਼ਿਕ ਵੀ ਉਹਨਾਂ ਨੇ ਬੜਾ ਵਧੀਆ ਭੇਜਿਆ ਸੀ ਮੈਨੂੰ ਪਹਿਲਾਂ ਮਿਊਜ਼ਿਕ ਪਲੇ ਕਰਦੇ ਆ ਤੇ ਫਿਰ ਕਹਿੰਦੇ ਜੀ ਤੁਸੀਂ ਫਿਰ ਸੁਣਾਓ ਚਲੋ ਆਪਾਂ ਕਹਿ ਜੀ ਮਿਊਜ਼ਿਕ ਦੇ ਨਾਲ ਸੁਣਾ ਦਿੰਦੇ ਲਓ ਜੀ ਕਹਿੰਦੇ ਨੰਨੀ ਸੀ ਪਰੀ ਹੂੰ ਮੁਝੇ ਪੰਖ ਦੇ ਦੋ ਉੜਨੇ ਕੋ ਨੰਨੀ ਸੀ ਪਰੀ ਹੂੰ ਮੁਝੇ ਪੰਖ ਦੇ ਦੋ ਉੜਨੇ ਕੋ ਬੋਝ ਨਹੀਂ ਹੂੰ ਮੈਂ ਬੋਝ ਨਹੀਂ ਹੂੰ ਮੈਂ ਆਪਕਾ ਸਹਾਰਾ ਬਣ ਜਾਊਂਗੀ ਆਪਕਾ ਸਹਾਰਾ ਬਣ ਜਾਊਂਗੀ ਨਹੀਂ ਮਾਰੋਗੇ ਮੁਝੇ ਤੋ ਮੈਂ ਦੁਨੀਆ ਮੇ ਦੇਖ ਪਾਊਂਗੀ ਧਿਆਨ ਨਾਲ ਸੁਣਨਾ ਕਹਿੰਦੇ ਬੋਝ ਨਹੀਂ ਹੂੰ ਮੈਂ ਆਪਕਾ ਸਹਾਰਾ ਬਣ ਜਾਊਂਗੀ ਨਹੀਂ ਮਾਰੋਗੇ ਮੁਝੇ ਤੋ ਮੈਂ ਦੁਨੀਆ ਦੇਖ ਪਾਊਂਗੀ ਨੰਨੀ ਸੀ ਪਰੀ ਹੂੰ ਨੰਨੀ ਸੀ ਪਰੀ ਹੂੰ ਮੁਝੇ ਪੰਖ ਦੇ ਦੋ ਉੜਨੇ ਕੋ ਦੁਨੀਆ ਮੇ ਕੁਛ ਕਰ ਜਾਊਂਗੀ ਦੁਨੀਆ ਮੇ ਕੁਛ ਕਰ ਜਾਊਂਗੀ ਆਪਕਾ ਨਾਮ ਰੋਸ਼ਨ ਕਰ ਜਾਊਂਗੀ ਕੋਈ ਨਾ ਹੋਗਾ ਆਪਕੇ ਆਸ ਪਾਸ ਸਹਾਰਾ ਬਣ ਕੇ ਆਪਣਾ ਧਰਮ ਨਿਭਾਊਂਗੀ ਦੋ ਕਕਸ਼ਾ ਪੜਾ ਦੋ ਮੁਝੇ ਕਰਜ਼ਾ ਸਭ ਚੁਕਾ ਜਾਊਂਗੀ ਦੋ ਕਕਸ਼ਾ ਪੜਾ ਦੋ ਮੁਝੇ ਕਰਜ਼ਾ ਸਭ ਚੁਕਾ ਜਾਊਂਗੀ ਮੈਂ ਵੋ ਨਹੀਂ ਜੋ ਦਹੇਜ ਕੇ ਬਲ ਪੇ ਸ਼ਾਦੀ ਰਚਾਊਂਗੀ ਕਿਆ ਬਾਤ ਹੈ ਬੜੇ ਧਿਆਨ ਨਾਲ ਸੁਣਨਾ ਕਹਿੰਦੇ ਦੋ ਕਕਸ਼ਾ ਪੜਾ ਦੋ ਮੁਝੇ ਕਰਜ਼ਾ ਸਭ ਚੁਕਾ ਜਾਊਂਗੀ ਮੈਂ ਵੋ ਨਹੀਂ ਜੋ ਦਹੇਜ ਕੇ ਬਲ ਪੇ ਸ਼ਾਦੀ ਰਚਾਊਂਗੀ ਬਸ ਚਾਹਤੀ ਹੂੰ ਇਤਨਾ ਧਿਆਨ ਨਾਲ ਸੁਣਨਾ ਕਹਿੰਦੇ ਬਸ ਚਾਹਤੀ ਹੂੰ ਇਤਨਾ ਮੁਝੇ ਪੰਖ ਦੇ ਦੋ ਉੜਨੇ ਕੇ ਨੰਨੀ ਸੀ ਪਰੀ ਹੂੰ ਮੁਝੇ ਪੰਖ ਦੇ ਦੋ ਉੜਨੇ ਕੇ ਕਿਆ ਬਾਤ ਹੈ ਜੀ ਹੈਪੀ ਡੋਟਰਸ ਡੇ ਟੂ ਆਲ ਮਾਂ ਤੋਂ ਸ਼ੁਰੂ ਕਰਨ ਦਾ ਕਾਰਨ ਦੋਸਤੋ ਅੱਜ ਦੇ ਦਿਨ ਨੂੰ ਕਿਉਂਕਿ ਮਾਂ ਨੂੰ ਬਹੁਤ ਵੱਡਾ ਦਰਜਾ ਸਭ ਤੋਂ ਵੱਡਾ ਦਰਜਾ ਜਿਹੜਾ ਅਸੀਂ ਦਿੱਤਾ ਹੋਇਆ ਉਹ ਮਾਂ ਨੂੰ ਦਿੱਤਾ ਹੋਇਆ ਪਰ ਅਸੀਂ ਬੇਟੀਆਂ ਨੂੰ ਮੈਂ ਇਹ ਨਹੀਂ ਕਹਿੰਦਾ ਹੈਗਾ ਮਾਫ ਕਰਨਾ ਜੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੇ ਮੈਂ ਨਹੀਂ ਕਹਿੰਦਾ ਅਸੀਂ ਨਹੀਂ ਦਿੰਦੇ ਹੈਗੇ ਦਰਜਾ ਪਰ ਬਹੁਤ ਜਗ੍ਹਾ ਅਜੇ ਵੀ ਇਹੋ ਜਿਹੀਆਂ ਜਗ੍ਹਾਵਾਂ ਪਈਆਂ ਨੇ ਜਿੱਥੇ ਹਜੇ ਵੀ ਬੇਟੀਆਂ ਦਾ ਜਿਹੜਾ ਵਿਆਹ ਹੈ ਬੜੀ ਜਲਦੀ ਕਰ ਦਿੱਤਾ ਜਾਂਦਾ ਤੇ ਮੈਨੂੰ ਅੱਜ ਤੱਕ ਇਹ ਸਮਝ ਹੀ ਨਹੀਂ ਆਇਆ ਮੈਨੂੰ ਕਾਰਨ ਹੀ ਨਹੀਂ ਸਮਝ ਆਉਂਦਾ ਹੈਗਾ ਵੀ ਕੀ ਕਾਰਨ ਹੈ ਬੇਟੀਆਂ ਨੂੰ ਜਲਦੀ ਵਿਆਹ ਕੇ ਮਤਲਬ ਇੱਕ ਅਸੀਂ ਸਿਰਫ ਇੱਕ ਆਪਦਾ ਜਿਹੜਾ ਰਿਸਪੋਂਸੀਬਿਲਟੀ ਹੈ ਉਹਨੂੰ ਨਿਭਾ ਦੇਣਾ ਬੱਚੀਆਂ ਪੈਦਾ ਹੋਈਆਂ ਤੇ ਸਮੇਂ ਸਿਰ ਘਰ ਭੇਜਤੀਆਂ ਇਹੀ ਕਾਰਨ ਹੈ ਬੜੀ ਜਲਦੀ ਵਿਆਹ ਕਰਨ ਦਾ ਜੇ ਪਰਮਾਤਮਾ ਨੇ ਵੈਸੇ ਤਾਂ ਮੈਨੂੰ ਇੱਕ ਗੱਲ ਹੋਰ ਨਹੀਂ ਸਮਝ ਆਉਂਦੀ ਵੀ ਅਸੀਂ ਐਡਾ ਵੱਡੇ ਲਫ਼ਜ਼ ਜਦੋਂ ਬੋਲਦੇ ਹਾਂ ਵੀ ਮੈਂ ਤੈਨੂੰ ਪੈਦਾ ਕੀਤਾ ਜਦੋਂ ਮਾਂ ਬਾਪ ਉਸ ਲੈਵਲ ਤੇ ਆ ਕੇ ਗੱਲ ਕਰਦੇ ਨੇ ਕਿਸੇ ਵੀ ਬੱਚੇ ਨੂੰ ਕਹਿੰਦੇ ਨੇ ਵੀ ਮੈਨੂੰ ਇਹ ਸਮਝ ਨਹੀਂ ਆਉਂਦੀ ਹੁੰਦੀ ਵੀ ਕੌਣ ਕਿਸ ਨੂੰ ਪੈਦਾ ਕਰਨ ਵਾਲਾ ਹੈਗਾ ਸਭ ਤੋਂ ਵੱਡਾ ਕੌਣ ਹੈ ਪੈਦਾ ਕਰਨ ਵਾਲਾ ਇਸ ਦੁਨੀਆ ਦੇ ਉੱਤੇ ਇਸ ਦੁਨੀਆ ਦਿਖਾਉਣ ਵਾਲਾ ਕੌਣ ਹੈ ਜਦੋਂ ਅਸੀਂ ਇਹ ਲਫ਼ਜ਼ ਬੋਲਦੇ ਹਾਂ ਉਦੋਂ ਅਸੀਂ ਇੱਕ ਇਹੋ ਨਹੀਂ ਧਿਆਨ ਦਿੰਦੇ ਵੀ ਸਾਨੂੰ ਵੀ ਕਿਸੇ ਨੇ ਪੈਦਾ ਕਰਿਆ ਅਸੀਂ ਕਿਹਨੂੰ ਪੈਦਾ ਕਰਾਂਗੇ ਜਦੋਂ ਉਹ ਪਰਮਾਤਮਾ ਸਾਨੂੰ ਪੈਦਾ ਕਰਦਾ ਜਿਹਨੇ ਸਾਡੀ ਜਿੰਨੀ ਜ਼ਿੰਦਗੀ ਲਿਖੀ ਹੈ ਤੇ ਜਦੋਂ ਉਹਦੇ ਵਿੱਚ ਅਸੀਂ ਆਪਦੀ ਸਾਇੰਸ ਐਡ ਕਰਦੇ ਹਾਂ ਅਸੀਂ ਕਿੱਥੇ ਜਾ ਕੇ ਜਵਾਬ ਦੇਵਾਂਗੇ ਅਸੀਂ ਕਿੱਥੇ ਜਾ ਕੇ ਕਨੈਕਟ ਕਰਾਂਗੇ ਇੱਕ ਬੜਾ ਵਧੀਆ ਕਿਸੇ ਨੇ ਭੇਜਿਆ ਅੱਜ ਮੈਨੂੰ ਉਹ ਵੀ ਤੁਹਾਨੂੰ ਸੁਣਾਵਾਂਗੇ ਉਹਦੇ ਵਿੱਚ ਇੱਕ ਲਫ਼ਜ਼ ਯੂਜ਼ ਕੀਤਾ ਗਿਆ ਡਾਕਟਰਸ ਦਾ ਲਫ਼ਜ਼ ਯੂਜ਼ ਕੀਤਾ ਗਿਆ ਵੀ ਕਈ ਡਾਕਟਰਸ ਜਿਹੜੇ ਗਲਤ ਕੰਮ ਕਰਦੇ ਨੇ ਜਿਹੜੇ ਗਲਤ ਤਰੀਕੇ ਨਾਲ ਡਿਗਰੀਆਂ ਲੈ ਕੇ ਤੇ ਗਲਤ ਤਰੀਕੇ ਨਾਲ ਚੀਜ਼ਾਂ ਕਰਦੇ ਨੇ ਉਹਦੇ ਵਿੱਚ ਜਦੋਂ ਕਹਿੰਦੇ ਵੀ ਮੈਨੂੰ ਸਮਝ ਨਹੀਂ ਆਉਂਦਾ ਵੀ ਜਦੋਂ ਤੱਕ ਤੁਸੀਂ ਕਿਸੇ ਨਾਲ ਤੁਹਾਡੀ ਕੋਈ ਗੱਲਬਾਤ ਹੁੰਦੀ ਹੈ ਕੋਈ ਲੜਾਈ ਹੁੰਦੀ ਹੈ ਕੋਈ ਕਿਸੇ ਨਾਲ ਕਿਸੇ ਦੀ ਦੁਸ਼ਮਣੀ ਹੁੰਦੀ ਹੈ ਜਦੋਂ ਉਦੋਂ ਬੰਦਾ ਕਿਸੇ ਨੂੰ ਹਿੱਟ ਕਰਦਾ ਹੈਗਾ ਉਹ ਇੱਕ ਸੈਂਸੇਬਲ ਹੁੰਦਾ ਹੈ ਵੀ ਹਾਂ ਚਲੋ ਯਾਰ ਕਿਸੇ ਦੀ ਕਿਸੇ ਨਾਲ ਲੜਾਈ ਸੀਗੀ ਪਰ ਜਦੋਂ ਕੋਈ ਕਿਸੇ ਬੱਚੇ ਨੂੰ ਜਿਵੇਂ ਅੱਜ ਸੁਣਦੇ ਹਾਂ ਇਹ ਵੀ ਬਹੁਤ ਵੱਡੀ ਕ੍ਰਿਤੀ ਹੈ ਜਦੋਂ ਮਾੜੀ ਕ੍ਰਿਤੀ ਜਿਹਨੂੰ ਕਹੂੰਗਾ ਮੈਂ
ਜਦੋਂ ਬੇਟੀਆਂ ਨੂੰ ਬੱਚੀਆਂ ਨੂੰ ਪਤਾ ਕਰਕੇ ਵੀ ਇਹ ਬੇਟੀ ਹੈ ਤੇ ਉਹਨੂੰ ਖਤਮ ਕਰ ਦਿੱਤਾ ਜਾਂਦਾ ਹੈਗਾ। ਉਹਦੇ ਵਿੱਚ ਸਾਇੰਸ ਵੀ ਐਡ ਆਨ ਹੁੰਦੀ ਹੈ, ਉਹ 'ਚ ਸਾਇੰਸ ਐਡ ਆਨ ਹੁੰਦੀ ਹੈ ਤੇ ਸਾਇੰਸ ਜਦੋਂ ਐਡ ਆਨ ਹੁੰਦੀ ਹੈ ਤੇ ਠੀਕ ਹੈ, ਸਾਇੰਸ ਨੇ ਸਾਨੂੰ ਬੜੀਆਂ ਚੀਜ਼ਾਂ ਸਿਖਾਈਆਂ ਨੇ, ਪਰ ਉਸ ਤੋਂ ਬਾਅਦ ਵੀ ਅਸੀਂ ਗਲਤ ਜਦੋਂ ਇਸਤੇਮਾਲ ਕਰਦੇ ਹੈਗੇ ਆ, ਤੇ ਜਿਵੇਂ ਮੈਂ ਦੱਸਿਆ ਹੈਗਾ ਪਹਿਲਾਂ ਵੀ ਉਦੋਂ ਅਸੀਂ ਕਿਵੇਂ ਕਿਸੇ ਨੂੰ ਮਾਰ ਸਕਦੇ ਹਾਂ, ਕੌਣ ਦਿੰਦਾ ਸਾਨੂੰ ਐਡਾ ਵੱਡੀ ਆਜ਼ਾਦੀ, ਸਾਡਾ ਅੰਦਰੋਂ ਜਿਹੜਾ ਜ਼ਮੀਰ ਆ ਉਹ ਕਿਵੇਂ ਅਲਾਓ ਕਰ ਦਿੰਦਾ, ਤੇ ਪੈਸਾ ਇਹ ਸਾਰੀਆਂ ਚੀਜ਼ਾਂ ਤਾਂ ਕਿੰਨਾ ਕੁ ਚਿਰ ਨੇ ਤੁਹਾਡੇ ਕੋਲ ਜੇ ਅਸੀਂ ਪੈਸੇ ਕਰਕੇ ਕਰਦੇ ਹਾਂ। ਇੱਕ ਕਾਲ ਬੜੀ ਦੇਰ ਤੋਂ ਹੋਲਡ ਹੈ, ਅੱਜ ਕਾਲ ਲਈਏ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ, ਹੈਲੋ, ਹਾਂਜੀ ਆਵਾਜ਼ ਆ ਰਹੀ ਹੈ, ਸਤਿ ਸ਼੍ਰੀ ਅਕਾਲ ਜੀ। ਕਾਲ ਕੱਟ ਗਈ ਹੈ, ਦੁਬਾਰਾ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ 905-673-33-37 'ਤੇ। ਮੈਂ ਸਾਡੇ ਸਾਰੇ ਸਰੋਤਿਆਂ ਨੂੰ ਦੱਸਦਾ ਦੋਸਤੋ, ਅੱਜ ਮਨਾ ਰਹੇ ਹੈਗੇ ਹਾਂ ਡੋਟਰਸ ਡੇ, ਅਤੇ ਮੈਨੂੰ ਪਤਾ ਜ਼ਿਆਦਾ ਮੇਰੇ ਵੀਰ ਭਾਈ ਸੱਜਣ ਅੱਜ ਬਿਜ਼ੀ ਹੋਣਗੇ, ਕਾਲ ਨਹੀਂ ਅੱਜ ਆਉਣੀ ਹੈਗੀ, ਕਿਉਂਕਿ ਪਰ ਮੈਂ ਚਾਹੁੰਦਾ, ਮੈਂ ਕਿਉਂਕਿ ਦਾ ਜਵਾਬ ਹਜੇ ਨਹੀਂ ਦਊਂਗਾ, ਲਾਸਟ ਦੇ ਵਿੱਚ ਜਾ ਕੇ ਜਵਾਬ ਦਊਂਗਾ, ਪਰ ਮੈਂ ਚਾਹੁੰਦਾ ਵੀ ਤੁਸੀਂ ਕਾਲ ਕਰੋ ਅਤੇ ਡੋਟਰਸ ਡੇ ਵਿਸ਼ ਜ਼ਰੂਰ ਕਰੋ, ਆਪਣੇ ਆਪਣੇ ਵਿਊਜ਼, ਆਪਣੇ ਆਪਣੇ ਵਿਚਾਰ ਆਪਣੇ ਬੱਚਿਆਂ ਦੇ ਨਾਲ, ਆਪਣੀਆਂ ਬੱਚੀਆਂ ਦੇ ਨਾਲ ਕੋਈ ਵੀ ਹੈਗੇ ਨੇ, ਸ਼ੇਅਰ ਕਰਨ ਦੇ ਲਈ ਜ਼ਰੂਰ ਕਨੈਕਟ ਕਰਿਓ। ਇੱਕ ਕਾਲ ਲੈਂਦੇ ਹਾਂ, ਹੈਲੋ, ਸਤਿ ਸ਼੍ਰੀ ਅਕਾਲ ਜੀ, ਹਾਂਜੀ, ਕੀ ਹਾਲ ਚਾਲ ਜੀ, ਹਾਂਜੀ ਹਾਂਜੀ ਹਾਂਜੀ, ਬਿਲਕੁਲ ਆਖੋ ਜੀ, ਹਾਂਜੀ ਹਾਂਜੀ, ਥੈਂਕ ਯੂ ਥੈਂਕ ਯੂ। ਟੌਪਿਕ ਹੈ ਨਾ, ਇੱਕ ਟੌਪਿਕ ਕੋ ਕਰਨੇ ਕੇ ਲਿਏ ਬਹੁਤ ਡੈਪਥ ਚਾਹੀਏ, ਮੈਂ ਤਾਂ ਇਹ ਕਹੂੰਗੀ। ਥੈਂਕ ਯੂ। ਕਿ ਚਾਹੇ ਹਮ ਲੋਗ ਕਿਤਨੇ ਫਾਰਵਰਡ ਹੋ ਗਏ ਹੈ, ਚਾਹੇ ਹਮ ਲੋਗ ਬਹੁਤ ਮਾਡਰਨਾਈਜੇਸ਼ਨ ਕੀ ਤਰਫ ਬੜ ਗਏ ਹੈ, ਲੇਕਿਨ ਸਭ ਕੁਛ ਚਾਹੀਏ ਐਟ ਦਾ ਐਂਡ ਆਫ ਦੀ ਡੇ ਬੇਟਾ ਹੀ। ਕਿਆ ਕਾਰਨ ਹੈ ਇਸਕੇ ਪਿੱਛੇ? ਮੁਝੇ ਨਹੀਂ ਪਤਾ ਇਸਕਾ ਕਿਆ ਕਾਰਨ ਹੈ, ਕਿਆ ਮਾਈਂਡਸੈਟ ਹੈ, ਕਿਉਂ ਹੈ, ਆਈ ਡੋਨਟ ਨੋ। ਮਤਲਬ ਮੇਰੀ ਦੋ ਬੇਟੀਆਂ ਹੈ, ਠੀਕ ਹੈ, ਇੱਕ ਹੈ ਸਮਾਇਰਾ, ਇੱਕ ਹੈ ਰੀਵਾ, ਐਂਡ ਮੈਂ ਫੀਲ ਕਰਤੀ ਹੂੰ ਕਿ ਮੈਂ ਬਲੈਸਡ ਹੂੰ। ਕਿਆ ਬਾਤ ਹੈ, ਜਹਾਂ ਪੇ ਪੈਦਾ ਹੋਈ ਥੀ ਵਹਾਂ ਪੇ ਵੀ ਮੁਝੇ ਬੇਟੋਂ ਸੇ ਬੜ ਕੇ ਮੇਰੇ ਕੋ ਮਤਲਬ ਕਦੀ ਮੈਨੇ ਐਸਾ ਫੀਸ ਹੀ ਨਹੀਂ ਕਿਹਾ ਕਿ ਐਸਾ ਬੇਟਾ ਬੇਟੀ ਮੇਂ ਡਿਫਰੈਂਸ਼ੀਏਸ਼ਨ ਹੋਤਾ ਹੈ। ਰਾਈਟ, ਬਟ ਆਈ ਗੋਟ ਮੈਰਿਡ ਇਨ ਟੂ ਪੰਜਾਬੀ ਫੈਮਿਲੀ, ਮੁਝੇ ਤਬ ਥੋੜਾ ਸਾ ਲਗਾ ਜ਼ਰੂਰ ਕਿ ਮੇ ਵੀ ਯਹਾਂ ਪੇ ਥੋੜਾ ਸਾ ਹੋ ਕਿ ਭਈ ਬੇਟਾ ਚਾਹੀਏ ਐਂਡ ਬੇਟੀ ਕਾ ਪ੍ਰੋਬਲਮ ਹੋ, ਬਟ ਮੈਂ ਆਮ ਟਰੂਲੀ ਬਲੈਸਡ ਕਿ ਮੈਂ ਐਸੀ ਫੈਮਿਲੀ ਮੇਂ ਆਈ ਹੂੰ ਜਹਾਂ ਪੇ ਮੁਝੇ ਹਮੇਸ਼ਾ ਮੋਟੀਵੇਟ ਕਿਆ ਗਿਆ ਹੈ, ਹਮੇਸ਼ਾ ਐਸੇ ਅਪਰੀਸ਼ੀਏਟ ਕਿਆ ਗਿਆ ਕਿ ਓ ਮਾਈ ਗੋਡ, ਮੇਰੇ ਕੋ ਕਦੀ ਐਕਸਪੈਕਟੇਸ਼ਨ ਥੀ ਨਹੀਂ, ਬਿਯੋਂਡ ਐਕਸਪੈਕਟੇਸ਼ਨ ਉਹਨੇ ਮੁਝੇ ਅਪਰੀਸ਼ੀਏਟ ਕਿਆ ਕਿ ਭਈ ਬੇਟਾ ਹੋ ਬੇਟੀ ਹੋ ਕੋਈ ਫਰਕ ਨਹੀਂ ਪੜਤਾ। ਕਿਆ ਬਾਤ, ਬਟ ਯੂ ਨੋ ਵਟ, ਮੈਂ ਕੈਨੇਡਾ ਮੇਂ ਹੂੰ ਉਸ ਟਾਈਮ ਪਰ, ਯਹਾਂ ਪੇ ਮੈਨੇ ਬਹੁਤ ਫੀਲ ਕਿਆ ਹੈ, ਸੋ ਇਨੀਸ਼ੀਅਲੀ ਜਬ ਮੈਂ ਐਕਸਪੈਕਟ ਕਰ ਰਹੀ ਥੀ ਮੈਂ ਸੈਕਿੰਡ ਚਾਈਲਡ, ਸੋ ਮੈਂ ਬਾਹਰ ਜਾ ਕੇ ਥੀ ਸੋ ਕਾਫੀ ਲੋਕ ਐਸੇ ਮਿਲਦੇ ਸੀ ਐਂਡ ਦੇ ਵਰ ਲਾਈਕ ਕਿ ਆਪਕਾ ਆਪ ਐਕਸਪੈਕਟ ਕਰ ਰਹੇ ਹੋ, ਆਪਕਾ ਕੋਈ ਬੱਚਾ ਹੈ, ਲੋਕੋ ਕੋ ਆਪਣੇ ਸੋਚ ਕੇ ਉੱਪਰ ਕੰਮ ਕਰਨੇ ਕੀ ਜ਼ਰੂਰਤ ਹੈ ਕਿ ਬੇਟਾ ਔਰ ਬੇਟੀ ਮੇਂ ਕੋਈ ਡਿਫਰੈਂਸ ਨਹੀਂ ਹੈ, ਇਟਸ ਨਾਟ ਦ ਮਦਰ, ਆਪ ਆਪਣੀ ਬੀਵੀ ਕੋ ਜਾਂ ਆਪਣੇ ਬਾਬੂ ਕੋ ਪਲੀਜ਼ ਬਲੇਮ ਮਤ ਕੀਜੀਏ ਕਿ ਉਸਨੇ ਬੇਟੀ ਆਈ ਆਪਣੇ ਘਰ ਪੇ, ਇਟਸ ਦਾ ਹਸਬੈਂਡ, ਇਟਸ ਯੋਰ ਸਨ ਜਿਸ ਕੀ ਵਜ੍ਹਾ ਸੇ ਆਪਕੋ ਬੇਟਾ ਹੋ ਰਿਹਾ ਹੈ ਯਾ ਬੇਟੀ ਹੋ ਰਹੀ ਹੈ। ਰਾਈਟ ਰਾਈਟ, ਕਿਆ ਬਾਤ ਹੈ, ਬਿਲਕੁਲ ਬਿਲਕੁਲ। ਕਿਆ ਬਾਤ ਹੈ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਬਹੁਤ ਵੱਡੀਆਂ ਵੱਡੀਆਂ ਗੱਲਾਂ ਤੇ ਬਿਲਕੁਲ ਸਹੀ ਗੱਲਾਂ ਕਰਕੇ ਗਏ ਨੇ। ਸੈਯਦ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਨੇ। ਹਾਂਜੀ ਸੈਯਦ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਭਾਈ ਜਾਨ ਆਦਾਬ, ਪਿਆਰ ਸਲਾਮ, ਕੈਸੇ ਹੈਂ ਆਪ ਜੀ? ਬਹੁਤ ਬੜੀ, ਆਪ ਸੁਣਾਏ। ਬਸ ਇੱਕ ਤੋਂ ਮੈਂ ਆਪਕੋ ਜੀ ਸ਼ਾਬਾਸ਼ ਦੇਤਾ ਹੂੰ, ਕੈਸੇ ਆਪ ਟੌਪਿਕ ਲਾਤੇ ਹੈ, ਬੜਾ ਮਜ਼ਾ ਆ ਜਾਤਾ ਹੈ ਆਪਕੋ ਅੱਲਾ ਜ਼ਿੰਦਗੀ ਦੇ। ਥੈਂਕ ਯੂ। ਤੋ ਯੇ ਟੌਪਿਕ ਆਜ ਸਭ ਕੇ ਲੀਏ ਹੈ ਜੀ, ਮੈਂ ਸਭ ਕੋ ਡਾਕਟਰ ਡੇ ਮੁਬਾਰਕ ਬਾਤ ਦੇਤਾ ਹੂੰ। ਬਿਲਕੁਲ, ਆਪਕੋ ਯੇ ਕਹੂੰਗਾ ਜੀ ਥੋੜੀ ਸੀ, ਯੇ ਬੇਟੀਆਂ ਬਹੁਤ ਪਿਆਰੀ ਚੀਜ਼ ਹੈ, ਜਿਨਕੋ ਅੱਲਾ ਨੇ ਦੀ ਹੈ ਉਨਕਾ ਖਿਆਲ ਰੱਖੇ, ਉਨਕੇ ਨਸੀਬ ਅੱਛੇ ਹੋ, ਉਨਕੀ ਕਿਸਮਤ ਅੱਛੀ ਹੋ, ਔਰ ਮੇਰੀ ਸ਼ਹਿਰ ਸੇ ਦੋ ਬੇਟੀਆਂ ਹੈ, ਆਪ ਯਕੀਨ ਕਰੇ ਵੋ ਜੋ 12 ਸਾਲ ਕੀ ਬੇਟੀ ਹੈ, ਜਬ ਮੈਂ ਰਾਤ ਕੋ ਸੋਤਾ ਹੂੰ ਤੋ ਐਸੇ ਤਰ੍ਹਾਂ ਦੇ ਖੜੇ ਹੋ ਕੇ, ਜਬ ਮੇਰੀ ਆਖ ਲੱਗ ਜਾਤੀ ਹੈ ਤੋ ਮੈਂ ਇੱਕ ਦਿਨ ਮਹਿਸੂਸ ਕੀਆ
रही थी कि अल्लाह मेरे पापा को जिंदगी दे और ये इसकी मुश्किलें आसान हो, वो बड़ी प्यारी चीजें के पास है और अल्लाह सबके नसीब अच्छे करे और इस जैसी दुनिया में कोई रद्द बदल नहीं है, बहुत प्यार को अल्लाह ने आपको दिया है और इसकी इज्जत करें, कदर करें और हमेशा आप रखें। थैंक यू सईद साहब, थैंक यू सो मच, थैंक यू। बिल्कुल दोस्तों, ये सोच ही कितों आउंदी हैगी है, ते मैं सुरुतियां नूं दसूंगा, काफ़ी कॉलां मिस हो चुकी हैं, तुसीं दोबारा कॉल कर सकते हो 905-673-3337 दे उत्ते। क्वेश्चन हैगा वी ये कोशिश, ये सोच आउंदी कितों है बेटे ते बेटी ते बेटियां ने की एक्सट्रा दे जाना हैगा, जबकि सानू तां खुद दा नहीं पता, सानू खुद दा नहीं पता हैगा कल दा साडे दा, ते असीं एक्सपैक्टेशन जिहड़ियां हैगियां ने उह किसे तों रखदे क्यों? ਜਾਂ ਜੇ ਸਾਡੀਆਂ ਐਕਸਪੈਕਟੇਸ਼ਨਸ ਹੈਗੀਆਂ ਨੇ ਬੇਟੇ ਤੋਂ, ਜਾਂ ਬੇਟੇ ਤੋਂ ਐਕਸਪੈਕਟੇਸ਼ਨਸ ਨੇ, ਜਾਂ ਬੇਟਾ ਸਾਨੂੰ ਕਾਹਦੇ ਲਈ ਚਾਹੀਦਾ? ਜੇ ਮੈਨੂੰ ਬੜਾ ਬੜੇ ਧਿਆਨ ਨਾਲ ਮੇਰੀ ਇੱਕ ਰਿਕੁਐਸਟ ਹੈ, ਜੇ ਤੁਹਾਡਾ ਦਿਲ ਕਰੇ ਤਾਂ ਕਾਲ ਕਰਨਾ 905-673-3337 ਦੇ ਉੱਤੇ। ਦੇਖੋ ਕਿੱਡੇ ਕਿੱਡੇ ਵੱਡੇ ਲੋਕ ਹੋਏ ਨੇ, ਜੇ ਮੈਂ ਗੱਲ ਕਰਾਂ ਜਿਨ੍ਹਾਂ ਨੇ ਦੁਨੀਆਂ ਦੇ ਉੱਤੇ ਆਏ ਬੜੇ ਵਧੀਆ ਤਕੜੇ ਕੰਮ ਕਰਕੇ ਗਏ, ਆਪਦਾ ਨਾਮ ਬਣਾ ਕੇ ਗਏ, ਦੁਨੀਆਂ ਨੂੰ ਜਿਉਂਦਾ ਰੱਖਣ ਵਾਸਤੇ ਆਪਦਾ ਨਾਮ ਬਣਾ ਕੇ ਗਏ, ਪਰ ਉਹਨਾਂ ਨੇ ਵਿਆਹ ਹੀ ਨਹੀਂ ਕਰੇ। ਹੁਣ ਤਾਂ ਬੇਟੇ ਬੇਟੀ ਦੀ ਗੱਲ ਹੀ ਖਤਮ ਹੋ ਗਈ, ਕਹਿੰਦੇ ਯਾਰ ਅਸੀਂ ਵਿਆਹ ਹੀ ਨਹੀਂ ਕਰਨਾ ਸੀ, ਕਿਸੇ ਦੀ ਜ਼ਿੰਦਗੀ ਖਰਾਬ ਕਰਕੇ ਨਹੀਂ ਜਾਣਾ ਚਾਹੁੰਦੇ, ਕਿਉਂਕਿ ਅਸੀਂ ਦੁਨੀਆਂ ਤੋਂ ਬੜੀ ਜਲਦੀ ਚਲੇ ਜਾਣਾ, ਉਹਨਾਂ ਦੇ ਵੀ ਨਾਮ ਲਵਾਂਗੇ ਅੱਗੇ ਜਾ ਕੇ, ਕਾਲ ਲੈਂਦੇ ਹਾਂ। ਹਾਂਜੀ ਲਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਵਧੀਆ ਵਧੀਆ ਵੀਰੇ, ਵਧੀਆ। ਹਾਂਜੀ, ਮੈਂ ਘਰ ਜਾਣ ਤੋਂ ਪਹਿਲਾਂ ਮੈਂ ਕਿਹਾ ਮੈਂ ਕੁਝ ਖਿਆਲ ਰੱਖਣ ਲਿਖਣਾ। ਥੈਂਕ ਯੂ, ਲੱਗਦੀ ਮੈਂ ਲਿਖਾਂ। ਹਾਂਜੀ ਆਉਣ ਦਿਓ। ਹੁਣ ਪਹਿਲਾਂ ਮਾਰਨਾ ਕੁੱਖ ਵਿੱਚ ਮੈਨੂੰ ਬਾਪੂ, ਮਾਰਨਾ ਕੁੱਖ ਵਿੱਚ ਮੈਨੂੰ ਬਾਪੂ, ਮੈਂ ਕੀ ਪਤਾ ਮੈਂ ਕੀ ਕਰਨ ਕੀ ਬਣਨਾ ਹੈ, ਧੀ ਬਣ ਜੂ ਫਿਰ ਬਣ ਜੂ ਮਾਂ, ਮੈਂ ਕੀ ਪਤਾ ਕਿਹੜਾ ਯੋਧਾ ਜਨਣਾ ਹੈ। ਕਿਆ ਬਾਤ ਹੈ, ਕਿਆ ਬਾਤ ਹੈ, ਹੁੰਦੇ ਸੁਪਨੇ ਸਭ ਦੇ ਬਾਬੂ, ਇੱਕ ਸੁਪਨਾ ਮੈਂ ਵੀ ਬਣਨਾ ਹੈ, ਮੰਗਦੀ ਨੀ ਮੈਂ ਤੇਰੀ ਦੌਲਤ ਨਾ ਮੈਂ ਮੰਗਦੀ ਮਹਿਲ ਬਣਾ, ਇੱਕ ਵਕਤ ਮੈਨੂੰ ਜ਼ਿੰਦਗੀ ਦੇ ਦੇ ਜੱਗ ਦਾ ਮੂੰਹ ਮੈਂ ਬੰਦ ਕਰਨਾ ਹੈ। ਥੈਂਕ ਯੂ ਲਖਵਿੰਦਰ ਸਾਹਿਬ, ਬਹੁਤ ਬਹੁਤ ਪਰਮਾਤਮਾ ਨੇ ਤੁਹਾਡੇ ਅੰਦਰ ਕਲਾ ਦਿੱਤੀ ਹੈ, ਥੈਂਕ ਯੂ। ਬਿਲਕੁਲ ਦੋਸਤੋ, ਇਹ ਚੀਜ਼ ਤੋਂ ਜਿਵੇਂ ਬਾਈ ਜੀ ਦੱਸ ਕੇ ਗਏ ਨੇ ਵੀ ਮੈਂ ਕੀ ਬਣਨਾ ਹੈ, ਕੀ ਕਿਹੜਾ ਯੋਧਾ ਮੈਂ ਪੈਦਾ ਕਰਨਾ ਹੈ, ਕਿਹੜਾ ਯੋਧਾ ਮੈਂ ਪੈਦਾ ਕਰਨਾ ਹੈ, ਇਹ ਚੀਜ਼ ਮੈਨੂੰ, ਇਹ ਜਿਹੜੇ ਮੁਲਕਾਂ ਦੇ ਵਿੱਚ ਅਸੀਂ ਆਏ ਹਾਂ ਨਾ, ਇੱਥੇ ਮੈਨੂੰ ਬੜੀ ਵਧੀਆ ਇੱਕ ਚੀਜ਼ ਲੱਗਦੀ ਹੈ, ਕਹਿੰਦੇ ਜਦੋਂ ਜੀ ਤੁਹਾਡਾ ਜਿਹੜਾ ਬੱਚਾ ਹੈ ਉਹਨੂੰ ਬੜੀ ਓਵਰ ਕੇਅਰ, ਮੈਂ ਓਵਰ ਵਰਡ ਯੂਜ਼ ਕਰ ਰਿਹਾ ਹੈਗਾ ਉਹਦਾ ਕਾਰਨ ਹੈ, ਪਰ ਉਹ ਓਵਰ ਕੇਅਰ ਨਹੀਂ ਹੈਗੀ, ਉਹ ਕੇਅਰ ਹੈ, ਉਹ ਬੜੇ ਵਧੀਆ ਤਰੀਕੇ ਦੀ ਕੇਅਰ ਹੈ ਜੋ ਇਹ ਸਿਸਟਮ ਨੇ ਸਾਨੂੰ ਕਹੀ ਹੈ ਵੀ ਯਾਰ ਆਪਣੇ ਬੱਚੇ ਦੀ ਬਹੁਤ ਕੇਅਰ ਕਰਨੀ। ਇੱਕ ਛੋਟੀ ਜਿਹੀ ਇਗਜ਼ਾਮਪਲ ਦਿੰਦਾ, ਬੜਾ ਜ਼ਿਆਦਾ ਧਿਆਨ ਨਹੀਂ, ਬੜਾ ਜ਼ਿਆਦਾ ਲੰਬੀ ਇਗਜ਼ਾਮਪਲ 'ਤੇ ਨਹੀਂ ਜਾਂਦਾ ਹੈਗਾ, ਇੱਕ ਛੋਟੀ ਜਿਹੀ ਇਗਜ਼ਾਮਪਲ ਦਿੰਦਾ, ਅਸੀਂ ਸਟਾਲਰ ਲੈ ਕੇ ਚੱਲ ਰਹੇ ਹੁੰਦੇ, ਅਤੇ ਚੱਲਦੇ ਜਦੋਂ ਅਸੀਂ ਦੂਜੇ ਸੜਕ 'ਤੇ ਜਾਣਾ ਹੁੰਦਾ ਅਤੇ ਉਹਨੂੰ ਜਿੱਥੋਂ ਅਸੀਂ ਤੁਰਨਾ, ਕੋਈ ਉੱਬੜ ਖਾਬੜ ਨਹੀਂ, ਉਹ ਦਿਮਾਗ ਦੇਖੋ ਵੀ ਹਰ ਇੱਕ ਬਰੀਕੀ ਨੂੰ ਕਿੰਨੇ ਵਧੀਆ ਤਰੀਕੇ ਨਾਲ, ਤੇ ਮੈਂ ਕਹਿੰਦਾ ਵੀ ਜਿਹੜੇ ਲੋਕਾਂ ਨੇ ਇਹ ਸੋਚ ਬਣਾਈ ਹੈ ਵੀ ਕਿਸੇ ਬੱਚੇ ਨੂੰ ਉੱਬੜ ਖਾਬੜ ਦਾ ਵੀ ਨਾ ਔਖਾਈ ਹੋ ਜੇ, ਮੈਂ ਕਹਿੰਦਾ ਸਲਿਊਟ ਹੈ ਜਿਹੜੇ ਲੋਕ ਇੰਨਾ, ਤੇ ਉਹ ਕੀ ਕਹਿੰਦੇ ਨੇ, ਉਹ ਸਿਸਟਮ ਕੀ ਕਹਿੰਦਾ ਵੀ ਇਹ ਬੱਚੇ ਨੂੰ ਕੋਈ ਨੁਕਸਾਨ ਨਾ ਹੋ ਜੇ, ਕੋਈ ਪਤਾ ਨਹੀਂ ਕੱਲ੍ਹ ਨੂੰ ਇਹ ਪ੍ਰਾਈਮ ਮਿਨਿਸਟਰ ਬਣੇ ਇਸ ਦੇਸ਼ ਦਾ, ਕੱਲ੍ਹ ਨੂੰ ਇਹ ਕਿਹੜਾ ਪਲੇਅਰ ਬਣਨਾ, ਉਹੀ ਚੀਜ਼ ਮੈਨੂੰ ਬਾਈ ਤੋਂ ਯਾਦ ਆਈ। ਲੈਂਦੇ ਹਾਂ ਅਗਲੀ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਰ, ਕਿਆ ਹਾਲ ਚਾਲ? ਬਿਲਕੁਲ ਸਹੀ ਗੱਲ ਹੈ ਸਰ, ਸਹੀ ਗੱਲ ਹੈ ਸਰ। ਥੈਂਕ ਯੂ ਸਮੀਰ ਸਾਹਿਬ, ਥੈਂਕ ਯੂ। ਇੱਕ ਕਾਲ ਹੋਰ ਲੈਣੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਬੜੀਆ ਸਰ, ਵਾਲੇਕੁਮ ਸਲਾਮ, ਆਪ ਸੁਣਾਏ? ਜੀ ਮਾਲਾ ਕਾ ਸ਼ੁਕਰ ਹੈ ਜੀ, ਕਲਮ ਉੱਪਰ ਵਾਲੇ ਕਰ ਆਪਕਾ ਬਹੁਤ ਅਹਿਸਾਨ ਹੈ। ਆਪਕਾ ਮੈਂ ਸੁਣ ਰਿਹਾ ਥਾ ਅਭੀ ਡਰਾਈਵ ਕਰ ਰਹਾ ਤੋ ਮੁਝੇ ਬਹੁਤ ਮਜ਼ਾ ਆ ਰਹਾ ਥਾ, ਔਰ ਆਪਨੇ ਟੌਪਿਕ ਜੋ ਚੁਣਾ ਨਾ ਇਟ ਵਾਸ ਅਮੇਜ਼ਿੰਗ, ਥੈਂਕ ਯੂ, ਜ਼ਬਰਦਸਤ ਹੈ। ਮੈਂ ਆਪਕੋ ਇੱਕ ਥੋੜਾ ਅਗਰ ਟਾਈਮ ਹੋ ਤੋ ਮੈਂ ਸ਼ੇਅਰ ਕਰਨਾ ਚਾਹਤਾ ਹੂੰ ਆਪਕੇ ਸਾਥ। ਪਲੀਜ਼। ਪਹਿਲੇ ਜੋ ਜ਼ਮਾਨੇ ਮੇਂ ਜੋ ਹੈ ਨਾ ਵੋ ਜਬ ਇਤਨਾ ਸਟੇਬਲਾਈਜ਼ ਨਹੀਂ ਥੇ, ਤੋ ਜਬ ਬੇਟੀਆਂ ਪੈਦਾ ਹੋਤੀ ਥੀ ਨਾ ਅਰਬ ਕੇ ਘਰਾਨੇ ਮੇਂ, ਉਨਕੋ ਜਿੰਦਾ ਜਲਾ ਦੇਤੇ ਥੇ, ਕਹਤੇ ਯੇ ਮਨਹੂਸ ਹੈ ਯੇ ਨਾ, ਤੋ ਹਮਨੇ ਫਿਰ ਆਪਣੇ ਪੈਗੰਬਰ ਕੇ ਜ਼ਰੀਏ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਕੀ ਤੇ ਉਨਕੇ ਕੇ ਲੋਗੋਂ ਕੋ ਮੈਸੇਜ ਦਿਆ ਕੇ ਆਓ ਕੇ ਇਨਕੋ ਬਤਾਏ, ਇਨਕੋ ਟੀਚ ਕਰੇ, ਇਨਕੋ
खुदा ने इतना बड़ा जो है ना दिया है, क्योंकि कोई बेटी एक दिन माँ होगी, बहन होगी, बीवी होगी और जो है ना बहने होंगी, सब जो है ना उसी पे कायनात का जो है ना उसी पे सारा कुछ है। सही बात है, सही बात है। तो मैं शादी के बाद मैं पास के मैं सोदिया में ही काम करता था उस दिनों, तो मैं शादी के बाद चला गया, तो मैं जब इवेंट जो परफॉर्म उमरा जैसे कि आपके मुस्लिम पीपल इवेंट जो खाना होली मक्का जाते हैं, राइट राइट राइट, मैं वहां पे मेरे मुंह से ये दुआ निकली, या था मेरी जो पहली औलाद है ना बेटी हो, सल्यूट। तो यकीन करें सेम डे सेम मंथ पे और सेम जो है ना वो मेरे खुदा ने मुझे बेटी दी है। क्या बात। सेकंड भी जो चाइल्ड हुआ वो भी बेटी थी, फिर थर्ड मेरा बेटा हुआ, फिर मेरी बेटी हुई। तो आई एम ब्लेस्ड विद थ्री डॉटर्स। आप यकीन करें कि आपकी कायनात ये है। क्या बात है। तो लोग कहते हैं ना कि ये, मैं थोड़ा सा ऑनेस्टली मैं थोड़ा फील करता था कि मेरी तीन बेटियां और एक बेटा है, तो मोर आई वांट रिसर्च। फिर मैंने कहा नहीं यार, जब वो ऊपर वाले ने कहा कि ये तुम्हारी ब्लेसिंग है, वो नसीब है, वो आपका सारा कुछ, आपका सब कुछ उसी में ही है। तो आई ब्रॉड लाइक दे आर अदर देन यू नो लाइक डॉटर यू आर माय सन, राइट। तो यकीन करें जब आप थके आ रहे आते हैं ना, जब आपको मिलते हैं, जब बात करते हैं, तो आपकी सारी थकावट दूर हो जाती है। क्या बात, क्या बात सर। हाँ जी, तो यकीन करें वी वाज आई लेफ्ट एवरीथिंग टू जस्ट कंसीडर्ड ऑन कि इसकी जिंदगी अल्लाह दे दे मुझे। So I have been 6 months in a secret hospital. That she was a critical condition. So and even doctors want to be for it because the secret they want to live by air, you know, air ambulance case jana. So luckily kuch aisa hua ke we are like 13 years that we were struggling and she now gets better. So one of my cousin wife she told me ke agar aapko khuda ram chahiye na, ram dekhna hai na, to look at that. मैंने कहा बिल्कुल ट्रू कह रही है कि उसमें रब दिखता है आप। क्या बात, क्या बात। ये जो कहते हैं ना बेटे, यकीन करें बेटियां मोर क्लोजर टू द डैड, फादर के ज्यादा करीब होती हैं। क्या बात। आप उनको इस नेमत का अंदाजा नहीं है, इसकी वैल्यू और इसकी कीमत का, इसकी जो कदर और कीमत है ना, आप यकीन करें अनमोल है ये। आपको सारी हैप्पीनेस जिंदगी मिल जाएगी, लेकिन बेटी की जो नेमत है ना, वन ऑफ द प्रीशियस ब्लेसिंग्स ऑफ फादर। So, baby, mashallah, they're doing the academic record is very good. So, main unko kahunga jo parents jo unko ignore karte hain, they must give the time to the daughters and the love, extra love to give them. The God, aapko return mein kya kya deta hai? You can't even imagine. Kya baat hai, sir? Thank you so much. Thank you. Thank you, sir. Thank you so much. You too, sir. Thank you. Choti ji ko. Hello, Sasikal ji. Ki hal chal, sir? Bahut vadhiya, sir. Bahut vadhiya. Ki kehna chahoge? Main ta yehi kehna chahunga ji, bahut bada program hai, badi soni gal chal rahi hai. Thank you. Chal rahe hain te main yehi ki gal kahunga, aina ki fark hai tiya te putta de vich. ਕੋਈ ਸ਼ੱਕ ਨੀ ਇਸ ਗੱਲ ਦੇ ਵਿੱਚ ਜੋ ਬਾਈ ਜੀ ਕਹਿ ਗਏ ਨੇ, ਮੈਨੂੰ ਲੱਗਦਾ ਇਸ ਗੱਲ ਤੇ ਹੀ ਮੁਕਾ ਗਏ ਨੇ ਸਾਰੀਆਂ ਗੱਲਾਂ। ਇੱਕ ਬੜਾ ਵਧੀਆ ਜਿਹੜੀ ਅੱਜ ਇੰਟਰਵਿਊ ਕਰਨੀ ਹੈ, ਉਹਨਾਂ ਬੱਚਿਆਂ ਦਾ ਅੱਜ ਇੱਕ ਗਾਣਾ ਰਿਲੀਜ਼ ਹੋਇਆ ਤੇ ਮੇਰਾ ਦਿਲ ਹੈ ਤੁਹਾਡੇ ਨਾਲ ਉਹ ਸ਼ੇਅਰ ਕੀਤਾ ਜਾਵੇ ਉਹ ਗਾਣਾ। ਦੋਸਤੋ ਤੁਸੀਂ ਵੀ ਸੁਣੋ ਉਹ ਗਾਣਾ, ਸਾਰੇ ਕਿਤੇ ਗੂਗਲ ਦੇ ਉੱਤੇ ਹਰ ਜਗ੍ਹਾ ਰਿਲੀਜ਼ ਹੋ ਚੁੱਕਿਆ। ਗਾਣੇ ਦੇ ਜਿਹੜੇ ਬੋਲ ਨੇ, ਕਹਿੰਦੇ ਜੀ ਵਿਆਹ ਨਾ ਕਰਾਉਂਗੀ ਮੈਂ, ਵਿਆਹ ਨਾ ਕਰਾਓ ਬਾਬਾ, ਵਿਆਹ ਨਾ ਕਰਾਓ ਬਾਬਾ ਮੈਂ ਪੜ੍ਹਨਾ ਚਾਹਤੀ ਹੂੰ। ਉਹਦੇ ਵਿੱਚ ਹਿੰਦੀ ਦੇ ਵਿੱਚ ਗਾਣਾ,
ਤੇ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸਾਡੀਆਂ ਸਾਰੀਆਂ ਭਾਸ਼ਾਵਾਂ ਸਾਡੀਆਂ ਨੇ, ਆਓ ਸੁਣੀਏ, ਬੜਾ ਪਿਆਰਾ ਸੌਂਗ ਹੈ, ਕਿਤੇ ਨਾ ਕਿਤੇ ਤੁਹਾਡੇ ਦਿਲ ਨੂੰ ਛੂਊਗਾ। ਤੇ ਮੈਂ ਇਹ ਨਹੀਂ ਕਹਿੰਦਾ ਦੋਸਤੋ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆਏ ਹਾਂ, ਤੇ ਇਹਨਾਂ ਮੁਲਕਾਂ ਦੇ ਵਿੱਚ ਇੱਕ ਚੀਜ਼ ਬੜੀ ਚੰਗੀ ਹੈ, ਬੜੀ ਸਿਆਣੀ ਹੈ, ਵੀ ਅਸੀਂ ਸਾਡੀ ਜਿਹੜੀ ਸੋਚ ਹੈ ਉਹ ਬਹੁਤ ਉੱਚੀ ਹੋਈ ਹੈ, ਤੁਸੀਂ ਮੇਰੇ ਨਾਲ ਐਗਰੀ ਕਰੋਗੇ ਸਾਰੇ। ਮੈਂ ਸਿਰਫ ਅੱਜ ਦੇ ਟੌਪਿਕ ਨੂੰ ਚਲਾਉਣ ਦਾ ਕਾਰਨ, ਇਹ ਗੱਲ ਨੂੰ, ਇਹ ਗੱਲਾਂ ਨੂੰ ਦੁਹਰਾਉਣ ਦਾ ਕਾਰਨ, ਨੱਚਦੇ ਟੱਪਦੇ ਹੋਏ ਵੀ ਡਾਕਟਰ ਡੇ ਮਨਾ ਸਕਦੇ ਤੇ ਮਨਾਵਾਂਗੇ ਵੀ, ਕਿਉਂਕਿ ਸਾਡੇ ਲਈ ਬਹੁਤ ਵੱਡਾ ਦਿਨ ਹੈ, ਨੱਚਣ ਟੱਪਾਂਗੇ ਵੀ, ਕੋਈ ਸੈਡ ਡੇ ਨਹੀਂ ਹੈਗਾ। ਇਹ ਨਾ ਸਮਝੋ ਕੋਈ ਇਮੋਸ਼ਨਲੀ ਚੱਲ ਰਹੇ ਹੈਗੇ ਆ, ਇਮੋਸ਼ਨ ਇੱਕ ਚੀਜ਼ ਦਾ, ਇੱਕ ਚੀਜ਼ ਦਾ ਇਮੋਸ਼ਨ ਹੈ ਵੀ ਜਿਹੜੀਆਂ ਮਾੜੀਆਂ ਕ੍ਰਿਤੀਆਂ ਉਹਨਾਂ ਦੇ ਉੱਤੇ ਹੈਗਾ। ਤੇ ਸਿਰਫ ਮੈਸੇਜ ਸਾਂਝ ਰੇਡੀਓ ਟੋਰਾਂਟੋ ਵੱਲੋਂ ਇੱਕ ਅਸੀਂ ਭੇਜਣਾ ਚਾਹੁੰਦੇ ਹਾਂ, ਜਿੰਨੇ ਵੀ ਸਾਡੇ ਵੀਰ ਭਾਈ ਸੱਜਣ ਸੁਣ ਰਹੇ ਨੇ, ਜਿੱਥੇ ਵੀ ਸੁਣਦੇ ਹੋ, ਜਿੱਥੇ ਵੀ ਦੇਖਦੇ ਹੋ ਕੋਈ ਮਾੜੀ ਕ੍ਰਿਤੀ ਹੁੰਦੀ ਹੋਈ ਭੈਣਾਂ ਬੇਟੀਆਂ ਬਜ਼ੁਰਗਾਂ ਬੱਚਿਆਂ ਬੱਚੀਆਂ ਦੇ ਨਾਲ, ਪਲੀਜ਼ ਆਵਾਜ਼ ਉਠਾਓ, ਉਹਦੀ ਕੁਐਸਚਨ ਚੱਕੋ ਵੀ ਯਾਰ ਕੋਈ ਮਾੜਾ ਕੰਮ ਨਹੀਂ ਹੋਣਾ ਚਾਹੀਦਾ। ਆਓ ਸੁਣੀਏ, ਤੇ ਕਿਉਂਕਿ ਥੋੜੀ ਦੇਰ ਦੇ ਵਿੱਚ ਉਹਨਾਂ ਬੱਚਿਆਂ ਦੇ ਨਾਲ ਵੀ ਕਨੈਕਟ ਕਰਨਾ। लड़की हुई है ਪੜ੍ਹਾਈ ਹੈ ਅੰਗਨ
ਲਫ਼ਜ਼ ਖਤਮ ਹੋ ਜਾਂਦੇ ਨੇ ਮੈਂ ਤਾਂ ਜਿਹੜੇ ਰਾਈਟਰਸ ਨੇ ਤੇ ਜਿਹੜੇ ਲਿਖਾਰੀ ਨੇ ਜਦੋਂ ਅਹੀਆਂ ਚੀਜ਼ਾਂ ਲਿਖਦੇ ਨੇ ਤੇ ਜਦੋਂ ਗਾਉਂਦੇ ਨੇ ਮੈਂ ਸਲਿਊਟ ਕਰਦਾ ਤੇ ਅੱਗੇ ਜਾ ਕੇ ਦੱਸਦੇ ਆ ਸਿੰਗਰ ਦਾ ਨਾਮ ਵੀ ਤੇ ਕਿਹਨਾਂ ਨੇ ਪ੍ਰੋਡਿਊਸ ਕੀਤਾ ਕਿਹਨਾਂ ਨੇ ਡਾਇਰੈਕਟ ਕੀਤਾ ਤੇ ਕਾਲ ਲੈਂਦੇ ਪਹਿਲਾਂ ਹਾਂਜੀ ਲਖਵਿੰਦਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਭਾਜੀ ਥੈਂਕ ਯੂ ਕੋਈ ਸ਼ੱਕ ਨੀ ਪਹਿਲਾਂ ਦਾਦਾ ਚੱਲ ਕੀ ਕਰਨੇ ਨੇ ਆਪਾਂ ਕੀ ਕਰਨੇ ਨੇ ਕੀ ਬਾਤ ਹੈ ਗੋਰੇ ਕਰਨ ਆਪਾਂ ਆਪਣੇ ਕਹਿੰਦੇ ਦੇਸੀ ਆ ਜਿਗਰ ਮੇਰੇ ਦਾ ਟੁਕੜਾ ਕਿਉਂ ਹੋਇਆ ਪਰਦੇਸੀ ਆ ਇਹ ਸਮਝ ਲਓ ਮੇਰੇ ਵਧੀਆ ਮੇਰੀ ਧੀ ਨੂੰ ਕਿਹਾ ਗਿਆ ਚਲੋ ਕੀ ਕਰਨੇ ਨੇ ਆਪਾਂ ਕੀ ਕਿਸੇ ਧਰਮੇ ਨੇ ਗੋਰੇ ਕਰਨ ਸੁਨਾਮਾ ਆਪਣੇ ਕਹਿੰਦੇ ਦੇਸੀ ਆ ਜਿਗਰ ਮੇਰੇ ਦਾ ਟੁਕੜਾ ਕਿਉਂ ਹੋਇਆ ਪਰਦੇਸੀ ਆ ਕਿਆ ਬਾਤ ਕਿਆ ਬਾਤ ਹੈ ਰਵਿੰਦਰ ਜੀ ਕਮਾਲ ਪਰਮਾਤਮਾ ਨੇ ਤੁਹਾਨੂੰ ਇਹ ਜਿਹੜੀ ਕਲਾ ਦਿੱਤੀ ਹੈ ਬਹੁਤ ਵਧੀਆ ਥੈਂਕ ਯੂ ਸੋ ਮਚ ਸਾਡੇ ਨਾਲ ਜੁੜਦੇ ਹੋ ਕਿਆ ਬਾਤ ਹੈ ਥੈਂਕ ਯੂ ਭਾਜੀ ਥੈਂਕ ਯੂ ਬਿਲਕੁਲ ਦੋਸਤੋ ਇਸ ਚੀਜ਼ ਦੇ ਵਿੱਚ ਜਿਹੜੀ ਲਖਵਿੰਦਰ ਬਾਈ ਜੀ ਵੀ ਦੱਸ ਕੇ ਗਏ ਹੈਗੇ ਨੇ ਤੇ ਬਿਲਕੁਲ ਕਾਰਨ ਜਿਹੜਾ ਹੈਗਾ ਕਦੇ ਕਦੇ ਬਿਲਕੁਲ ਇਹ ਗੱਲਾਂ ਦਾ ਬੜੀਆਂ ਮਾਮੂਲੀ ਗੱਲਾਂ ਨੇ ਕਹਿਣ ਲਈ ਪਰ ਜਦੋਂ ਇਹ ਚੀਜ਼ਾਂ ਨੈਗੇਟਿਵ ਤੌਰ ਤੇ ਹੋ ਜਾਂਦੀਆਂ ਨੇ ਉਦੋਂ ਬੜਾ ਸਮਝ ਨਹੀਂ ਆ ਰਹੀ ਹੁੰਦੀ ਇਹ ਚੀਜ਼ਾਂ ਹੁੰਦੀਆਂ ਕਿਉਂ ਨੇ ਤੇ ਆਓ ਦੋਸਤੋ ਕਿਉਂਕਿ ਟਾਈਮ 9 ਘੰਟਾ ਪਤਾ ਨਹੀਂ ਲੱਗਾ ਕਿੱਥੇ ਲੰਘ ਗਿਆ ਕਿਉਂਕਿ ਸਾਡੇ ਸਰੋਤੇ ਜਿਸ ਤਰੀਕੇ ਨਾਲ ਸਾਡੇ ਨਾਲ ਕਨੈਕਟਡ ਨੇ ਤੇ ਮੈਂ ਦੱਸਦਾ ਦੁਬਾਰਾ ਦੋਸਤੋ ਥੋੜੀ ਦੇਰ ਦੇ ਵਿੱਚ ਹੋਰ 10 ਮਿੰਟਾਂ ਦੇ ਵਿੱਚ ਸਾਡੇ ਨਾਲ ਜੁੜਨ ਵਾਲੇ ਹੈਗੇ ਨੇ ਟੀਆ ਤੇ ਐਨਾ ਥੋੜੀ ਦੇਰ ਦੇ ਵਿੱਚ ਸਾਡੇ ਨਾਲ ਜੁੜਨ ਵਾਲੇ ਨੇ ਇੰਡੀਆ ਤੋਂ ਉਹਨਾਂ ਦੀ ਇੰਟਰਵਿਊ ਕਰਾਂਗੇ ਕਿਉਂਕਿ ਇਸ ਗਾਣੇ ਦੇ ਵਿੱਚ ਜੋ ਆਰਟਿਸਟ ਮੇਨ ਆਰਟਿਸਟ ਨੇ ਬੱਚੇ ਛੋਟੇ ਬੱਚੇ ਦਾ ਰੋਲ ਵੱਡੇ ਬੱਚੇ ਦਾ ਰੋਲ ਕਰਿਆ ਹੈਗਾ ਉਹ ਟੀਆ ਤੇ ਐਨਾ ਨੇ ਕਰਿਆ ਹੈਗਾ ਤੇ ਉਹ ਸਾਡੇ ਨਾਲ ਥੋੜੀ ਦੇਰ ਦੇ ਵਿੱਚ ਫੇਸਬੁੱਕ ਤੇ ਮੈਂ ਦੁਬਾਰਾ ਦੱਸ ਰਿਹਾ ਸਾਡੇ ਸਰੋਤਿਆਂ ਨੂੰ ਦੋਸਤੋ ਫੇਸਬੁੱਕ ਤੇ ਆਓ ਬੜੀ ਇੰਸਪਾਇਰਿੰਗ ਹੈ ਸਪੈਸ਼ਲੀ ਆਪਣੇ ਬੱਚਿਆਂ ਦੇ ਨਾਲ ਦੇਖੋ ਆਪਦੇ ਘਰੇ ਐਂਡਰਾਇਡ ਟੀਵੀ ਦੇ ਉੱਤੇ ਫੇਸਬੁੱਕ ਐਂਡ ਯੂਟਿਊਬ ਦੇ ਉੱਤੇ ਸਾਂਝ ਰੇਡੀਓ ਟੋਰਾਂਟੋ ਲਿਖ ਕੇ ਆਓ ਥੋੜੀ ਦੇਰ ਦੇ ਵਿੱਚ ਤੁਸੀਂ ਸਾਨੂੰ ਦੇਖ ਪਾਓਗੇ ਉੱਤੇ ਮੈਨੂੰ ਤਾਂ ਤੁਸੀਂ ਹੁਣੀ ਦੇਖ ਸਕਦੇ ਹੋ ਐਨਾ ਤੇ ਟੀਆ ਜਿਹਨਾਂ ਦਾ ਮੈਂ ਦੱਸਿਆ ਹੈਗਾ ਵੀ ਐਨਾ ਤੇ ਟੀਆ ਥੋੜੀ ਦੇਰ ਦੇ ਵਿੱਚ ਸਾਡੇ ਨਾਲ ਫੇਸਬੁੱਕ ਤੇ ਜੁੜਨ ਵਾਲੇ ਨੇ ਤੇ ਉਹ ਤੋਂ ਪਹਿਲਾਂ ਸਾਡੇ ਨਾਲ ਮਯੰਕ ਭਟਨਾਗਰ ਸਾਹਿਬ ਜੁੜ ਚੁੱਕੇ ਨੇ ਦੋਸਤੋ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਮੌਰਗੇਜ ਜਿਹੜਾ ਸਭ ਤੋਂ ਵੱਡਾ ਏਰੀਆ ਹੈਗਾ ਤੇ ਚਾਬੀ ਕਿਵੇਂ ਫੜਨੀ ਆ ਹੱਥ ਦੇ ਵਿੱਚ ਤੇ ਚਾਬੀ ਕੌਣ ਫੜਾਊਗਾ ਮਯੰਕ ਭਟਨਾਗਰ ਸਾਹਿਬ ਫੜਾਉਣਗੇ ਚਾਬੀ ਕਿਉਂਕਿ ਇਹਨਾਂ ਦਾ ਇੱਕੋ ਇੱਕ ਸੁਪਨਾ ਹੈ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਭਾਜੀ ਰਿਐਲਿਟੀ ਹੈ ਜ਼ਿੰਦਗੀ ਦੀ ਤੇ ਥੈਂਕ ਯੂ ਸੋ ਤੁਸੀਂ ਜਦੋਂ ਅਸੀਂ ਅੱਜ ਇੰਨੇ ਵੱਡੇ ਸਮੇਂ ਦੇ ਵਿੱਚ ਜਦੋਂ ਇੰਨੇ ਮਾਡਰਨਾਈਜੇਸ਼ਨ ਦੀ ਅਸੀਂ ਗੱਲਾਂ ਕਰਦੇ ਤੇ ਪਰ ਸੋਚ ਸਾਡੀ ਜੇ ਉੱਥੇ ਹੀ ਖੜੀ ਹੈ ਨੈਗੇਟਿਵਿਟੀ ਵੱਲ ਫਿਰ ਮੈਨੂੰ ਲੱਗਦਾ ਸੀ ਹਜੇ ਵੀ ਬਹੁਤ ਪਿੱਛੇ ਖੜੇ ਆ ਮਤਲਬ ਆਹ ਹੋ ਗਿਆ ਨਾ ਗੱਲ ਕਿ ਕੋਈ ਆਪਾਂ ਪਤਾ ਹੀ ਨੀ ਆਪਾਂ ਪੈਸੇ ਕਮਾ ਰਹੇ ਹਾਂ ਯੂ ਨੋ ਵੱਡੀ ਵੱਡੀ ਗੱਡੀਆਂ ਲੈ ਰਹੇ ਹਾਂ ਘਰ ਲੈ ਰਹੇ ਹਾਂ ਯੂ ਨੋ ਡਿਵੈਲਪਮੈਂਟ ਦੈਟ ਇਜ਼ ਗੋਇੰਗ ਔਨ ਬਟ ਦਿਮਾਗ ਦੇ ਵਿੱਚ ਤਾਂ ਡਿਵੈਲਪਮੈਂਟ ਹੀ ਨਹੀਂ ਹੋ ਸਕਦਾ ਰਾਈਟ ਐਗਰੀ 100% ਨਹੀਂ ਆਹ ਤਾਂ ਬੜੀ ਮਾੜੀ ਗੱਲ ਹੈ ਜਿਹੜੀ ਏਦਾਂ ਵਿੱਚ ਹੋ ਰਹੀ ਹੈ ਮਤਲਬ ਸਪੈਸੀਫਿਕਲੀ ਇਸ ਕੰਟਰੀ 'ਚ ਤਾਂ ਨਹੀਂ ਹੋਣੀ ਚਾਹੀਦੀ ਇੰਡੀਆ 'ਚ ਤਾਂ ਅਸੀਂ ਕਦੇ ਥੋੜ੍ਹਿਆ ਨਹੀਂ ਕਿਉਂਕਿ ਪੂਰੀ ਦੁਨੀਆ ਦੀ ਇਸ ਕੰਟਰੀ ਦੇ ਵਿੱਚ ਤਾਂ ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ ਵੀ ਬਹੁਤ ਪਿਆਰੀ ਗੱਲ ਹੈ ਵੀ ਇੱਥੇ ਆ ਕੇ ਲੋਕਾਂ ਦੀ ਸੋਚ ਬਹੁਤ ਉੱਚੀ ਹੋਈ ਹੈ ਬਹੁਤ ਪਿਆਰ ਆਪਾਂ ਦੇਖਦੇ ਹੀ ਹੈਗੇ ਹਾਂ ਵੀ ਬੇਟੀਆਂ ਨੂੰ ਕਿਸ ਤਰੀਕੇ ਨਾਲ ਉਹਦੇ ਪਿਆਰ ਕੀਤਾ ਜਾਂਦਾ ਹੈਗਾ ਤੇ ਨੋ ਡਾਊਟ ਪਰ ਇੱਕ ਮੈਸੇਜ ਜ਼ਰੂਰ ਹੈ ਵੀ ਜਿੰਨੇ ਵੀ ਸਾਡੇ ਵੀਰ ਭਾਈ ਸੱਜਣ ਸੁਣਦੇ ਨੇ ਜੇ ਉਹ ਕਿਤੇ ਦੇਖਣ ਨੈਗੇਟਿਵਿਟੀ ਜਾਂ ਕਦੇ ਕਿਸੇ ਰਿਸ਼ਤੇਦਾਰ ਕੋਲੋਂ ਜਾਂ ਕਿਸੇ ਕੋਲੋਂ ਸੁਣਨ ਮੈਨੂੰ ਲੱਗਦਾ ਸਟਾਪ ਕਰਨ ਉਹ ਨੈਗੇਟਿਵਿਟੀ ਨੂੰ ਉੱਥੇ ਕੀ ਬਾਤ ਹੈ ਨਹੀਂ ਥੈਂਕ ਯੂ
थैंक यू भाजी, थैंक यू। ते तुसी भी, तुहाडे लई भी हमेशा ही सल्यूट हुंदा है क्योंकि तुसी सोसाइटी वास्ते जिहड़ा काम कर रहे हो, एक तुहाडा जिहड़ा मोटिव है सोसाइटी वास्ते हर बंदे दे हत्थ दे विच चाबी फड़ाउणा, मैं कहना कमाल दा मोटिव हैगा। ते प्लीज उहदे बारे दसो, क्योंकि मेन प्रॉब्लम भाजी आउंदी है जदों एन मौके ते कोई प्रॉब्लम आ जांदी, जदों घर क्लोजिंग होणी हुंदी है, उहदे ते मैं चाहूंगा थोड़ा जिहा चानणा पाओ। ਪਹਿਲਾਂ ਮੈਂ ਆਪਣੇ ਸਾਰੇ ਦਰਦੇ ਨੂੰ ਮੈਂ ਭਟਾਗਰ ਦੇ ਜੀ ਐਨ ਟੀ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ। ਭਾਜੀ ਜਿਹੜੀ ਆਪ ਤੁਸੀਂ ਗੱਲ ਕਰੀ ਹੈ ਰਾਈਟ, ਐਵਰੀ ਸਿੰਗਲ ਮੰਥ ਇਟਸ ਵੈਰੀ ਸਰਪ੍ਰਾਈਜ਼ਿੰਗ ਟੂ ਸੀ ਐਵਰੀ ਸਿੰਗਲ ਮੰਥ 15 ਤਰੀਕ ਤੇ 30 ਤਰੀਕ ਨੂੰ 30 ਮਾਰਡੋ ਜਾਂ 31 ਮਾਰਡੋ ਰਾਈਟ ਰਾਈਟ ਇਹਦੇ 'ਚ ਤੁਹਾਨੂੰ ਆਉਂਦੀ ਆ ਕਿ ਵੀ ਸਾਡੀ ਤਾਂ ਜੀ ਇੰਨਾ ਚਿਰ ਹੋ ਗਿਆ ਮੌਲੀਅਤ ਸਾਰੀ ਅਕੂਲ ਸੀਗੀ ਤੇ ਖੜੇ ਪਏ ਹੁਣ ਡਿਕਲਾਈਨ ਕਰਤੀ, ਹੁਣ ਅਸੀਂ ਕੀ ਕਰੀਏ। ਦਿਸ ਇਜ਼ ਦ ਲਾਈਨ ਦੈਟ ਵੀ ਗੈਟ ਐਵਰੀ ਸਿੰਗਲ 15 ਜਾਂ 30 ਇਅਰਸ ਐਂਡ ਯੂ ਵੁੱਡ ਬੀ ਸਰਪ੍ਰਾਈਜ਼ ਜਬ ਪੂਰੀ ਪੂਰੀ ਫੈਮਿਲੀ ਸਾਡੇ ਆਫਿਸ ਆ ਜਾਂਦੀ ਹੈ, ਕਹਿੰਦੇ ਸੀ ਭਾਜੀ ਹੁਣ ਸਾਨੂੰ ਕਿਤੇ ਸੈੱਟ ਕਰੋ। ਇਟ ਇਜ਼ ਵੈਰੀ ਸਰਪ੍ਰਾਈਜ਼ ਕਿ ਆਪਾਂ ਕੀ ਉਹਨਾਂ ਦੀ ਰਾਈਟ ਹੈ, ਮਦਦ ਕਿੱਦਾਂ ਕਰੀਏ। ਤੇ ਉਸ ਕਰਕੇ ਆਪਣੇ ਕੋਲ ਜੇ ਤੁਹਾਨੂੰ ਆਹ ਪ੍ਰੋਬਲਮ ਆ ਰਹੀ ਹੈ, ਪਹਿਲੀ ਤਾਂ ਮੇਰੇ ਕੋਲ ਰਿਕੁਐਸਟ ਆ ਹੋਊਗੀ ਕਿ ਥੋੜਾ ਚਿਰ ਪਹਿਲਾਂ ਆਓ, ਆ ਨਾ ਕਰੋ ਜੇ 30 ਤਰੀਕ ਦੀ ਕਲੋਜ਼ਿੰਗ ਹੈਗੀ ਆ। Reflect the views and opinions of the management. Whatever you are, whatever you're doing, you can listen to AM 530 anytime, anywhere. Just download the iHeartRadio 2.0 app to your device and choose AM 530. The iHeartRadio 2.0 app, your connection to CHLO AM 530. ਬਿਲਕੁਲ ਜੀ ਬਿਲਕੁਲ, ਸਾਡੇ ਨਾਲ ਦੁਬਾਰਾ ਮਹਿੰਕ ਪਟਨਾਗਰ ਸਾਹਿਬ ਜੀ ਐਨ ਈ ਮੋਰਗੇਜ ਤੋਂ ਦੁਬਾਰਾ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰ ਰਹੇ ਹੈਗੇ ਆ ਮੋਰਗੇਜ ਦੇ ਸੰਬੰਧੀ, ਜਿਹੜਾ ਸਭ ਤੋਂ ਵੱਡਾ ਏਰੀਆ ਹੈਗਾ ਜਦੋਂ ਘਰ ਦੀ ਹੱਥ ਘਰ ਦੀ ਚਾਬੀ ਫੜਨੀ ਹੈ। ਹਾਂਜੀ ਮਹਿੰਕ ਸਾਹਿਬ, ਸਤਿ ਸ੍ਰੀ ਅਕਾਲ, ਵੈਲਕਮ ਅਗੇਨ। ਰਾਈਟ ਅਵੇ ਤੁਹਾਡੀ ਮੋਰਗੇਜ ਹੋ ਸਕਦੀ ਹੈ। ਸਾਡੇ ਕੋਲ ਲੈਂਡਰਸ ਹੁੰਦੇ ਆ, ਹਾਇਸਟ ਲੈਂਡਰ ਹੁੰਦੇ ਆ, ਪ੍ਰਾਈਵੇਟ ਲੈਂਡਰ ਹੁੰਦੇ ਆ, ਜਿਹੜੀ ਤੁਹਾਡੀ ਮੋਰਗੇਜ ਕਰਾ ਸਕਦੇ ਆ। ਹੁਣ ਅੱਜ ਦਾ ਸਪੈਸ਼ਲ ਅਸੀਂ ਜਿਹੜਾ ਲਾ ਰਹੇ ਹਾਂ ਉਹ 3.99 ਦਾ ਸਪੈਸ਼ਲ ਅਸੀਂ ਜਿਹੜੇ ਆਪਾਂ ਲਿਸਨਰਸ ਨੂੰ ਆਫਰ ਕਰ ਸਕਦੇ ਹਾਂ। 750 ਦਾ ਕ੍ਰੈਡਿਟ ਸਕੋਰ ਘੱਟੋ ਘੱਟ ਹੋਣਾ ਚਾਹੀਦਾ, ਭਾਵੇਂ ਇਨਕਮ ਨਾ ਹੋਵੇ, ਦੈਟਸ ਨਾਟ ਅ ਪ੍ਰੋਬਲਮ। ਜੇ ਤੁਹਾਡਾ ਕ੍ਰੈਡਿਟ ਵੀ ਖਰਾਬ ਆ, ਜੇ ਤੁਹਾਨੂੰ ਤੁਹਾਡੇ ਕੋਲ ਇਨਕਮ ਵੀ ਨਹੀਂ ਹੈਗੀ ਆ, ਤੇ ਓਨਲੀ ਤੁਸੀਂ 20-25% ਡਾਊਨ ਪਾ ਸਕਦੇ ਹੋ, ਮੋਰਗੇਜ ਤੁਹਾਡੀ ਹੋ ਜੂਗੀ, ਰੇਟ ਥੋੜਾ ਜਿਹਾ ਵੱਧ ਕੇ ਮਿਲੂਗਾ। ਹਾਊ ਐਵਰ ਇਟ ਵਿਲ ਸਟਿਲ ਬੀ ਵੈਰੀ ਕੰਪੈਟੀਟਿਵ। ਰੇਟ ਜਿਹੜਾ ਹੈਗਾ ਅਸੀਂ ਔਨ ਏਅਰ ਇਸੇ ਨਹੀਂ ਦੱਸ ਸਕਦੇ ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਤੁਹਾਡੀ ਸਿਚੁਏਸ਼ਨ ਹੈ ਕਿੱਥੇ। ਤੇ ਮਤਲਬ ਆਪਣੇ ਸਰੋਤੇ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਾਂ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਬਈ ਆਪਾਂ ਸਾਰਿਆਂ ਦੀ ਮੋਰਗੇਜ ਪ੍ਰੋਪਰ ਤਰੀਕੇ ਨਾਲ ਔਨ ਟਾਈਮ ਕਲੋਜ਼ ਕਰੀਏ ਐਂਡ ਤੁਹਾਨੂੰ ਐਟਲੀਸਟ ਲਾਸਟ ਮਿੰਟ ਹੈਡੇਕ ਨਾ ਹੋਵੇ। Because that is the most
difficult time kyunki you are excited for the new house par matlab baad de vich tanu problem aa rahi hai baad de vich tanu extensions dene pe rahi hai and that is costing you more money every single day. Number hai ji 647 702 2023 6477022023 je tusi drive kar rahe ho please ਤੁਸੀਂ ਡਰਾਈਵ ਕੇਅਰਫੁਲੀ ਕਰੋ ਤੇ ਰਜਿੰਦਰ ਜੀ ਦਾ ਵੀ ਮੇਰਾ ਨੰਬਰ ਰੱਖ ਸਕਦੇ ਹੋ ਡੋਂਟ ਡਰਾਈਵ ਐਂਡ ਰਾਈਟ ਕਿਉਂਕਿ ਆਪਾਂ ਨੂੰ ਦੋ ਤਿੰਨ ਲੋਕਾਂ ਨੇ ਫੋਨ ਕੀਤਾ ਸੀਗਾ ਕਿ ਵੀ ਮੈਂ ਠੀਕ ਰਹਿਣਾ ਸੀਗਾ ਰਜਿੰਦਰ ਜੀ ਬਿਲਕੁਲ ਆਪਾਂ ਮੈਂ ਮਤਲਬ ਅਵਾਇਡ ਕਰੋ ਬਿਲਕੁਲ ਐਂਡ ਉਹਨਾਂ ਨੂੰ ਟੈਕਸ ਮਿਲ ਗਈ ਸੀ ਸੋ ਪਲੀਜ਼ ਡੋਂਟ ਡੂ ਦੈਟ ਡੋਂਟ ਰਿਸਕ ਯੋਰ ਲਾਈਫ ਇਟ ਇਜ਼ ਵੈਰੀ ਪ੍ਰੈਸ਼ੀਅਸ ਰਜਿੰਦਰ ਭਾਈ ਜੇ ਤੁਸੀਂ ਇਫ ਯੂ ਕੈਨ ਬੀ ਕਾਈਂਡ ਇਨਫ ਟੂ ਗਿਵ ਦ ਨੰਬਰ ਆਫਟਰ ਰਾਈਟ ਐਟ ਲੀਸਟ ਸੋ ਦੈਟ ਬੀ ਗੁੱਡ ਦੂਜੀ ਗੱਲ ਹੈਗੀ ਆ ਉਹ ਸਰੋਤਿਆਂ ਲਈ ਜਿਹੜੇ ਰੀਫਾਈਨੈਂਸ ਕਰਾਉਣਾ ਚਾਹੁੰਦੇ ਆ ਸਾਡੇ ਕੋਲ ਬਹੁਤ ਇਨਕੁਆਇਰੀਜ਼ ਆ ਰਹੀਆਂ ਰੀਫਾਈਨੈਂਸ ਲਈ ਐਂਡ ਪਰਪਸ ਰੀਫਾਈਨੈਂਸ ਦਾ ਆ ਹੋ ਰਿਹਾ ਰਜਿੰਦਰ ਜੀ ਕਿਉਂਕਿ ਲੋਕੀ ਕਹਿ ਰਹੇ ਆ ਕਿ ਵੀ ਸਾਡੇ ਕੋਲ ਹਜੇ ਵੀ ਡੇ ਟੂ ਡੇ ਐਕਸਪੈਂਸਿਸ ਕਰਨ ਲਈ ਆਪਣੀ ਜਿਹੜੀ ਇਕੁਇਟੀ ਹੈ ਉਹਨੂੰ ਯੂਜ਼ ਕਰਨਾ ਪੈ ਰਿਹਾ ਹੈ ਰਾਈਟ ਇਟ ਇਜ਼ ਵੈਰੀ ਸਰਪ੍ਰਾਈਜ਼ਿੰਗ ਕਿ ਹਜੇ ਵੀ ਮਤਲਬ ਪੀਪਲ ਆਰ suffering because of COVID, but je tonu thodi a situation aa gayi hai sade ko banks hai giyan jehdi tonu ede vich help kar sakdiyan te apa rate jehda offer kar rahe hai oh offer kar rahe hai 1.99% da starting de vich conditions do apply because every case by case basis assi dass sakde hai where your mortgage rate will fit and rate can change without notice te tusi mere naal sidha sampark kar sakde ho ਨੰਬਰ ਹੈ ਜੀ 647 702 2023 6477022023 ਆਪਣਾ ਆਫਿਸ ਸਾਗਰ ਦੇ ਵਿੱਚ ਹੈਗਾ ਤੇ ਆਫਿਸ ਆਵਰਸ ਆਪਣੇ ਹੈਗੇ 9 AM ਤੋਂ 6:30 PM ਮੰਡੇ ਟੂ ਫਰਾਈਡੇ ਐਂਡ ਸੈਟਰਡੇ 9 to 4 ਤੇ ਮੇਰੇ ਨਾਲ ਤੁਸੀਂ ਰੀਫਾਈਨੈਂਸ ਜਾਂ ਐਮਰਜੈਂਸੀ ਫੰਡਸ ਕੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਐਂਡ ਵੀ ਵਿਲ ਬੀ ਹੈਪੀ ਟੂ ਹੈਲਪ ਥੈਂਕ ਯੂ ਸੋ ਮਚ ਭਾਜੀ ਬਿਲਕੁਲ ਦੋਸਤੋ ਨੰਬਰ ਦੁਬਾਰਾ ਨੋਟ ਕਰ ਲਓ 6477022023 647 702 2023 ਇਸ ਟਾਈਮ ਫੇਸਬੁੱਕ ਤੇ ਵੀ ਬਿਜ਼ਨਸ ਕਾਰਡ ਸ਼ੋ ਹੋ ਰਿਹਾ ਹੈਗਾ ਭਾਜੀ ਦਾ ਮਯੰਕ ਪਟਨਾ ਸਾਹਿਬ ਦਾ 6477022023 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਥੈਂਕ ਯੂ ਸੋ ਮਚ ਭਾਜੀ ਸਾਡੇ ਨਾਲ ਜੁੜਨ ਵਾਸਤੇ ਥੈਂਕ ਯੂ ਬਿਲਕੁਲ ਦੋਸਤੋ ਤੇ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈਗਾ ਬੜਾ ਟਾਈਮ ਜਿਹੜਾ ਹੈਗਾ ਥੋੜਾ ਰਹਿ ਗਿਆ ਹੁਣ ਕਿਉਂਕਿ ਸਾਡੇ ਨਾਲ ਮੈਂ ਬੱਚਿਆਂ ਦੀ ਗੱਲ ਕਰੀ ਸੀਗੀ ਟੀਆ ਤੇ ਐਨਾ ਸਾਡੇ ਨਾਲ ਜੁੜਨ ਵਾਲੇ ਹੈਗੇ ਨੇ ਤੇ ਕਾਲ ਦੇ ਉੱਤੇ ਕਾਲ ਤੇ ਵੀ ਜੁੜਾਂਗੇ ਉਹਨਾਂ ਨਾਲ ਤੇ ਫੇਸਬੁੱਕ ਤੇ ਮੈਂ ਤੁਹਾਨੂੰ 5 ਮਿੰਟ ਹੋਰ ਦੇ ਰਿਹਾ ਹੈਗਾ ਫੇਸਬੁੱਕ ਐਂਡ ਯੂਟਿਊਬ ਤੇ ਆ ਜਾਓ ਟੀਆ ਤੇ ਐਨਾ ਬੱਚੇ ਸਾਡੇ ਨਾਲ ਜੁੜ ਰਹੇ ਹੈਗੇ ਨੇ 905-673-3337 ਤੇ ਕਾਲਾਂ ਵੀ ਲਵਾਂਗੇ ਤੇ ਇੱਕ ਉਹਨਾਂ ਦਾ ਗਾਣਾ ਦੁਬਾਰਾ ਪਲੇ ਕਰੀਏ ਕਿਉਂਕਿ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜਾ ਇਸ ਟਾਈਮ ਹੈ ਕਨੈਕਟ ਕਰ ਰਹੇ ਹੈਗੇ ਬੱਚਿਆਂ ਦੇ ਨਾਲ ਦੋ ਮਿੰਟ ਦੇ ਵਿੱਚ ਬੱਚਿਆਂ ਦੇ ਨਾਲ ਕਨੈਕਟ ਕਰ ਰਹੇ ਤੇ ਉਹ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਗਾਣਾ ਸੁਣਾ ਦਾਂ ਬੜਾ ਪਿਆਰਾ ਸੌਂਗ ਹੈ ਦੋਸਤੋ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਏਗਾ ਬੜਾ ਪਿਆਰਾ ਸੌਂਗ ਅੱਜ ਹੀ ਮੈਨੂੰ ਕਿਸੇ ਨੇ ਭੇਜਿਆ ਹੈਗਾ ਹਾਂਜੀ ਬੜਾ ਪਿਆਰਾ ਸੌਂਗ ਆਓ ਸੁਣੋ ਬਲ ਬੂਹੇ ਸੇ ਨੀ ਆਵਣ ਖੁਸਰੇ ਲੈਣ ਵਧਾਈਆਂ ਓ ਅੰਮੀਏ ਵੇੜੇ ਤੇਰੇ ਸਾਡਾ ਜੀ ਕਰਦੇ ਗਈਏ ਵੀਰੇ ਦੀਆਂ ਘੋੜੀਆਂ ਸਾਡਾ ਦੀ ਕਰਦੇ ਗਈਏ ਵੀਰੇ ਹੈਲੋ ਹਾਂ ਬੇਟਾ ਮੈਂ ਵੀ ਕਨੈਕਟ ਕਰ ਰਹਾ ਹਾਂ ਠੀਕ ਹੈ ਸਹੀ ਹੋ ਕੇ ਬੈਠ ਜਾਓ ਸਹੀ ਨਹੀਂ ਬੈਠੇ ਸਹੀ ਹੋ ਕੇ ਬੈਠ ਜਾਓ ਮੈਂ ਕਨੈਕਟ ਕਰ ਰਹਾ ਪੁੱਤਾਂ ਤੋਂ ਪਹਿਲਾਂ ਦੀਆਂ ਮਗਰੋਂ ਕੋਈ ਹੋਣ ਦਿੰਦਾ ਨੀ ਅੰਮੀ ਮਗਰੋਂ ਕੋਈ ਹੋਣ ਦਿੰਦਾ ਨੀ
ਤੀਜੇ ਮਹੀਨੇ ਮੌਤ ਮੇਰੀ ਦੇ ਹੋ ਜਾਣ ਹੁਕਮ ਨੀ ਜਾਰੀ ਕੋਈ ਕੋਈ ਕਰਕੇ ਸਭੇਰ ਪੋਤਾ ਹੋ ਲੈਂਦੇ ਵਾਰੋ ਵਾਰੀ ਭੁੱਖ ਦੇ ਵਿੱਚ ਮਾਰ ਮਕੋਦ ਮੈਨੂੰ ਇੱਕ ਡਾਕਟਰ ਭੁੱਖ ਦੇ ਵਿੱਚ ਮਾਰ ਮਕੋਦ ਮੈਨੂੰ ਇੱਕ ਡਾਕਟਰ ਦੋ ਘੜੀਆਂ ਨੂੰ ਦਿੰਦਾ ਪੁੱਤਾਂ ਤੋਂ ਪਹਿਲਾਂ ਦੀਆਂ ਤਾਈਓ ਨੇ ਹੁੰਦੀਆਂ ਮਗਰੋਂ ਕੋਈ ਹੋਣ ਦਿੰਦਾ ਨੀ ਅੰਮੀ ਮਗਰੋਂ ਕੋਈ ਹੋਣ ਦਿੰਦਾ ਉਹ ਜਿਸ ਧੀ ਨੂੰ ਨਾਨਕ ਜੀ ਜੱਗ ਦੀ ਜਨਨੀ ਆਖ ਸੁਣਾ ਦੇ ਓਏ ਹੁਣ ਕਿਉਂ ਉਸ ਧੀ ਦੇ ਜੰਮਣ ਤੇ ਘਰ ਘਰ ਮਾਤਮ ਛਾ ਗਏ ਜੀ ਦੇ ਘਰ ਤੇ ਵਿਚਾਰ ਧੀਓ ਉਹਦੇ ਕੋਈ ਪੁੱਤ ਨੂੰ ਉਹ ਧੀ ਆਪਣੀ ਗਿਆਨ ਦਿੰਦਾਰੀ ਪੁੱਤਾਂ ਤੋਂ ਪਹਿਲਾਂ ਧੀਆਂ ਤਾਈਆਂ ਨੇ ਹੁੰਦੀਆਂ ਮਗਰੋਂ ਕੋਈ ਹੋਣਦਾਰੀ ਨੀ ਅੰਮੀ ਬਿਲਕੁਲ ਜੀ, ਤੁਸੀਂ ਸੁਣ ਰਹੇ ਹੋ ਸਾਂਝ ਰੇਡੀਓ ਟੋਰਾਂਟੋ ਤੇ। ਬਿਲਕੁਲ ਅੱਜ ਗੱਲਾਂ ਬਾਤਾਂ ਕਰ ਰਹੇ ਹੈਗੇ ਆ ਤੇ ਅੱਜ ਸੈਲੀਬ੍ਰੇਟ ਕਰ ਰਹੇ ਹੈਗੇ ਆ ਅੱਜ ਸੈਲੀਬ੍ਰੇਟ ਕਰ ਰਹੇ ਹੈਗੇ ਆ ਡਾਟਰਸ ਡੇ ਤੇ ਕੁਝ ਸੁਨੇਹੇ ਵੀ ਤੁਹਾਨੂੰ ਸੁਣਾ ਦਈਏ ਦੋਸਤੋ। ਗੱਲਾਂ ਬਾਤਾਂ ਦੇ ਲਈ ਸਿਰਫ 2 ਮਿੰਟ ਦੇ ਵਿੱਚ ਟੀਆ ਤੇ ਐਨਾ ਸਾਡੀਆਂ ਬੇਟੀਆਂ ਦੇ ਨਾਲ ਜੁੜਨ ਵਾਲੇ ਆ ਤੇ ਆਓ ਥੋੜੇ ਜਿਹੇ ਸੁਨੇਹੇ ਵੀ ਸੁਣਾ ਦਈਏ। ਮੈਂ ਸਾਡੇ ਸਰੋਤਿਆਂ ਨੂੰ ਦੱਸਦਾ ਵੀ ਸਾਡੇ ਨਾਲ ਇਸ ਟਾਈਮ ਫੇਸਬੁੱਕ ਐਂਡ ਯੂਟਿਊਬ ਦੇ ਉੱਤੇ ਟੀਆ ਤੇ ਐਨਾ ਜਿਹੜੇ ਬੱਚੀਆਂ ਨੇ ਜਿਹੜੀਆਂ ਬੇਟੀਆਂ ਨੇ ਜਿਹੜੀ ਮੈਂ ਹੁਣੀ ਤੁਹਾਨੂੰ ਤੁਸੀਂ ਆਡੀਓ ਸੁਣ ਪਾ ਰਹੇ ਹੋਵੋਗੇ AM 530 ਤੋਂ ਦੁਬਾਰਾ ਮੈਂ ਪਲੇ ਕਰਦਾ ਹੈਗਾ ਜਿਹੜੇ ਬੱਚਿਆਂ ਨੇ ਇਸਦੇ ਵਿੱਚ ਮੇਨ ਆਰਟਿਸਟ ਦਾ ਰੋਲ ਕਰਿਆ ਪਹਿਲਾਂ ਛੋਟੀ ਬੇਟੀ ਦਾ ਤੇ ਫਿਰ ਵੱਡੀ ਬੇਟੀ ਦਾ ਰੋਲ ਪਲੇ ਕਰਿਆ ਹੈਗਾ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ। ਹੁਣ ਤੁਸੀਂ ਮੈਂ ਤੁਹਾਨੂੰ ਕਹਿ ਰਿਹਾ ਜਲਦੀ ਜਲਦੀ ਆ ਜਾਓ ਜਿੰਨਾ ਵੀ ਸਾਡੇ ਵੀਰ ਭਾਈ ਸੱਜਣਾ ਨੇ ਭੈਣਾਂ ਨੇ ਉਹਨਾਂ ਬੇਟੀਆਂ ਨੂੰ ਦੇਖਣਾ ਕਿਉਂਕਿ ਬਾ ਕਮਾਲ ਦੀ ਐਕਟਿੰਗ ਹੈ ਜਦੋਂ ਤੁਸੀਂ ਉਹ ਵੀਡੀਓ ਦੇਖੋਗੇ ਉਮੀਦ ਹੈ ਤੁਹਾਨੂੰ ਪਸੰਦ ਆਏਗੀ। ਆਓ ਸੁਣੀਏ ਦੁਬਾਰਾ।
कुछ करना चाहोगे जा आईएएस ऑफिसर ही एक टारगेट है? फिलहाल तो सिर्फ आईएएस ऑफिसर टारगेट है, बल्कि ये काम करने के बाद मैंने ब्रेक ली थी टाइम पे, अगर कोई ऑफर आई मूवी की देन आई नॉट डू इट, क्योंकि सबसे पहले मैं अपनी पढ़ाई को प्रायोरिटी देना चाहती हूँ, क्योंकि एक पढ़ाई है कि डीजर ऑफिस को भी कोई क्लियर नहीं सकता है ना, और ये डीजर तो नेचुरली आप अपने जो मर्जी कर लो। क्या बात है, क्या बात है, क्या बात है। ते जिंदगी दे विच आइडल किनू बनदे हो अपना? अच्छा मेहनत करते हैं ना, तो फील लाइक इतना ज्यादा जितना हम लोग मेहनत करते हैं कभी किसी को नहीं देखा। लाइक अगर हम बाहर जाकर देखते हैं तो हमारा इज लाइक वेरी चीज है जो बहुत ज्यादा हमारे लिए भी सेक्रीफाइस करते हैं, और पूरा दिन काम करके शाम को जब घर आते तो हम रिटायर हो जाते हैं। क्या बात है, क्या बात है। ये चीज करनी जिम्मे की दोस्तों पहला भी असी दस्या हैगा वी जिहड़ियां बेटियां ने इहनां दे रोल बहुत ने, इहनां ने मां जदों बन जांदियां ने इहनां दा बहुत वड्डा रोल हुंदा वी बच्चां नूं भी सांभणा है, घरदियां नूं भी सांभणा है, हसबैंड नूं भी टेक केयर करनी है, फिर हसबैंड दे मां मॉम डैड जिहड़े हुंदे ने उहनां नूं भी टेक केयर करनी है। बहुत वड्डा रोल ने, ते अगे जाके होर भी गल्लां बातां करांगे इहनां दे बारे। ते जिवें कि बच्चे साडे नाल जुड़े होए ने, मैं पहलां दस्सिया हैगा टीआ ते ऐना साडे नाल जुड़े हैगे ने, गल्लां बातां कर रहे ने, क्योंकि अज इहनां दा इक गाना ब्याह ना कराओ बाबा, क्योंकि पढ़ना चाहुंदा बच्चा, उहदे विच इक बड़ा वधिया करैक्टर है, बड़ा वधिया रोल है, उह गल्लां बातां करियां हैगियां ने। ते बच्चे साडे नाल टीआ ते ऐना 16 साल ते 10 साल दा बच्चा साडे नाल गल्लां बातां कर रहा, ते मैं दस्सिया 10 साल दी ऐना ने इक किताब भी लिख दित्ती है। ਅਸੀਂ ਥੈਂਕ ਯੂ ਕਰਾਂਗੇ ਤੇ ਮੁਬਾਰਕਬਾਦ ਦੇਵਾਂਗੇ ਉਹਨਾਂ ਨੂੰ ਕਿਤਾਬ ਲਿਖਣ ਲਈ, ਤੇ ਜਦੋਂ ਇਹਨਾਂ ਦੀ ਕਿਤਾਬ ਕੰਪਲੀਟ ਹੋ ਗਈ ਉਹ ਵੀ ਅਸੀਂ ਸਾਂਝ ਰੇਡੀਓ ਟੋਰਾਂਟੋ ਤੋਂ ਹੀ ਰਿਲੀਜ਼ ਕਰਾਂਗੇ ਜੇ ਸਾਨੂੰ ਮੌਕਾ ਦੇਣਗੇ ਇਹ, ਕਿਉਂਕਿ ਬਾ ਕਮਾਲ ਦੀ ਛੋਟੀ ਉਮਰ ਦੇ ਵਿੱਚ ਬੱਚੇ ਦੇ ਵਿੱਚ ਐਡੀ ਕਾਬਲੀਅਤ ਹੋਣਾ, ਤੇ ਬੱਚੇ ਦੱਸ ਰਹੇ ਨੇ ਵੀ ਉਹਨਾਂ ਦਾ ਆਈਡੀਅਲ ਉਹਨਾਂ ਦੇ ਮਦਰ। ਮੈਂ ਕਹੂੰਗਾ ਕਿਆ ਬਾਤ ਹੈ, ਵੈਲਕਮ ਕਰਦੇ ਹਾਂ, ਥੈਂਕ ਯੂ ਕਰਦੇ ਹਾਂ ਸਾਰੀਆਂ ਚੀਜ਼ਾਂ ਦੇ ਲਈ। ਤੇ ਇੱਕ ਮੈਸੇਜ ਜ਼ਰੂਰ ਲਵਾਂਗੇ ਟੀਆ ਤੇ ਇਹਨਾਂ ਤੋਂ ਪੁੱਛਾਂਗੇ ਵੀ ਆਪਣੇ ਸਰੋਤਿਆਂ ਨੂੰ ਜਾਂ ਹੋਰ ਜਿੰਨੇ ਵੀ ਸਾਡੇ ਸਰੋਤੇ ਇਸ ਟਾਈਮ ਨੌਰਥ ਅਮਰੀਕਾ ਸੁਣ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ, ਕਿ ਮੈਸੇਜ ਕੀ ਦੇਣਾ ਚਾਹੁੰਗੇ ਸਪੈਸ਼ਲੀ ਬੇਟੀਆਂ ਦੇ ਲਈ। अगर ठीक है तो कहते हैं कि अगर लड़के का काम है लड़की नहीं कर सकती, बट ये पॉसिबल नहीं है इस दुनिया में, भी चीज लाइक इम्पॉसिबल नहीं है, हर चीज पॉसिबल है। तो आपको लड़कियों को मौका देना चाहिए, एक बार मौका तो देख के देखो, क्या पता वो चीज कर जाए। आज तो वो स्पोर्ट्स फील्ड में हर एक फील्ड में लड़कियां सबसे पहले आगे आ गई, तो लड़कियों को अगर अपॉर्चुनिटी मिलेगी तो जरूर। ਠੀਕ ਹੈ, ਤੁਸੀਂ ਕਹਿ ਰਹੇ ਹੋ ਵੀ ਬੇਟੀਆਂ ਨੂੰ ਵੀ ਸਾਰੀਆਂ ਚੀਜ਼ਾਂ ਸਾਰੇ ਚੀਜ਼ਾਂ ਸਾਜੇ ਸਾਰੇ ਦਰਜੇ ਦੇਣ ਦੀ ਲੋੜ ਹੈਗੀ ਹੈ, ਤੇ ਬਿਲਕੁਲ 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 ਇਸ ਚੀਜ਼ ਦੇ ਨਾਲ ਸਾਂਝ ਰੇਡੀਓ ਟੋਰਾਂਟੋ ਸਾਡੀ ਪੂਰੀ ਟੀਮ ਤੁਹਾਡੇ ਨਾਲ ਐਗਰੀ ਕਰਦੀ ਹੈ। ਬਹੁਤ ਵੱਡੀ ਗੱਲਬਾਤ ਹੈਗੀ ਹੈ ਇਹ, ਤੇ ਅੱਜ ਦੇ ਸਮੇਂ ਦੇ ਵਿੱਚ ਕਾਫੀ ਹੱਦ ਤੱਕ ਚੀਜ਼ਾਂ ਠੀਕ ਵੀ ਹੋ ਰਹੀਆਂ ਨੇ, ਤੇ ਜਿਸਦਾ ਐਗਜ਼ਾਮਪਲ ਤੁਸੀਂ ਦੋਨੇ ਸਾਡੇ ਸਾਹਮਣੇ ਬੈਠੇ ਹੋ, ਜਿਨ੍ਹਾਂ ਨੂੰ ਇਹ ਆਜ਼ਾਦੀ ਮਿਲੀ ਹੈਗੀ ਹੈ ਵੀ ਹਾਂਜੀ ਜੇ ਐਕਟਿੰਗ ਕਰ ਰਹੇ ਹੈਗੇ ਨੇ, ਜਿਹਨਾਂ ਦੇ ਵਿੱਚ ਕੋਈ ਕਲਾ ਹੈਗੀ ਹੈ ਬੱਚਿਆਂ ਦੇ ਵਿੱਚ, ਉਹ ਤੁਸੀਂ ਕਰ ਰਹੇ ਹੈਗੇ, ਤਾਂ ਬਹੁਤ ਅੱਛਾ ਇੱਕ ਮੈਸੇਜ ਵੀ ਸਾਡੇ ਸਾਰੇ ਸਰੋਤਿਆਂ ਨੂੰ ਜਾ ਰਿਹਾ ਹੈਗਾ। ਤੇ ਸਪੈਸ਼ਲੀ ਜਿਨ੍ਹਾਂ ਵੀ ਮੁਲਕਾਂ ਤੋਂ ਦੋਸਤੋ ਅਸੀਂ ਹੈਗੇ ਹਾਂ, ਜੇ ਉੱਥੇ ਕੋਈ ਮਾੜੀਆਂ ਕ੍ਰਿਤੀਆਂ ਹੈਗੀਆਂ ਨੇ ਤਾਂ ਉਹ ਮਾੜੀ ਸੋਚ ਦੀਆਂ ਕ੍ਰਿਤੀਆਂ ਨੇ, ਜਿਹਨਾਂ ਨੂੰ ਅੱਗੇ ਜਾ ਕੇ ਗੱਲਾਂ ਬਾਤਾਂ ਕਰਾਂਗੇ। ਤੇ ਬੱਚੇ ਦੱਸ ਰਹੇ ਨੇ ਬੜਾ ਵਧੀਆ ਇਹਨਾਂ ਦੇ ਸੁਪਨੇ ਅੱਗੇ ਜਾ ਕੇ ਆਈਏਐਸ ਆਫਿਸਰ ਬਣਨ ਦੇ, ਤੇ ਅਸੀਂ ਸਾਡੇ ਵੱਲੋਂ ਜਿਹੜੀ ਇਹਨਾਂ ਨੂੰ ਕੋਸ਼ਿਸ਼ ਰਹੂਗੀ ਵੀ ਬੱਚੇ ਕਾਲ ਸ਼ਾਇਦ ਕੱਟ ਗਈ ਹੈ, ਕਾਲ ਕੱਟ ਗਈ ਹੈ ਟੀ ਆ ਇਹਨਾਂ ਦੇ ਨਾਲ, ਮੈਂ ਦੁਬਾਰਾ ਕਨੈਕਟ ਕਰਦਾ ਹੈਗਾ, ਦੁਬਾਰਾ ਕਨੈਕਟ ਕਰਦਾ ਹੈਗਾ। ਉਦੋਂ ਤੱਕ ਇੱਕ ਬੜਾ ਪਿਆਰਾ ਸੌਂਗ ਸੁਣੋ, ਉਮੀਦ ਕਰਦੇ ਤੁਹਾਨੂੰ ਪਸੰਦ ਆਏਗਾ। Mama, te tia, te
ਬਿਲਕੁਲ ਜੀ ਬਿਲਕੁਲ ਗਾਣਾ ਪੂਰਾ ਸੁਣਾਵਾਂਗੇ ਤੁਹਾਨੂੰ ਕਿਉਂਕਿ ਅੱਜ ਜਿਹੜਾ ਸ਼ੋਅ ਹੈਗਾ ਡਾਟਰਸ ਡੇ ਮਨਾ ਰਿਹਾ ਹੈਗਾ ਸਾਂਝ ਰੇਡੀਓ ਟੋਰਾਂਟੋ ਤੇ ਸਾਡੇ ਨਾਲ ਦੋ ਡਾਟਰਸ ਸਾਡੇ ਨਾਲ ਟੀਆ ਤੇ ਐਨਾ ਸਾਡੇ ਨਾਲ ਜੁੜੇ ਹੋਏ ਨੇ ਫੇਸਬੁੱਕ ਐਂਡ ਯੂਟਿਊਬ ਦੇ ਉੱਤੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ ਕਿਉਂਕਿ ਉਹਨਾਂ ਦਾ ਇੱਕ ਗਾਣਾ ਰਿਲੀਜ਼ ਹੋਇਆ ਬੜਾ ਪਿਆਰਾ ਵਿਆਹ ਨਾ ਕਰਾਓ ਬਾਬਾ ਮਤਲਬ ਵਿਆਹ ਤਾਂ ਕਰਾਉਣਾ ਹੀ ਹੈ ਬੱਚਿਆਂ ਨੇ ਪਰ ਉਹ ਕਹਿੰਦੇ ਜ਼ਿੰਦਗੀ ਦੇ ਵਿੱਚ ਕੁਝ ਬਣ ਜਾਈਏ ਫਿਰ ਅਸੀਂ ਵਿਆਹ ਕਰਾਵਾਂਗੇ ਇੱਕ ਰਿਸਪੋਂਸੀਬਿਲਟੀ ਜ਼ਰੂਰ ਹੈ ਮਾਪਿਆਂ ਦੀ ਵਿਆਹ ਕਰਾਉਣਾ ਬੱਚਿਆਂ ਦਾ ਤੇ ਉਹ ਹੋਣੀ ਵੀ ਚਾਹੀਦੀ ਹੈ ਪਰ ਬੱਚਿਆਂ ਨੂੰ ਇੱਕ ਮੌਕਾ ਦੇਣਾ ਚਾਹੀਦਾ ਤੇ ਬੱਚੇ ਬੜੀ ਪਿਆਰੀਆਂ ਗੱਲਾਂ ਬਾਤਾਂ ਕਰ ਰਹੇ ਨੇ ਤੇ ਇੱਕ ਮੈਸੇਜ ਦੇ ਕੇ ਕਹਿੰਦੇ ਕਾਲ ਵਿੱਚ ਡਿਸਕਨੈਕਟ ਹੋ ਗਈ ਸੀਗੀ ਤੇ ਬੱਚਿਆਂ ਨੂੰ ਜਾਂਦੇ ਜਾਂਦੇ ਇੱਕ ਤਾਂ ਥੈਂਕ ਯੂ ਕਰਨਾ ਹੈਗਾ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਸੁਪਨੇ ਦੱਸੇ ਨੇ ਉਹਨਾਂ ਦੇ ਪਲਾਨ ਦੱਸੇ ਨੇ ਵੀ ਉਹ ਅੱਗੇ ਜਾ ਕੇ IAS ਅਫਸਰ ਬਣਨਾ ਚਾਹੁੰਦੇ ਨੇ ਤੇ ਇਹਨਾਂ ਨੂੰ ਤਾਂ ਕਾਫੀ ਲੈਂਗੁਏਜਿਸ ਆਉਂਦੀਆਂ ਨੇ ਮੈਂ ਕਹੂੰਗਾ ਕਮਾਲ ਦੀ ਗੱਲ ਹੈ ਤੇ ਪੁੱਛਦੇ ਕਿ ਇਹਨਾਂ ਨੂੰ ਜਾਂਦੇ ਜਾਂਦੇ ਕੁਐਸਚਨ ਵੀ ਹੋਰ ਅੱਗੇ ਜਾ ਕੇ ਕਿਹੜੀਆਂ ਕਿਹੜੀਆਂ ਲੈਂਗੁਏਜ ਸਿੱਖਣ ਦਾ ਪਲਾਨ ਹੈਗਾ ਹਾਂਜੀ ਇਹਨਾਂ ਕਿਆ ਬਾਤ ਹੈ ਕਹਿੰਦੇ ਮਦਰ ਟੰਗ ਵੀ ਬਹੁਤ ਜ਼ਰੂਰੀ ਹੈ ਤੇ ਬਿਲਕੁਲ ਜ਼ਰੂਰੀ ਹੈਗੀ ਹੈ ਦੋਸਤੋ ਤੇ ਬੜੀ ਵਧੀਆ ਗੱਲਬਾਤ ਕਰ ਰਹੇ ਨੇ ਬੱਚਿਆਂ ਦੇ ਵਿੱਚ ਇੰਨੀ ਸਮਝਦਾਰੀ ਇੰਨੀ ਸਮਝਦਾਰੀ ਕਿੱਥੋਂ ਆ ਰਹੀ ਹੈ ਬੜੇ ਛੋਟੇ ਛੋਟੇ ਹੋ ਹਜੇ ਤਾਂ ਹਜੇ ਦੁਨੀਆਦਾਰੀ ਬਾਰੇ ਪਤਾ ਹੀ ਨਹੀਂ ਹੈਗਾ ਹਜੇ ਪਤਾ ਨੀ ਦੁਨੀਆ ਕਿੱਥੇ ਫਿਰਦੀ ਹੈ ਹਜੇ ਤਾਂ ਜਿਵੇਂ ਕਹਿੰਦੇ ਵੀ ਚਿੜੀਆਂ ਨੇ ਹਜੇ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਹੈਗਾ ਵੀ ਕਿੱਥੇ ਦੁਨੀਆ ਕਿੱਥੇ ਕਿਵੇਂ ਹੈਗਾ ਕੌਣ ਕਿਵੇਂ ਹੈ ਇੰਨੀ ਸਮਝਦਾਰੀ ਕਿੱਥੋਂ ਆਉਂਦੀ ਹੈ ਬਿਲਕੁਲ 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 ਸਾਡੇ ਬੱਚੇ ਬਿਲਕੁਲ ਬਹੁਤ ਸਿਆਣੇ ਹੈਗੇ ਨੇ ਤੇ ਪਰਮਾਤਮਾ ਨੂੰ ਹਮੇਸ਼ਾ ਇਹੀ ਦੁਆ ਹੈਗੀ ਵੀ ਸਾਰੇ ਬੱਚਿਆਂ ਨੂੰ ਚਾਹੇ ਉਹ ਬੇਟੀਆਂ ਨੇ ਚਾਹੇ ਉਹ ਬੇਟੇ ਨੇ ਸਭ ਨੂੰ ਐ ਖੁਸ਼ ਰੱਖਣ ਤੇ ਮਾਪੇ ਹਮੇਸ਼ਾ ਬੱਚਿਆਂ ਨੂੰ ਸੇਮ ਦਰਜਾ ਦੇਣ ਕਿਉਂਕਿ ਦੋਸਤੋ ਅਸੀਂ ਜੇ ਸੱਚੀਓ ਇਸ ਚੀਜ਼ ਨੂੰ ਮੰਨਦੇ ਹਾਂ ਗੱਲਾਂ ਤੇ ਲਿਖਣ ਦੇ ਵਿੱਚ ਬਹੁਤ ਫਰਕ ਹੈ ਤੇ ਐਕਚੁਅਲ ਸੋਚ ਦੇ ਵਿੱਚ ਬੜਾ ਫਰਕ ਹੈ ਜੇ ਅਸੀਂ ਇਹ ਚੀਜ਼ ਨੂੰ ਮੰਨਦੇ ਹਾਂ ਵੀ ਉਹ ਜਿਹੜੇ ਬੱਚੇ ਨੇ ਸੇਮ ਦਰਜਾ ਉਹਨਾਂ ਦਾ ਬੇਟੇ ਹੋਣ ਜਾਂ ਬੇਟੀਆਂ ਹੋਣ ਤਾਂ ਸੇਮ ਚੀਜ਼ਾਂ ਹੀ ਉਹਨਾਂ ਬੱਚਿਆਂ ਨੂੰ ਟ੍ਰੀਟ ਕਰੋ ਉਹਨਾਂ ਨੂੰ ਸੇਮ ਚੀਜ਼ਾਂ ਹੀ ਦਿਓ ਜੋ ਬੇਟੇ ਨੂੰ ਦਿੱਤੀ ਜਾਂਦੀ ਹੈ ਬੇਟੀ ਨੂੰ ਦਿੱਤੀ ਜਾਂਦੀ ਹੈ ਤੇ ਜਿਵੇਂ ਸਾਡੇ ਕਾਲਰ ਵੀ ਸਾਡੇ ਨਾਲ ਬੜਾ ਪਿਆਰ ਤਰੀਕੇ ਨਾਲ ਜੁੜ ਕੇ ਗਏ ਨੇ ਤੇ ਟੀਆ ਇਹਨਾਂ ਸਾਡੇ ਨਾਲ ਜੁੜੇ ਹੋਏ ਨੇ ਸਾਂਝ ਰੇਡੀਓ ਟੋਰਾਂਟੋ ਲਈ ਬਹੁਤ ਬਹੁਤ ਵੱਡੇ ਮਾਣ ਵਾਲੀ ਗੱਲ ਇਹ ਬੱਚੇ ਸਾਡੇ ਨਾਲ ਜੁੜੇ ਹੋਏ ਨੇ ਤੇ ਜਾਂਦੇ ਜਾਂਦੇ ਟੀਆ ਤੇ ਇਹਨਾਂ ਜਾਂਦੇ ਜਾਂਦੇ ਕੋਈ ਮੈਸੇਜ ਬੇਟਾ ਪੂਰੇ ਸਿਸਟਮ ਨੂੰ ਡਾਟਰਸ ਡੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ ਤੇ ਪਰਮਾਤਮਾ ਜਿਹੜੇ ਤੁਸੀਂ ਨੇ ਸੁਪਨੇ ਦੇਖੇ ਹੋਏ ਨੇ ਉਹਨਾਂ ਨੂੰ ਪੂਰਾ ਕਰੇ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਠੀਕ ਹੈ ਇਹ ਤੁਸੀਂ ਦੱਸਿਆ ਵੀ ਹੋਣਾ ਚਾਹੀਦਾ ਤੇ ਬੇਟੀਆਂ ਵੱਲੋਂ ਵੀ ਕੋਈ ਮੈਸੇਜ ਦਓਗੇ ਵੀ ਬੇਟੀਆਂ ਆਪਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੀਆਂ ਨੇ ਹਮ ਆਪਕੋ ਬਹੁਤ ਜ਼ਿਆਦਾ ਪਿਆਰ ਕਰਤੇ ਹੈ ਔਰ ਹਮ ਆਪਕੋ ਹਮੇਸ਼ਾ ਖੁਸ਼ ਰੱਖੇਂਗੇ
क्या बात है, क्या बात है, बिल्कुल बहुत प्यारियां बच्चियां ते थैंक यू करिए, बहुत बहुत थैंक यू टिया ते एना, जिस तरीके नाल तुसी साडे नाल जुड़े साडे लई माण वाली गल, साडे बच्चे टिया ते एना इंडिया तो बड़ी जल्दी उठ जाते हैं बच्चे ते साडे नाल जुड़े हुए ते सुपने बड़े क्लीयर ने, आईएएस ऑफिसर बनना चाहुंदे ने दोने बच्चे ते बहुत बहुत मुबारकां ते एना नूं असीं कहांगे वी जल्दी जल्दी आपदी किताब है जिहड़ी ओह कंप्लीट करन ते साडे नाल कनैक्ट करन ते सानूं वी मौका देण उहनां दी किताब नूं रिलीज करन दा, ते थैंक यू सो मच टिया एंड एना, थैंक यू थैंक यू थैंक यू, ते बिल्कुल ते अपना ध्यान रखना ते बिल्कुल जो तुसी सुपने देखे ने उन्हां नूं पूरा करदे रहो, ते थैंक यू थैंक यू जिन्ना प्यार किया जावे उन्ना थोड़ा, थैंक यू थैंक यू थैंक यू, ਬਿਲਕੁਲ ਦੋਸਤੋ ਇਸ ਟਾਈਮ ਤੁਸੀਂ ਸੁਣ ਰਹੇ ਸੀਗੇ ਸਾਂਝ ਰੇਡੀਓ ਟੋਰਾਂਟੋ ਤੇ ਟੀਆ ਤੇ ਐਨਾ ਦੋ ਬੇਟੀਆਂ ਅੱਜ ਡਾਟਰਸ ਡੇ ਮਨਾ ਰਿਹਾ ਹੈਗਾ ਸਾਂਝ ਰੇਡੀਓ ਟੋਰਾਂਟੋ ਤੇ ਉਸ ਦਿਨ ਜਦੋਂ ਸਪੈਸ਼ਲੀ ਉਹਨਾਂ ਦਾ ਇੱਕ ਗਾਣਾ ਆਇਆ ਹੈਗਾ ਵਿਆਹ ਨਾ ਕਰਾਓ ਪਲੀਜ਼ ਗਾਣੇ ਨੂੰ ਸੁਣੋ ਦੋਸਤੋ ਬੜਾ ਚੰਗਾ ਲੱਗੂਗਾ ਉਹ ਗਾਣੇ ਦੇ ਵਿੱਚ ਜੋ ਰੋਲ ਕਰਿਆ ਹੈਗਾ ਬੱਚਿਆਂ ਨੇ ਇੱਕ ਬੇਟੀ ਛੋਟੀ ਬੇਟੀ ਨੇ ਐਨਾ ਨੇ ਰੋਲ ਕਰਿਆ ਤੇ ਵੱਡੀ ਬੇਟੀ ਟੀਆ ਨੇ ਰੋਲ ਕਰਿਆ ਹੈਗਾ ਜੋ ਹੁਣੇ ਸਾਡੇ ਲਈ ਮਾਣ ਵਾਲੀ ਗੱਲ ਸਾਂਝ ਰੇਡੀਓ ਟੋਰਾਂਟੋ ਤੇ ਕਨੈਕਟ ਹੋਏ ਸੀਗੇ ਸਾਡੇ ਨਾਲ ਤੇ ਥੋੜੀ ਦੇਰ ਦੇ ਵਿੱਚ ਦੋਸਤੋ ਸਾਡੇ ਨਾਲ ਰਣਦੀਪ ਕੌਰ ਚੌਹਾਨ ਜੀ ਵੀ ਜੁੜਨ ਵਾਲੇ ਨੇ ਬ੍ਰੈਂਟਫੋਰਡ ਤੋਂ ਉਹਨਾਂ ਕੋਲ ਬਾ ਕਮਾਲ ਦੇ ਪ੍ਰੋਜੈਕਟ ਆਏ ਨੇ ਤੇ ਤੁਸੀਂ ਵੀ ਹੁਣ ਤੁਹਾਡੇ ਵਾਸਤੇ ਵੀ ਕਾਲਸ ਓਪਨ ਕਰ ਦਿੱਤੀਆਂ ਗਈਆਂ ਨੇ ਜੇ ਤੁਸੀਂ ਵੀ ਡਾਟਰਸ ਡੇ ਦੇ ਉੱਤੇ ਵੈਲਕਮ ਵੈਲਕਮ ਜਾਂ ਕੋਈ ਮੁਬਾਰਕਬਾਦ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਆਪਣੀ ਬੇਟੀ ਨਾਲ ਕੋਈ ਕਿੱਸੇ ਆਪਣੀ ਮਦਰ ਦੇ ਨਾਲ ਕਿਉਂਕਿ ਮਾਂ ਵੀ ਇੱਕ ਬੇਟੀ ਹੈ ਦੋਸਤੋ ਤੇ ਮਾਂ ਨੂੰ ਤਾਂ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਬਹੁਤ ਵੱਡਾ ਅਸੀਂ ਦਰਦ ਦਿੱਤਾ ਹੈਗਾ ਪਰ ਕਿਤੇ ਨਾ ਕਿਤੇ ਮਿਸ ਹੋ ਜਾਂਦੀਆਂ ਨੇ ਕਾਫੀ ਚੀਜ਼ਾਂ ਜਦੋਂ ਬੇਟੀਆਂ ਦੇ ਨਾਮ ਤੇ ਆ ਜਾਂਦੇ ਹਾਂ ਪਲੀਜ਼ 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 ਆਓ ਗੱਲਾਂ ਬਾਤਾਂ ਕਰੀਏ 905-673-3337 ਤੇ ਇੱਕ ਗਾਣਾ ਤੁਹਾਡੇ ਲਈ ਪਲੇ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏਗਾ ਕਿਉਂਕਿ ਅੱਜ ਗਾਣੇ ਪੂਰੇ ਬਰਾਬਰ ਦੇ ਪੂਰੇ ਵਧੀਆ ਵਧੀਆ ਗਾਣੇ ਸਾਡੀ ਕੋਸ਼ਿਸ਼ ਸੀਗੀ ਤੁਹਾਡੇ ਲਈ ਕੱਢੇ ਜਾਣ ਤੇ ਇੱਕ ਬੜੇ ਪਿਆਰੇ ਸੌਂਗ ਨੇ ਆਓ ਸੁਣੋ ਕਿਸਮਤ ਕੁੜੀਏ ਤੈਨਾਂ ਪਿਆਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ ਕਿਸਮਤ ਕੁੜੀਏ ਤੈਨਾਂ ਪਿਆਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ ਤੂੰ ਜੰਮੀ ਤਾਂ ਬਾਪੇ ਕਹਿ ਪਰ ਆਈ ਧੀਏ ਘਰ ਵਿੱਚ ਕਹਿਣ ਬੇਗਾਨੀ ਕਿਹੜੇ ਘਰ ਦੀ ਬਿਲਕੁਲ ਬਿਲਕੁਲ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ ਤੇ ਬਿਲਕੁਲ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਦੋਸਤੋ ਲਿਖਾਰੀਆਂ ਨੇ ਤੇ ਗਾਉਣ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ ਇਹਨਾਂ ਚੀਜ਼ਾਂ ਨੂੰ ਇਹ ਪ੍ਰੇਰਣਾ ਨੂੰ ਸਾਡੇ ਤੱਕ ਪਹੁੰਚਾਉਣ ਦੇ ਲਈ ਕੋਈ ਸ਼ੱਕ ਨਹੀਂ ਹੈਗਾ ਤੇ ਸਲਿਊਟ ਹੈ ਉਹ ਸੋਚ ਨੂੰ ਜਦੋਂ ਇਹੀ ਜਿਹੀ ਸੋਚ ਬਣਦੀ ਹੈ ਉਦੋਂ ਹੀ ਲਿਖਾਰੀ ਦੀ ਕਲਮ ਚੱਲਦੀ ਹੈ ਉਦੋਂ ਹੀ ਉਹ ਲਿਖਦਾ ਤੇ ਫਿਰ ਗਾਉਣ ਵਾਲਾ ਉਹਦੇ ਵਿੱਚ ਰੰਗ ਬੰਨ ਦਿੰਦਾ ਜਦੋਂ ਉਹ ਸੁਰਾਂ ਦੇ ਨਾਲ ਤੇ ਫਿਰ ਉਹ ਸਾਡੇ ਤੱਕ ਪਹੁੰਚਦੇ ਨੇ ਤੇ ਸਾਨੂੰ ਇੱਕ ਮੈਸੇਜ ਮਿਲਦਾ ਵੀ ਕਿਹੜੀਆਂ ਚੀਜ਼ਾਂ ਕਿਵੇਂ ਤਰੀਕੇ ਦੇ ਨਾਲ ਜ਼ਿੰਦਗੀ ਦੇ ਵਿੱਚ ਕਿਵੇਂ ਇਨਸਾਨ ਬਣਨਾ ਇਨਸਾਨ ਦਾ ਪਰਮਾਤਮਾ ਨੇ ਰੂਪ ਦੇਤਾ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਇਨਸਾਨ ਬਣ ਚੁੱਕੇ ਹਾਂ ਸਾਨੂੰ ਆਪਣੇ ਆਪ ਨੂੰ ਪੁੱਛਣਾ ਪਊਗਾ ਵੀ ਅਸੀਂ ਸੱਚੀਓ ਇਨਸਾਨ ਹੈਗੇ ਹਾਂ
ਸਾਨੂੰ ਆਪਦੇ ਆਪ ਨੂੰ ਪੁੱਛਣਾ ਪਊਗਾ। ਸਾਡੇ ਕੰਮ, ਸਾਡੇ ਕਰੇ ਹੋਏ ਕੰਮ ਸਾਨੂੰ ਦੱਸਦੇ ਨੇ ਵੀ ਅਸੀਂ ਇਨਸਾਨ ਹੈਗੇ ਹਾਂ ਜਾਂ ਨਹੀਂ। ਸਾਡੀਆਂ ਚੀਜ਼ਾਂ ਐਵਰੀ ਡੇ ਕਿਸ ਤਰੀਕੇ ਨਾਲ ਅਸੀਂ ਜ਼ਿੰਦਗੀ ਦੇ ਵਿੱਚ ਆਪਣਿਆਂ ਦੇ ਨਾਲ, ਆਪਣੇ ਭੈਣ ਭਰਾਵਾਂ ਦੇ ਨਾਲ, ਆਪਣੇ ਬੱਚਿਆਂ ਦੇ ਨਾਲ, ਆਪਣੇ ਮਾਪਿਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਟ੍ਰੀਟ ਕਰਦੇ ਹਾਂ, ਉੱਥੋਂ ਪਤਾ ਲੱਗਦਾ ਵੀ ਅਸੀਂ ਇਨਸਾਨ ਹੈਗੇ ਹਾਂ ਜਾਂ ਨਹੀਂ। ਕਦੇ ਪੁੱਛਣਾ ਆਪਦੇ ਆਪ ਨੂੰ। ਦੂਜਿਆਂ ਨੂੰ ਤਾਂ ਕਹਿਣਾ ਬਹੁਤ ਈਜ਼ੀ ਹੋ ਜਾਂਦਾ ਦੋਸਤ, ਦੂਜਿਆਂ ਨੂੰ ਕਹਿਣਾ ਬਹੁਤ ਈਜ਼ੀ ਹੋ ਜਾਂਦਾ, ਕਦੇ ਅਸੀਂ ਆਪਦੇ ਆਪ ਨੂੰ ਵੀ ਪੁੱਛ ਕੇ ਦੇਖਿਆ ਵੀ ਮੇਰੇ 'ਚ ਕੀ ਕਮੀ। ਬੜਾ ਔਖਾ ਹੈ ਮੈਨੂੰ ਪਤਾ, ਇਹਨਾਂ ਗੱਲਾਂ 'ਤੇ ਗੱਲਾਂ ਕਰਨੀਆਂ, ਇਹਨਾਂ ਗੱਲਾਂ 'ਤੇ ਆਪਦੇ ਆਪ ਨੂੰ ਪੁੱਛਣਾ, ਇਗਨੋਰੈਂਸ ਹੀ ਹੋ ਜਾਂਦੀ ਹੈ ਐਵਰੀ ਡੇ। ਕਿਉਂ? ਕਿਉਂਕਿ ਉਸੇ ਪਾਸੇ ਜਾਣਾ ਨਹੀਂ ਚਾਹੁੰਦੇ, ਕਿਉਂਕਿ ਅਸੀਂ ਪਰਫੈਕਟ ਹਾਂ। ਸਾਨੂੰ ਲੱਗਦਾ ਅਸੀਂ ਪਰਫੈਕਟ ਹਾਂ, ਅਸੀਂ ਬਹੁਤ ਵਧੀਆ ਹੈਗੇ ਹਾਂ, ਸਾਡੇ ਤੋਂ ਵਧੀਆ ਕੋਈ ਬੰਦਾ ਹੈ ਹੀ ਨਹੀਂ ਦੁਨੀਆਂ ਦੇ ਵਿੱਚ। ਇੱਕ ਸਾਡਾ ਖਿਆਲ ਹੈ। ਆਪਣੇ ਆਪ ਨੂੰ ਪੁੱਛਿਓ, ਕਦੇ ਸੱਚਿਓ ਪੁੱਛਿਓ ਆਪਦੇ ਆਪ ਨੂੰ ਕਦੇ ਵੀ ਕੀ ਸੱਚਿਓ ਮੈਂ ਇੰਨਾ ਵਧੀਆ ਹੈਗਾ, ਕਿ ਮੈਂ ਮੇਰੇ ਅੰਦਰ ਸਿਰਫ ਪੈਸਾ ਤਾਂ ਜ਼ਿੰਦਗੀ 'ਚ ਦੋਸਤੋ ਕਮਾ ਹੀ ਲੈਣਾ ਪੈਸੇ ਦੀ ਤਾਂ। ਜੇ ਇਹਨਾਂ ਜਿਹੜੇ ਮੈਂ ਤਾਂ ਕਹੂੰਗਾ ਵੀ ਜਿਹੜੇ ਵੀ ਸਾਡੇ ਵੀਰ ਭਾਈ ਸੱਜਣ, ਸਾਡੀਆਂ ਭੈਣਾਂ, ਸਾਡੀਆਂ ਮਾਵਾਂ, ਸਾਡੇ ਬਜ਼ੁਰਗ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਆ ਗਏ ਨੇ, ਉਹਨਾਂ ਨੂੰ ਤਾਂ ਕਿਸੇ ਚੀਜ਼ ਦੀ ਪੈਸੇ ਵਜੋਂ ਤਾਂ ਪਰਮਾਤਮਾ ਨੇ ਕਦੇ ਕੋਈ ਕਮੀ ਰੱਖੀ ਨਹੀਂ, ਨਾ ਰੱਖਣੀ ਹੈ, ਅਤੇ ਪਰਮਾਤਮਾ ਹਮੇਸ਼ਾ ਹੀ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਪਰ ਇੱਕ ਬਹੁਤ ਵੱਡਾ ਫਰਜ਼ ਹੈ ਦੋਸਤੋ ਸਾਡਾ ਸਾਰਿਆਂ ਦਾ। ਪਰਮਾਤਮਾ ਨੇ ਸਾਡੇ ਤੋਂ ਕੁਝ ਨਹੀਂ ਲੁਕੋਇਆ, ਪਰ ਅਸੀਂ ਕੀ ਆਪਦੇ ਫਰਜ਼ ਨਿਭਾ ਰਹੇ ਹਾਂ ਉਸ ਪਰਮਾਤਮਾ। ਕਿਉਂਕਿ ਇਹ ਜੇ ਤੁਸੀਂ ਜਿੰਨੇ ਵੀ ਕਾਮਰਸ ਸਟੂਡੈਂਟ ਹੋਣਗੇ ਜਾਂ ਜਿਨ੍ਹਾਂ ਨੂੰ ਬੈਲੈਂਸ ਸ਼ੀਟ ਅਕਾਊਂਟਸ ਦਾ ਬਾਰੇ ਤਾਂ ਸਾਨੂੰ ਸਾਰਿਆਂ ਨੂੰ ਨੌਲੇਜ ਹੈਗੀ ਹੈ, ਪਲੱਸ ਮਾਈਨਸ ਬਾਰੇ ਤਾਂ ਸਿੰਪਲ ਮੈਥ ਤਾਂ ਸਾਨੂੰ ਪਤਾ ਹੀ ਹੈ ਵੀ ਪਲੱਸ ਤਾਂ ਹੁੰਦਾ ਹੀ ਜਾ ਰਿਹਾ। ਕੀ ਪਲੱਸ ਹੋ ਰਿਹਾ? ਪੈਸਾ ਪਲੱਸ ਤਾਂ ਹੁੰਦਾ ਹੀ ਜਾ ਰਿਹਾ, ਸ਼ਾਨੋ ਸ਼ੌਕਤ ਤਾਂ ਪਲੱਸ ਹੁੰਦੀ ਜਾ ਹੀ ਰਹੀ ਹੈ, ਪਰ ਉਹ ਦੂਜੇ ਪਾਸੇ ਵਾਲਾ ਜਿਹੜਾ ਏਰੀਆ ਹੈਗਾ, ਟੇਕ ਕੇਅਰ ਕਰਨ ਵਾਲਾ, ਇਨਸਾਨੀਅਤ ਵਾਲਾ, ਕਿ ਉਹ ਵੀ ਪੂਰਾ ਟੇਕ ਕੇਅਰ ਹੋ ਰਿਹਾ? ਇਹ ਤੁਸੀਂ ਦੱਸਣਾ ਹੈਗਾ। ਕਾਲ ਕਰਨ ਲਈ 905-673-3337 'ਤੇ ਦੋਸਤੋ ਗੱਲਾਂ ਬਾਤਾਂ ਕਰ ਰਹੇ ਹੈਗੇ ਹਾਂ, ਅਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈਗਾ, ਥੋੜ੍ਹੀ ਦੇਰ ਦੇ ਵਿੱਚ ਸਾਡੇ ਨਾਲ ਰਣਦੀਪ ਕੌਰ ਚੌਹਾਨ ਜੀ ਵੀ ਜੁੜਨਗੇ ਅਤੇ ਕੁਝ ਸੁਨੇਹੇ ਸੁਣਾਉਣੇ ਨੇ। ਟਰੱਕ ਡਰਾਈਵਰੀ ਸਿੱਖਣੀ ਹੈ ਤਾਂ ਫ੍ਰੀ ਵੇ ਟਰੱਕ ਟ੍ਰੇਨਿੰਗ ਅਕੈਡਮੀ ਨਾਲ ਗੱਲਬਾਤ ਕਰਨੀ ਹੈ ਦੋਸਤੋ। ਟਰੱਕ ਡਰਾਈਵਰੀ ਸਿੱਖਣੀ ਹੈ, ਫ੍ਰੀ ਵੇ ਟਰੱਕ ਟ੍ਰੇਨਿੰਗ ਅਕੈਡਮੀ, ਵੱਡੀ ਗੱਲ ਫ੍ਰੀ ਵੇ ਟਰੱਕ ਟ੍ਰੇਨਿੰਗ ਅਕੈਡਮੀ ਕੋਲ ਵੱਡੀ ਗੱਲ ਇਹ ਹੈਗੀ ਹੈ, ਇੱਕ ਤਾਂ ਤੁਹਾਨੂੰ $500 ਦਾ ਡਿਸਕਾਊਂਟ ਦੇਣਗੇ ਸਾਂਝ ਰੇਡੀਓ ਟੋਰਾਂਟੋ ਦੇ ਰੈਫਰੈਂਸ 'ਤੇ, ਅਤੇ ਹੁਣ ਠੰਡ ਆ ਰਹੀ ਆ, ਬਰਫ਼ ਦੇ ਵਿੱਚ ਟ੍ਰੇਨਿੰਗ ਲੈਣੀ ਬੜੀ ਔਖੀ ਹੋ ਜਾਂਦੀ ਹੈ, ਜਲਦੀ ਜਲਦੀ ਕਰੋ, ਟ੍ਰੇਨਿੰਗ ਲੈਣੀ ਹੈਗੀ ਹੈ। ਅਤੇ ਵੱਡੀ ਗੱਲ, ਜੌਬ ਲਗਾਉਣ ਦੇ ਵਿੱਚ ਤੁਹਾਡੀ ਹੈਲਪ ਕੀਤੀ ਜਾਂਦੀ ਹੈ। ਕਾਲ ਕਰੋ 6472963438, 647-296-3438 ਅਤੇ ਕਾਲ ਕਰੋ ਫ੍ਰੀ ਵੇ ਟਰੱਕ ਟ੍ਰੇਨਿੰਗ ਅਕੈਡਮੀ, ਨਾਲੇ ਟਰੱਕ ਡਰਾਈਵਰੀ ਸਿੱਖੋ। ਨਿਆਗਰਾ ਫਾਲ ਦੇ ਵਿੱਚ ਨੰਬਰ ਦੇਣ ਲੱਗਿਆ ਹੈਗਾ ਤੁਹਾਨੂੰ ਪ੍ਰਵੀਨ ਛਾਬੜਾ ਸਾਹਿਬ ਦਾ ਦੋਸਤੋ, ਬਾਕਮਾ ਮੈਂ ਕਹੂੰਗਾ ਨੰਬਰ 1 ਰੀਅਲਟਰ, ਨਿਆਗਰਾ ਫਾਲ ਦੇ ਨੰਬਰ 1 ਰੀਅਲਟਰ, ਕਾਲ ਕਰੋ, ਤੁਸੀਂ ਵੀ ਨੰਬਰ 1 ਹੀ ਕਹੋਗੇ ਕਿਉਂਕਿ ਇਸ ਤਰ੍ਹਾਂ ਦੇ ਇਨਸਾਨ ਨੇ। 289-931-1111, 299-931-1111 'ਤੇ ਪ੍ਰਵੀਨ ਸਾਹਿਬ ਨਾਲ ਗੱਲਬਾਤ ਕਰੋ, ਅਤੇ ਕੋਈ ਵੀ ਇਨਵੈਸਟਮੈਂਟ ਪ੍ਰੋਪਰਟੀ ਹੈ, ਕਿਸੇ ਤਰੀਕੇ ਦੀ ਵੀ ਪ੍ਰੋਪਰਟੀ ਹੈ, ਮੈਂ ਕਹਿੰਦਾ ਤੁਹਾਨੂੰ ਨਜ਼ਾਰਾ ਆ ਜਾਣਾ। ਆਓ ਚੱਲੀਏ ਕਾਲਾਂ ਵੱਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਸਰ? ਬਹੁਤ ਵਧੀਆ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਹਾਂਜੀ, ਕੀ ਕਹਿਣਾ ਚਾਹੋਗੇ? ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ। ਥੈਂਕ ਯੂ ਭਾਜੀ। ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਬੇਟੀਆਂ ਨੂੰ ਹੈਪੀ ਡੌਟਿੰਗ ਡੇ, ਬਹੁਤ ਬਹੁਤ ਮੁਬਾਰਕਾਂ। ਤੇ ਅੱਜ ਕੱਲ੍ਹ ਇੱਥੇ ਤਾਂ ਚਲੋ ਵੈਸਟਰਨ ਮੁਲਕ ਆ ਗਏ ਤੇ ਹੋਰ ਹੁਣ ਤਾਂ ਤਕਰੀਬਨ ਆਪਾਂ ਨੇ ਸਾਰੇ ਇੱਕੋ ਜਿਹਾ ਸਮਝਣ ਲੱਗ ਗਏ, ਰਾਈਟ? ਪਰ ਪਿੰਡਾਂ ਚ ਦਾਖੋ ਮੁਹਰੇ ਵੀ ਇਹ ਹੈਗੀ ਆ ਨਾ ਗ੍ਰਾਮ ਦੀ ਥੋੜ੍ਹੀ ਜਿਹੀ, ਰਾਈਟ? ਤੇ ਉਹਦੇ ਲਈ ਮੈਂ ਕੁਛ ਲੈਣਾ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਪਲੀਜ਼। ਹਾਂਜੀ, ਕਹਿੰਦੇ ਜਦ ਸਾਇੰਸ ਬੁੱਕ ਵਿੱਚ ਸੁੱਤੀ ਨੂੰ ਦੱਸ ਦਿੰਦੀ ਹੈ ਕਿ ਲੜਕੀ ਹੈ, ਮੰਗੇੜਾ ਸਾਹਿਬ ਬਹੁਤ ਅੱਛੀ ਸੋਚ, ਬਹੁਤ ਵਧੀਆ ਲੈਣਾ, ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ, ਥੈਂਕ ਯੂ ਸਿਰ ਮੱਥੇ। ਸਤਿ ਸ਼੍ਰੀ ਅਕਾਲ ਸਤਵੀਰ ਸਾਹਿਬ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਬਹੁਤ ਵਧੀਆ ਭਾਜੀ, ਬਹੁਤ ਵਧੀਆ। ਕੀ ਕਹਿਣਾ ਚਾਹੋਗੇ?
ਹਾਂਜੀ ਤੁਸੀਂ ਦੂਜੀ ਕਾਲ ਤੇ ਨਹੀਂ ਹੈਗਾ ਤੁਹਾਡੇ ਨਾਲ ਹੀ ਕਨੈਕਟ ਕਰ ਰਹੇ ਤੁਸੀਂ ਏਅਰ ਤੇ ਹੋ ਇਸ ਟਾਈਮ ਬਿਲਕੁਲ ਬੜੀ ਯਾਰ ਗੱਲਾਂ ਤਾਂ ਬਹੁਤ ਸੋਹਣੀਆਂ ਮੈਂ ਤੁਹਾਡਾ ਸ਼ੋਅ ਸੁਣਦਾ ਸੀਗਾ ਰਾਜੇ ਦੀ ਕਾਲ ਤੋਂ ਹਾਂਜੀ ਬਹੁਤ ਸੋਹਣਾ ਮੈਕੈਨਿਜ਼ਮ ਸਰ ਮੈਂ ਪਤਾ ਨਹੀਂ ਆ ਕਹਿ ਰਿਹਾ ਹੈਗਾ ਨਹੀਂ ਪਰ ਮੈਂ ਇੱਕ ਇਹ ਗੱਲ ਕਹਿ ਦਾਂ ਵੀ ਆ ਤੁਹਾਡੇ ਗੱਲਾਂ ਸੁਣ ਕੇ ਮੈਨੂੰ ਲੱਗਦਾ ਵੀ ਸੌਣ ਲੱਗੇ ਨਾ ਰਾਤ ਨੂੰ ਤੁਸੀਂ ਇਹ ਸੋਚ ਕੇ ਜਾਣਾ ਚਾਹੀਦਾ ਵੀ ਮੈਂ ਕਿਸੇ ਦਾ ਗੁਨਾਹ ਤਾਂ ਨਹੀਂ ਕੀਤਾ ਕੀ ਬਾਤ ਹੈ ਤੁਹਾਡੀ ਸੋਚ ਹੀ ਦੱਸਦੀ ਹੈ ਵੀ ਤੁਹਾਡੇ ਅੰਦਰ ਇਹ ਸੋਚ ਹੈ ਥੈਂਕ ਯੂ ਸਤਵੀਰ ਸਾਹਿਬ ਥੈਂਕ ਯੂ ਸੋ ਮਚ ਥੈਂਕ ਯੂ ਮੇਰੇ ਯਾਦ ਹੈ ਇੱਕ ਦਿਨ ਗੱਲਾਂ ਬਾਤਾਂ ਕਰ ਰਹੇ ਸੀਗੇ ਦੋਸਤੋ ਸਾਂਝ ਰੇਡੀਓ ਟੋਰਾਂਟੋ ਤੇ ਗੱਲਾਂ ਬਾਤਾਂ ਕਰ ਰਹੇ ਸੀ ਸਾਡੇ ਇੱਕ ਕਾਲਰ ਸਾਨੂੰ ਦੱਸ ਕੇ ਗਏ ਸੀਗੇ ਵੀ ਭਾਜੀ ਪਤਾ ਨਹੀਂ ਕੌਣ ਸੁਣਦਾ ਕੌਣ ਨਹੀਂ ਸੁਣਦਾ ਪਰ ਜੇ ਜਿਹਦੇ ਜਿਹੜਾ ਸੁਣਦਾ ਜੇ ਉਹਦੇ ਕੰਨ ਦੇ ਵਿੱਚ ਕੋਈ ਚੱਜ ਦੀ ਚੀਜ਼ ਪੈ ਗਈ ਤਾਂ ਪਤਾ ਨਹੀਂ ਕਿਹਨੇ ਇਨਸਾਨ ਬਣ ਜਾਣਾ ਇਨਸਾਨ ਦੀ ਗੱਲ ਕਰ ਰਹੇ ਸਤਿ ਸ਼੍ਰੀ ਅਕਾਲ ਜਗਤਾਰ ਸਾਹਿਬ ਸਤਿ ਸ਼੍ਰੀ ਅਕਾਲ ਜਗਤਾਰ ਸਾਹਿਬ ਆਵਾਜ਼ ਆ ਰਹੀ ਹੈ ਸਤਿ ਸ਼੍ਰੀ ਅਕਾਲ ਦੁਬਾਰਾ ਜੁੜ ਚੁੱਕੇ ਨੇ ਜਗਤਾਰ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਭਾਜੀ ਬਹੁਤ ਵਧੀਆ ਤੁਸੀਂ ਸੁਣਾਓ ਬਸ ਤੇ ਕਿੰਨੇ ਤੋਂ ਕਿੰਨੇ ਤੱਕ ਪ੍ਰੋਗਰਾਮ ਹੈ ਅੱਜ 11 ਵਜੇ ਤੱਕ ਕਰਾਂਗੇ ਜੀ ਬੱਲੇ 11 ਵਜੇ ਤੱਕ ਤੁਹਾਡੇ ਨਾਲ ਹੀ ਆ ਕੋਈ ਗੱਲ ਨਹੀਂ ਤੇ ਬਾਕੀ ਇੱਕ ਮੈਂ ਤੁਹਾਡੇ ਨਾਲ ਗੀਤ ਸਾਂਝਾ ਕਰਦਾ ਪਲੀਜ਼ ਤੇ ਹਮੇਸ਼ਾ ਜੀ ਆਪਦੀ ਸੋਚ ਚੰਗੀ ਹੈ ਤਾਂ ਪ੍ਰੋਗਰਾਮ ਵੀ ਚੰਗੇ ਹੀ ਹੁੰਦੇ ਆ ਕੀ ਬਾਤ ਹੈ ਜਦੋਂ ਆਪਦੀ ਸੋਚ ਮਾੜੀ ਹੋ ਗਈ ਤੇ ਪ੍ਰੋਗਰਾਮ ਵੀ ਮਾੜਾ ਸਾਰੀ ਚੰਗੀਆਂ ਮਾੜੀ ਆਪ ਚੰਗੇ ਬਣ ਕੇ ਰਹਿਣਾ ਸਾਈਕਲ ਫੇਰ ਸਾਰੀ ਚੰਗੀ ਚੰਗੀ ਲੱਗਦੀ ਸਲਿਊਟ ਆਉਣ ਦਿਓ ਪੂੰਜੀ ਦੇ ਹਿਸਾਬ ਨਾਲ ਦਿੰਦੇ ਰਾਜ ਬਾਪੇ ਜੀ ਨੂੰ ਆਹਾ ਪੂੰਜੀ ਦੇ ਹਿਸਾਬ ਨਾਲ ਦਿੰਦੇ ਰਾਜ ਬਾਪੇ ਜੀ ਨੂੰ ਰੱਖਦੇ ਨਹੀਂ ਕੁਝ ਵੀ ਲਗੋ ਕੇ ਧੀਆ ਦਾ ਹੁੰਦਾ ਹੈ ਬਗਾਨਾ ਤੋੜ ਕੇ ਬਗਾਨੇ ਘਰ ਮਾਪੇ ਸਾਰ ਲੈਂਦੇ ਨੇ ਹਮੇਸ਼ਾ ਰੁਕੇ ਆਉਣ ਦੇ ਮੇਰੇ ਚੰਗਾ ਵਾਰ ਮੇਰੇ ਕੁੜੀ ਐਸ ਕਰਦੀ ਮਾੜਾ ਵਾਰ ਮਿਲੇ ਤਾਂ ਨਰਕ ਭਰਦੀ ਜ਼ਿੰਦਗੀ ਦੇ ਦੁੱਖ ਸੁੱਖ ਦੱਸਦੀ ਨੀ ਮਾਪਿਆਂ ਨੂੰ ਰੱਖੀ ਰੱਖਦੀ ਹੈ ਮਾਂ ਚ ਲਗੋ ਕੇ ਧੀਆਂ ਦਾ ਹੁੰਦਾ ਹੈ ਬਗਾਨਾ ਤੋੜ ਕੇ ਬਗਾਨੇ ਘਰ ਮਾਪੇ ਸਾਰ ਲੈਂਦੇ ਨੇ ਹਮੇਸ਼ਾ ਰੁਕੇ ਮਾਪੇ ਅਤੇ ਡਾਕਟਰ ਰਲ ਕੇ ਕਹਿ ਕਿਉਂ ਕਮਾਉਂਦੇ ਨੇ ਜੰਮਣ ਤੋਂ ਪਹਿਲਾਂ ਧੀ ਨੂੰ ਮਾਰ ਕਿਉਂ ਕਾਉਂਦੇ ਨੇ ਵੈਸੇ ਤੋਂ ਦੱਸੋ ਰਹਿਣਾ ਕਿਸ ਨੇ ਤੁਰ ਜਾਣਾ ਸਭ ਨੇ ਇਸ ਦੁਨੀਆਂ ਚ ਹੋ ਕੇ ਧੀਆਂ ਘਰ ਹੁੰਦਾ ਹੈ ਬਗਾਨਾ ਤੋੜ ਕੇ ਬਗਾਨੇ ਘਰ ਮਾਪੇ ਸਾਰ ਲੈਂਦੇ ਨੇ ਹਮੇਸ਼ਾ ਰੁਕੇ ਕਿਆ ਬਾਤ ਸੁਣ ਰਹੇ ਜੀ ਸੁਣ ਰਹੇ ਪੁੱਛ ਕੇ ਦੀਦੀ ਰਾਜ ਜੀ ਨੇ ਦੇਖੋ ਉਹਨੂੰ ਪੁੱਛ ਕੇ ਸਾਰੀ ਉਮਰ ਪਛਤਾਉਂਦੇ ਜਿਹੜੇ ਵੇਖਦੇ ਨੀ ਕਦੇ ਬੱਚੇ ਨੂੰ ਚੁੱਕ ਕੇ ਕਹਿੰਦਾ ਕਰਾਊਕੇ ਦੀ ਭੈਣ ਉਹਨੇ ਹੈ ਜੀ ਕੀ ਔਲਾਦ ਸਾਰੇ ਜੀ ਕਰ ਉਹਨੂੰ ਘਰ ਉਹਨੂੰ ਯਾਦ ਸਾਰ ਲੈਂਦੇ ਨੇ ਹਮੇਸ਼ਾ ਰੁਕੇ ਧੀਆਂ ਘਰ ਹੁੰਦਾ ਹੈ ਬਗਾਨਾ ਤੋੜ ਕੇ ਬਗਾਨੇ ਘਰ ਮਾਪੇ ਸਾਰ ਲੈਂਦੇ ਨੇ ਹਮੇਸ਼ਾ ਲੋਕੇ ਮਾਪੇ ਸਾਰ ਲੈਂਦੇ ਨੇ ਹਮੇਸ਼ਾ ਸਲਿਊਟ ਤੁਹਾਡੀ ਕਲਮ ਨੂੰ ਥੈਂਕ ਯੂ ਸੋ ਮਚ ਜਗਤਾਰ ਸਾਹਿਬ ਥੈਂਕ ਯੂ ਬਿਲਕੁਲ ਬਿਲਕੁਲ ਸਾਡੇ ਨਾਲ ਦੋਸਤੋ ਰਣਦੀਪ ਕੌਰ ਚੌਹਾਨ ਜੀ ਵੀ ਜੁੜ ਚੁੱਕੇ ਨੇ ਬ੍ਰੈਂਟ ਫੋਰਡ ਤੋਂ ਇਹਨਾਂ ਕੋਲ ਬਾ ਕਮਾਲ ਪ੍ਰੋਜੈਕਟ ਚੱਲ ਰਹੇ ਹੈਗੇ ਨੇ ਪਹਿਲਾਂ ਤਾਂ ਵੈਲਕਮ ਕਰਦੇ ਕਾਲ ਡਿਸਕਨੈਕਟ ਹੋ ਗਈ ਰਣਦੀਪ ਜੀ ਦੁਬਾਰਾ ਕਾਲ ਕਰਨੀ 905-673-33-37 ਤੇ ਲਓ ਜੀ ਦੁਬਾਰਾ ਵੀ ਜੁੜ ਚੁੱਕੇ ਨੇ ਹਾਂਜੀ ਰਣਦੀਪ ਜੀ ਸਤਿ ਸ਼੍ਰੀ ਅਕਾਲ ਵੈਲਕਮ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਜਿੰਨੇ ਵੀ ਸਾਂਝ ਰੇਡੀਓ ਟਾਟੋ ਨੂੰ ਸੁਣ ਰਹੇ ਨੇ ਲਿਸਨਰ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਸੌਰੀ ਮੰਗੀਏ ਪਹਿਲਾਂ ਤਾਂ ਕਾਫੀ ਦੇਰ ਤੁਹਾਨੂੰ ਵੇਟ ਕਰਾਉਣੀ ਪਈ ਹਾਂਜੀ ਕੋਈ ਗੱਲ ਨਹੀਂ ਤੇ ਅੱਜ ਦੱਸੋ ਫਿਰ ਕਿਹੜਾ ਪ੍ਰੋਜੈਕਟ ਕਿਉਂਕਿ ਤੁਹਾਡੀ ਕਾਲ ਦੀ ਹਮੇਸ਼ਾ ਸਾਡੇ ਸਰੋਤੇ ਵੇਟ ਕਰਦੇ ਨੇ ਤੇ ਕਿਹੜੇ ਪ੍ਰੋਜੈਕਟ ਤੇ ਚਾਨਣਾ ਪਾਉਂਗੇ ਜੋ ਅਸੀਂ ਆਪਦੇ ਸਰੋਤਿਆਂ ਦਾ ਫਾਇਦਾ ਕਰਾ ਸਕੀਏ ਹਾਂਜੀ ਮੈਨੂੰ ਵੀ ਬਹੁਤ ਕਾਲ ਆਉਂਦੀਆਂ ਨੇ ਇਧਰ ਕਿਤਨਾ ਰੇਡੀਓ ਦੇ ਵਿੱਚ ਮੇਰੇ ਕੋਲ ਜਿਹੜਾ ਨਵਾਂ ਲਾਟ ਆਇਆ ਮੈਂ ਆਈ ਸੀ ਇਹਦੇ ਵਿੱਚ 34, 36 ਤੇ 40 ਲਾਟ ਨੇ ਮੇਰੇ ਕੋਲ ਜਿਹਦੇ ਵਿੱਚ 3 ਬੈਡਰੂਮ ਵੀ ਨੇ ਤੇ 4 ਬੈਡਰੂਮ ਵੀ ਡਿਟੈਚ ਹੋਮਸ ਨੇ ਤੇ ਜਿਹਨਾਂ ਜਿਹੜੇ ਸਕੇਅਰ ਫੀਟ ਹੈਗੇ ਨੇ 1925 ਤੋਂ ਲੈ ਕੇ 2950 ਸਕੇਅਰ ਫੀਟ ਤੇ ਜਿਹਨਾਂ ਦੀ ਸਟਾਰਟਿੰਗ ਪ੍ਰਾਈਸ ਹੈਗੀ ਆ ਜੀ 992 900 to 1,231,900 ਸਕੂਲ ਦੀ ਇਹਨਾਂ ਦੀ ਹੈਗੀ ਆ ਜੀ ਫੋਰ 2023 ਦੇ ਵਿੱਚ ਹਾਂਜੀ ਹਾਂਜੀ ਪਲੀਜ਼ ਤੇ ਨਾਲ ਹੀ ਨਾਲ ਮੇਰੇ ਕੋਲ ਬ੍ਰੈਂਪਟਨ ਦੇ ਵਿੱਚ ਵੀ ਬਰਮੈਲਾ ਰੋਡ ਤੇ ਕੰਟਰੀ ਸਾਈਡ ਦੇ ਰੋਡ ਤੇ ਕੁਛ ਲੋਟ ਹੀ ਨੇ ਇਹਦੇ ਵਿੱਚ ਮੇਰੇ ਕੋਲ 4-5 ਲੋਟ ਬਚੇ ਹੋਏ ਨੇ ਬਾਕੀ ਸਾਰੇ ਜਿਹੜੇ ਹੈਗੇ ਆ ਵੀ ਉਹ ਸੋਲਡ ਹੋ ਚੁੱਕੇ ਨੇ ਜੇ
ਬ੍ਰੈਂਪਟਨ ਦੇ ਵਿੱਚ ਵੀ ਕੋਈ ਆਪਣੇ ਵਾਸਤੇ ਘਰ ਬੁੱਕ ਕਰਵਾਉਣਾ ਚਾਹੁੰਦਾ ਜਾਂ ਇਨਵੈਸਟਮੈਂਟ ਲਈ ਤਾਂ ਉਹ ਵੀ ਮੈਨੂੰ ਕਾਲ ਕਰ ਸਕਦੇ ਨੇ ਜੀ। ਮੇਰਾ ਨਾਮ ਹੈਗਾ ਰਣਜੀਤ ਚੌਹਾਨ, ਫੋਨ ਨੰਬਰ ਹੈਗਾ 6472423944, ਅਗੇਨ 6472423944। ਤੇ ਇਹ ਜਿਹੜੇ ਕਿਚਨਾਂ ਦੇ ਵਿੱਚ ਜਿਹੜੇ ਹੈਗੇ ਜਿਹੜੇ ਲਾਰਡ ਡੇ ਹੈਗੇ ਨੇ ਇਹਦੇ ਵਾਸਤੇ ਤਾਂ ਬਹੁਤ ਸਾਰੀਆਂ ਕਾਲਾਂ ਆ ਰਹੀਆਂ ਨੇ ਮੈਨੂੰ, ਤੇ ਮੈਂ ਵੀ ਜਿੱਦਾਂ ਇਹਦੇ ਵਿੱਚੋਂ ਕੁਛ ਜਿਹੜੇ ਲਾਰਡ ਹੈਗੇ ਇਹਦੇ ਵਿੱਚੋਂ 20 ਲਾਰਡ ਹੀ ਸੀਗੇ ਤੇ ਇਹਦੇ ਵਿੱਚੋਂ ਇੱਕ ਦੋ ਲਾਰਡ ਜਿਹੜੇ ਹੈਗੇ ਆ ਸੋਲਡ ਵੀ ਹੋ ਚੁੱਕੇ ਨੇ। ਬਿਲਕੁਲ ਬਿਲਕੁਲ ਬਿਲਕੁਲ, ਤੇ ਮੈਂ ਸਾਡੇ ਸਰੋਤਿਆਂ ਨੂੰ ਦੱਸਦਾ ਦੋਸਤੋ ਜਲਦੀ ਕਰ ਲਓ ਕਿਉਂਕਿ ਫਿਰ ਤੁਸੀਂ ਕਹਿਣਾ ਲੇਟ ਹੋ ਗਏ ਲੇਟ ਹੋ ਗਏ ਲੇਟ ਹੋ ਗਏ। ਕਾਲ ਕਰੋ ਰਣਦੀਪ ਕੌਰ ਚੌਹਾਨ ਜੀ ਨੂੰ 6472423944, 6472439449 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਰਣਦੀਪ ਜੀ ਕੁਝ ਹੋਰ ਐਡ ਕਰਨਾ ਚਾਹੋਗੇ? ਜੀ ਨਾਲ ਹੀ ਨਾਲ ਮੈਂ ਹਮੇਸ਼ਾ ਕੁਛ ਨਾ ਕੁਛ ਕਹਿਣਾ ਭੁੱਲ ਜਾਂਦੀ ਹਾਂ। ਪਲੀਜ਼, ਮੈਂ ਇਹਦੇ ਵਿੱਚ ਇਹ ਕਹਿਣਾ ਚਾਹੁੰਦੀ ਹਾਂ ਕਿ ਜੇ ਬ੍ਰੈਂਟਵੁੱਡ ਦੇ ਵਿੱਚ ਜਾਂ ਪੈਰਿਸ ਦੇ ਵਿੱਚ ਕੈਂਬਰੇਜ ਦੇ ਵਿੱਚ ਜੇ ਕੋਈ ਵੀ ਪ੍ਰੋਪਰਟੀ ਬਾਏ ਕਰਨਾ ਚਾਹੁੰਦਾ ਜਾਂ ਸੈਲ ਕਰਨਾ ਚਾਹੁੰਦਾ ਉਹ ਵੀ ਮੈਨੂੰ ਕਾਲ ਕਰ ਸਕਦੇ ਨੇ 6472423944। ਤੇ ਨਾਲ ਹੀ ਨਾਲ ਮੇਰੇ ਕੋਲ ਇੱਥੇ ਬ੍ਰੈਂਟਵੁੱਡ ਦੇ ਵਿੱਚ ਬਹੁਤ ਸਾਰੇ ਐਕਟਿਵ ਬਾਏ ਨੇ, ਜੇ ਬ੍ਰੈਂਟਵੁੱਡ ਦੇ ਵਿੱਚ ਵੀ ਕੋਈ ਆਪਣੀ ਪ੍ਰੋਪਰਟੀ ਸੈਲ ਕਰਨਾ ਚਾਹੁੰਦਾ ਤੇ ਉਹ ਵੀ ਮੈਨੂੰ ਕਾਲ ਕਰ ਸਕਦੇ ਨੇ ਜੀ ਐਨੀ ਟਾਈਮ। ਥੈਂਕ ਯੂ ਜੀ। ਥੈਂਕ ਯੂ ਰਣਦੀਪ ਜੀ। ਨੰਬਰ ਦੁਬਾਰਾ ਨੋਟ ਕਰ ਲਓ ਦੋਸਤੋ 6472423944 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਥੈਂਕ ਯੂ ਸੋ ਮਚ ਰਣਦੀਪ ਜੀ, ਥੈਂਕ ਯੂ। ਬਿਲਕੁਲ ਦੋਸਤੋ, ਹੁਣੀ ਤੁਸੀਂ ਸੁਣ ਰਹੇ ਸੀਗੇ ਰਣਦੀਪ ਕੌਰ ਚੌਹਾਨ ਜੀ ਨੂੰ, ਤੇ ਇੱਕ ਨੰਬਰ ਤੁਹਾਨੂੰ ਹੋਰ ਦੇਣਾ ਹੈਗਾ ਗੌਰਵ ਨਰੂਲਾ ਸਾਹਿਬ। ਵਾਟਰਲੂ ਕਿਚਨਰ ਕੈਂਬਰਿਜ ਦੇ ਵਿੱਚ ਕੋਈ ਵੀ ਪ੍ਰੋਪਰਟੀ ਦੀ ਭਾਲ ਦੇ ਵਿੱਚੋਂ ਤੇ ਕਾਲ ਕਿਹਨੂੰ ਕਰਨੀ ਹੈਗੀ ਹੈ? ਗੌਰਵ ਨਰੂਲਾ ਸਾਹਿਬ, ਤੇ ਇਹਨਾਂ ਦਾ ਨੰਬਰ ਦਈਏ ਤੁਹਾਨੂੰ ਕਿਉਂਕਿ ਬਾ ਕਮਾਲ ਦੇ ਰਿਅਲਟਰ ਹੈਗੇ ਨੇ ਦੋਸਤੋ। ਇਹਨਾਂ ਦੀ ਖਾਸੀਅਤ ਜਿਹੜੀ ਹੈਗੀ ਹੈ ਕਸਟਮਰ ਸੈਟਿਸਫੈਕਸ਼ਨ, ਕਸਟਮਰ ਨੂੰ ਹਮੇਸ਼ਾ ਵੱਡਾ ਦਰਜਾ ਦਿੰਦੇ ਹੋਏ ਹਮੇਸ਼ਾ ਪੈਸੇ ਤੋਂ ਪੈਸਾ ਬਣਾਉਣਾ ਕਿਵੇਂ ਹੁੰਦਾ ਰੀਅਲ ਸਟੇਟ ਦੇ ਵਿੱਚ, ਇਹ ਦੱਸਣਗੇ। ਨੰਬਰ ਟੂ ਕਾਲ 6477630730। ਤੇ ਦੂਜਾ ਨੰਬਰ ਨੋਟ ਕਰੋ ਦੋਸਤੋ ਉਮਰਪ੍ਰੀਤ ਚਾਵਲਾ ਜੀ ਦਾ, ਇੰਸ਼ੋਰੈਂਸ ਲਾਈਨ ਦੇ ਵਿੱਚ ਬਹੁਤ ਵੱਡਾ ਨਾਮ ਉਮਰ ਜੀ ਦਾ। ਲਾਈਫ ਇੰਸ਼ੋਰੈਂਸ ਪਾਲਿਸੀ ਕਰਾਉਣੀ ਹੈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀ, ਬੱਚਿਆਂ ਵਾਸਤੇ RESP ਸੇਵਿੰਗ ਪਲਾਨ RRSP, ਗੱਲਬਾਤ ਕਿਹਦੇ ਨਾਲ ਕਰਨੀ ਹੈ? ਉਮਰ ਪ੍ਰੀਤ ਚਾਵਲਾ ਜੀ ਨੂੰ ਕਾਲ ਕਰੋ 6474461616, 6474461616 ਤੇ ਉਮਰ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਦੋਸਤੋ ਕਿਚਨਰ ਕਿਚਨ ਨੂੰ ਦੇਣੀ ਹੈ ਲੁੱਕ 5-star ਦੀ, ਤੇ ਕਿਹਦੇ ਨਾਲ ਗੱਲਬਾਤ ਕਰਨੀ ਹੈ? ਸਿੰਘ ਕਿਚਨ ਕੈਬਿਨੇਟ, ਸਿੰਘ ਕਿਚਨ ਕੈਬਿਨੇਟ ਦੇ ਨਾਲ ਗੱਲਬਾਤ ਕਰੋ। ਤੇ ਇਹ ਬਹੁਤ ਵੱਡਾ ਗਿਫਟ ਹੁੰਦਾ ਘਰਦਿਆਂ ਵਾਸਤੇ ਜਦੋਂ ਤੁਸੀਂ ਉਹਨਾਂ ਦੀ ਜਿਹੜੀ ਕਿਚਨ ਹੈ ਉਹਨੂੰ ਚਮਕਾ ਦਿੰਦੇ, ਤੇ ਸਿੰਘ ਕਿਚਨ ਕੈਬਿਨੇਟ ਨੂੰ ਕਾਲ ਕਰੋ ਦੋਸਤੋ। ਨੰਬਰ ਤੁਹਾਨੂੰ ਦਿੰਦੇ ਹਾਂ ਸਿੰਘ ਕਿਚਨ ਕੈਬਿਨੇਟ ਦਾ 2 ਮਿੰਟ ਦੇ ਵਿੱਚ। ਤਦ ਤੱਕ ਸੁਣ ਰਹੇ ਹੋ ਸਾਂਝ ਰੇਡੀਓ ਟੋਰਾਂਟੋ, ਤੇ ਇੱਕ ਗਾਣਾ ਤੁਹਾਨੂੰ ਸੁਣਾ, ਇੱਕ ਹੋਰ ਥੋੜੇ ਦਿਨ ਪਹਿਲਾਂ ਤੁਸੀਂ ਸ਼ਾਇਦ ਸੁਣਿਆ ਹੋਵੇ, ਇੱਕ ਐਡ ਆਈ ਸੀਗੀ, ਉਹ ਐਡ ਵੀ ਤੁਹਾਨੂੰ ਸੁਣਾਉਣੀ ਹੈਗੀ ਆ, ਉਮੀਦ ਕਰਦੇ ਤੁਹਾਨੂੰ ਪਸੰਦ ਆਏਗੀ। ਬੜਾ ਪਿਆਰੀ ਬੜੀ ਪਿਆਰੀ ਐਡ ਆ, ਤੇ ਉਸ ਐਡ ਦੇ ਵਿੱਚ ਇੱਕ ਚੀਜ਼ ਬੜੀ ਵਧੀਆ, ਬੜੇ ਧਿਆਨ ਨਾਲ ਜੇ ਮੈਂ ਗੱਲਬਾਤ ਕਰਾਂ, ਉਸ ਐਡ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਕੰਨਿਆਦਾਨ। ਅਸੀਂ ਸਾਰਿਆਂ ਨੇ ਸੁਣਿਆ ਕੰਨਿਆਦਾਨ ਬਹੁਤ ਵੱਡਾ ਦਾਨ ਦੱਸਿਆ ਗਿਆ ਹੈਗਾ, ਤੇ ਕੰਨਿਆਦਾਨ ਦੇ ਨਾਲ ਨਾਲ ਉਹ ਗਾਣੇ ਦੇ ਵਿੱਚ ਦੱਸਿਆ ਹੈਗਾ ਵੀ ਕੰਨਿਆਦਾਨ ਤਾਂ ਕਰਨਾ ਹੀ ਕਰਨਾ ਹੈਗਾ, ਪਰ ਕੰਨਿਆ ਦਾ ਮਾਣ ਵੀ ਕਰਨਾ, ਕੰਨਿਆ ਦਾ ਮਾਣ ਵੀ ਕਰਨਾ ਹੈਗਾ। ਆਓ ਸੁਣਾਈਏ ਤੁਹਾਨੂੰ ਬੜੀ ਪਿਆਰੀ ਐਡ। ਇੱਕ ਮਿੰਟ, ਇੱਕ ਮਿਊਜ਼ਿਕ ਦੀ ਚੀਜ਼ ਚੱਲ ਰਹੀ ਹੈਗੀ, ਪਿੱਛੋਂ ਉਹਨੂੰ ਬੰਦ ਕਰੀਏ ਪਹਿਲਾਂ, ਤੇ ਤੁਹਾਨੂੰ ਸੁਣਾਉਣੇ ਆ ਬੜਾ ਪਿਆਰਾ ਸੌਂਗ ਹੈਗਾ ਇਹ, ਬੜੀ ਪਿਆਰੀ। ਬਿਲਕੁਲ ਇੱਕ ਮੈਸੇਜ ਆਉਂਦਾ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ, ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਹੈਗਾ, ਆਓ ਸੁਣੀਏ। ਦਾਦੀ ਬਚਪਨ ਸੇ ਕਹਿਤੀ ਹੈ ਜਬ ਤੂੰ ਆਪਣੇ ਘਰ ਚਲੀ ਜਾਏਗੀ ਮੁਝੇ ਬਹੁਤ ਯਾਦ ਕਰੋਗੀ, ਯੇ ਘਰ ਮੇਰਾ ਨਹੀਂ ਹੈ। ਪਾਪਾ ਕੀ ਬਿਗੜੇ ਮੂੰਹ ਸੇ ਬਾਤ ਨਿਕਲੀ ਹੀ ਨਹੀਂ ਔਰ ਡਨ, ਸਭ ਕਹਿਤੇ ਥੇ ਬਰਾਇਆ ਧਨ ਹੈ ਇਤਨਾ ਮਤ ਬਿਗਾੜੋ, ਉਹਨੇ ਸੁਣਾ ਨਹੀਂ ਪਰ ਇਹ ਵੀ ਨੇ ਕਿਹਾ ਕਿ ਨਾ ਮੈਂ ਪਰਾਈ ਹੂੰ ਨਾ ਧਨ। ਮਾਂ ਚਿੜੀਆ ਬੁਲਾਤੀ ਹੈ ਮੁਝੇ ਕਹਿਤੇ ਅਬ ਤੇਰਾ ਦਾਨਾ ਪਾਣੀ ਕਹੀਂ ਔਰ ਹੈ, ਪਰ ਚਿੜੀਆ ਕਾ ਤੋ ਪੂਰਾ ਆਸਮਾਨ ਹੁੰਦਾ ਹੈ ਨਾ,
अलग हो जाना, पराया हो जाना, किसी और के हाथ सौंपा जाना। मैं कोई दान करने की चीज हूँ, क्यों सिर्फ कन्या ना? नया आइडिया, कन्या मान। बिल्कुल जी, कहिंदे कन्या मान एक नवा वर्ड अज दे समय दे विच, अज दे सिस्टम दे विच जो नवीं चीजां आउंदियां ने ते नवीं चीजां दे विच नवे दर्जे दिते जांदे हैगे ने ते देने चाहीदे ने दोस्तों, बहुत जरूरी है। जिंदगी नूं आरामदायक किवें कढ़ना हैगा, जे तां कहिंदे वी जदों दुनिया बणी है, किसी ने कहा कहिंदे जदों दुनिया बणी है वी दुनिया जदों बणी है, जदों इंसान धरती दे उत्ते आया है, इंसान जंगलां दे विच रहिंदे सी, ਜਦੋਂ ਆਦਿ ਮਾਨਵ ਆਪਾਂ ਸੁਣਦੇ ਹੈਗੇ ਵੀ ਆਦਿ ਮਾਨਵ ਸੀਗੇ, ਉਹਨਾਂ ਨੂੰ ਨਹੀਂ ਪਤਾ ਸੀਗਾ ਕੀ ਖਾਣਾ ਕੀ ਪਾਉਣਾ, ਤੇ ਉਹ ਜੋ ਜਿਵੇਂ ਜਾਨਵਰ ਰਹਿੰਦੇ ਹੁੰਦੇ ਸੀਗੇ ਜੰਗਲ ਦੇ ਵਿੱਚ, ਉਵੇਂ ਹੀ ਜਿਹੜਾ ਇਨਸਾਨ ਰੂਪੀ ਆਦਿ ਮਾਨਵ ਉਦੋਂ ਹੁੰਦਾ ਸੀਗਾ ਉਵੇਂ ਹੀ ਰਹਿੰਦਾ ਹੁੰਦਾ ਸੀਗਾ। ਤੇ ਹੁਣੀ ਸਾਨੂੰ ਸਟੇਸ਼ਨ ਆਈ ਡੀ ਦਾ ਟਾਈਮ ਹੈ, ਇਹ ਗੱਲ ਨੂੰ ਕੰਟੀਨਿਊ ਕਰਾਂਗੇ ਤੇ ਤੁਹਾਡੀਆਂ ਕਾਲਾਂ ਵੀ ਲਵਾਂਗੇ, ਕਾਫੀ ਕਾਲਾਂ ਮਿਸ ਹੋ ਚੁੱਕੀਆਂ ਨੇ, 905-673-3337 ਦੇ ਉੱਤੇ ਤੁਹਾਡੀਆਂ ਗੱਲਾਂ ਬਾਤਾਂ ਲਵਾਂਗੇ। ਬੜੇ ਪਿਆਰੇ ਸੌਂਗ ਅੱਜ ਮੈਂ ਤੁਹਾਡੇ ਲਈ ਕੱਢੇ ਹੋਏ ਸੀਗੇ, ਉਮੀਦ ਕਰਦੇ ਤੁਹਾਨੂੰ ਸਾਰੇ ਪਸੰਦ ਆਉਣਗੇ। ਗਾਣਾ ਕੰਟੀਨਿਊ ਕਰਦੇ ਹਾਂ, ਵਰਮਾ ਸਾਹਿਬ ਇੱਕ ਸੈਕਿੰਡ ਹੋਲਡ ਕਰਨੀ ਹੈਗੀ ਹੈ ਤੁਹਾਨੂੰ ਕਾਲ ਤੇ ਲੈਂਦੇ ਹਾਂ, ਸਟੇਸ਼ਨ ਆਈਡੀ ਦਾ ਟਾਈਮ ਹੈ, ਇੱਕ ਸੈਕਿੰਡ ਹੋਲਡ ਕਰਨਾ। ਬਿਲਕੁਲ ਜੀ ਬਿਲਕੁਲ, ਇੱਕ ਘਰ ਜੋੜਿਆ ਤੇ ਇੱਕ ਘਰ ਜੋੜਨ ਚੱਲੀ ਨੀ, ਤੇ ਕੋਈ ਸ਼ੱਕ ਨੀ ਹੈਗਾ ਸਾਡੀਆਂ ਬੇਟੀਆਂ ਤੇ ਜਿਸ ਤਰੀਕੇ ਨਾਲ ਕਨੈਕਟ ਕਰਦੀਆਂ ਨੇ ਪਰਿਵਾਰ ਨੂੰ, ਤੇ ਵਰਮਾ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਸੁਣਾਓ? ਬਿਲਕੁਲ ਜੀ, ਤੁਹਾਨੂੰ ਵੀ ਬਹੁਤ ਬਹੁਤ। ਪਲੀਜ਼ ਆਉਣ ਦਿਓ। ਆਉਣ ਦਿਓ ਆਉਣ ਦਿਓ, ਕੋਈ ਚੱਕਰ ਨੀ, ਆਉਣ ਦਿਓ। ਆਹੇ ਸਿਆਣੀ ਅਡਾਰੀ ਮਾਰ ਲੋ, ਬੜੀ ਵਧੀਆ। ਇਹ ਬੜੀ ਜਿਹੜੀਆਂ ਚੀਜ਼ਾਂ ਤੁਸੀਂ ਲੈਣਾ ਲਿਖੀਆਂ ਨੇ ਬਹੁਤ ਵਧੀਆ ਲਿਖੀਆਂ ਨੇ, ਤੇ ਤੁਸੀਂ ਜਿਹੜੀ ਗੱਲ ਪਹਿਲਾਂ ਕਹੀ ਸੀ ਨਾ ਵੀ ਕੋਈ ਵੱਡੇ ਐਕਟਰ ਨੀ, ਤੁਸੀਂ ਹੈਗੇ ਹੋ ਜਿਹਦੇ ਅੰਦਰ ਇੱਕ ਕਲਾ ਹੈ ਨਾ, ਗਾ ਤਾਂ ਹਰ ਕੋਈ ਲੈਂਦਾ, ਲਿਖ ਹਰ ਕੋਈ ਨੀ ਸਕਦਾ। ਸਲਿਊਟ ਹੈ ਤੁਹਾਡੀ ਲਿਖਾਈ ਨੂੰ, ਥੈਂਕ ਯੂ ਸੋ ਮਚ, ਥੈਂਕ ਯੂ ਥੈਂਕ ਯੂ।
ਬਿਲਕੁਲ ਦੋਸਤੋ, ਜਿਵੇਂ ਕਿ ਮੈਂ ਦੱਸਿਆ ਹੈਗਾ ਵੀ ਲਿਖਣਾ ਸਭ ਤੋਂ ਔਖੀ ਚੀਜ਼ ਆ, ਉਹ ਸਿਖਾ ਨਹੀਂ ਕੋਈ ਸਕਦਾ ਹੈਗਾ। ਉਹ ਜੇ ਤੁਸੀਂ ਕਹੋ ਯਾਰ ਕਿਤੇ ਮੈਂ ਕੋਚਿੰਗ ਲੈ ਲਾਂ ਜਾ ਕੇ ਲਿਖਣ ਦੀ, ਕਿਤੇ ਕੋਈ ਪੜ੍ਹਾਉਂਦਾ ਹੋਊਗਾ ਵੀ ਕਿਵੇਂ ਲਿਖਣਾ, ਇਹ ਲਿਖਾਵਟ ਤਾਂ ਤੁਹਾਡੇ ਅੰਦਰੋਂ ਆਉਣੀ ਹੈ, ਤੁਹਾਡੀ ਨੌਲੇਜ ਹੈ। ਤੇ ਇੱਕ ਕਾਲ ਹੋਰ ਲੈਂਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਕੀ ਹਾਲ ਚਾਲ ਜੀ? ਸਭ ਠੀਕ ਠਾਕ ਜੀ, ਤੁਸੀਂ ਸੁਣਾਓ? ਬਹੁਤ ਵਧੀਆ। ਹਾਂਜੀ ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਪਹਿਲਾਂ ਤਾਂ ਸਾਰੇ ਆਪਣੇ ਸਾਂਝ ਰੇਡੀਓ ਟੋਰਾਂਟੋ ਦੀ ਟੀਮ ਨੂੰ ਤੇ ਸਾਰੇ ਜਿਹੜੇ ਲਿਸਨਰ ਨੂੰ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਸਾਡੇ ਸਰੋਤਿਆਂ ਨੂੰ ਮੈਂ ਦੱਸਦਾ, ਮੈਂ ਮਿਸ ਕਰ ਗਿਆ ਸੀਗਾ, ਤੇ ਸਾਡੇ ਨਾਲ ਦੋਸਤੋ ਸਿੰਗਰ ਪਰਮਜੀਤ ਕੌਰ ਜੀ ਜੁੜੇ ਹੈਗੇ ਨੇ ਕਾਲ ਦੇ ਉੱਤੇ, ਕਿਉਂਕਿ ਉਹ ਕੈਨੇਡਾ ਪਹੁੰਚ ਚੁੱਕੇ ਨੇ ਤੇ ਥੋੜੇ ਦਿਨਾਂ ਦੇ ਵਿੱਚ ਉਹਨਾਂ ਦਾ ਵੀ ਪਲਾਨ ਕਰਾਂਗੇ ਇੰਟਰਵਿਊ ਦੀ ਸਾਡੇ ਨਾਲ ਜੁੜਨ ਲਈ, ਤੇ ਮਿਸ ਹੋ ਗਿਆ ਸੀਗਾ ਤੇ ਵੈਲਕਮ ਕਰਦੇ ਹਾਂ ਦੁਬਾਰਾ ਸਿੰਗਰ ਪਰਮਜੀਤ ਕੌਰ ਜੀ ਦਾ, ਤੇ ਉਹਨਾਂ ਦਾ ਹਾਲ ਚਾਲ ਪੁੱਛਦੇ ਹਾਂ। ਵੈਲਕਮ ਹੈ ਜੀ, ਸਤਿ ਸ਼੍ਰੀ ਅਕਾਲ ਦੁਬਾਰਾ ਤੋਂ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੇ ਹੋਰ ਸੁਣਾਓ ਸਭ ਠੀਕ ਠਾਕ? ਹਾਂਜੀ ਬਹੁਤ ਵਧੀਆ, ਤੇ ਵੱਡੀ ਗੱਲ ਇਹ ਹੈ ਵੀ ਤੁਸੀਂ ਅੱਜ ਬੜੇ ਵਧੀਆ ਮੌਕੇ ਤੇ ਕਾਲ ਕੀਤੀ ਹੈ, ਕਿਉਂਕਿ ਡਾਟਰਸ ਡੇ ਹੈਗਾ ਤੇ ਤੁਹਾਡੀ ਵੀ ਜਿਹੜੀ ਸਟੋਰੀ ਹੈ ਲਾਈਫ ਦੀ ਉਹ ਵੀ ਬੜੀ ਇਨਸਪਾਇਰਿੰਗ ਹੈ, ਉਹ ਵੀ ਇੱਕ ਦਿਨ ਤੁਹਾਡੇ ਨਾਲ ਕਨੈਕਟ ਕਰਕੇ ਪ੍ਰੋਪਰ ਅਸੀਂ ਇੰਟਰਵਿਊ ਕਰਾਂਗੇ ਤੇ ਤੁਹਾਡੇ ਤੋਂ ਵੀ ਜਾਣਾਂਗੇ। ਤੇ ਡਾਟਰਸ ਡੇ ਤੇ ਕੀ ਕਹਿਣਾ ਚਾਹੋਗੇ? ਜੀ ਪਹਿਲਾਂ ਤਾਂ ਸਾਰੀ ਬੱਚੀਆਂ ਨੂੰ ਹੈਪੀ ਡਾਟਰ ਡੇ ਮੇਰੇ ਵੱਲੋਂ, ਤੇ ਸਾਰੀਆਂ ਬੱਚੀਆਂ ਹਮੇਸ਼ਾ ਖੁਸ਼ ਰਹਿਣ, ਤੇ ਸਾਰੇ ਮੇਰੇ ਦੋਸਤਾਂ ਨੂੰ ਵੀ ਮੇਰਾ ਇਹੀ ਕਹਿਣਾ ਕਿ ਬੱਚੀਆਂ ਨੂੰ ਵੱਧ ਤੋਂ ਵੱਧ ਹਿੰਮਤ ਨਾਲ ਉਹਨਾਂ ਨੂੰ ਪੜ੍ਹਾਉਣਾ ਤੇ ਲਿਖਾਉਣਾ ਤੇ ਉਹਨਾਂ ਦੀ ਕੇਅਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕੀ ਬਾਤ ਹੈ, ਧਿਆਨ ਰੱਖਣ। ਹਾਂਜੀ, ਕਿਆ ਬਾਤ ਹੈ, ਕਿਆ ਬਾਤ ਹੈ। ਤੁਹਾਨੂੰ ਪਤਾ ਹੈ ਅੱਜ ਕੱਲ ਬੜਾ ਬੜੀਆਂ ਚੀਜ਼ਾਂ ਹੋ ਰਹੀਆਂ ਨੇ, ਪੂਰੀ ਦੁਨੀਆ ਦੇ ਵਿੱਚ ਬੜੀਆਂ ਮਾੜੀਆਂ ਕ੍ਰਿਤੀਆਂ ਹੋ ਰਹੀਆਂ ਨੇ, ਉਹਨਾਂ ਦੇ ਉੱਤੇ ਕੀ ਕਹਿਣਾ ਚਾਹੋਗੇ? ਬਸ ਉਹਨਾਂ ਉੱਤੇ ਮੈਂ ਇਹੀ ਕਹਿਣਾ ਚਾਹੂੰਗੀ ਜੀ ਵੀ ਹੁਣ ਤਾਂ ਦੇਖੋ ਬਹੁਤ ਤਰੱਕੀ ਸਾਇੰਸ ਨੇ ਵੀ ਕਰ ਚੁੱਕੇ ਨੇ, ਸਾਇੰਸ ਬਹੁਤ ਤਰੱਕੀ ਕਰ ਚੁੱਕਿਆ ਹੈ, ਇਸ ਕਰਕੇ ਆਪਾਂ ਨੂੰ ਵੀ ਬਹੁਤ ਅੱਗੇ ਵਧਣ ਦੀ ਲੋੜ ਹੈ, ਕਿਉਂਕਿ ਜੇ ਧੀਆਂ ਨਹੀਂ ਹੋਣਗੀਆਂ ਤਾਂ ਬੱਚੇ ਕਿੱਥੋਂ ਪੈਦਾ ਹੋਣਗੇ ਜੀ? ਰਾਈਟ, ਮਾਵਾਂ ਕਿੱਥੋਂ ਬਣਨਗੀਆਂ? ਅਸੀਂ ਮਾਵਾਂ ਲਈ ਬਹੁਤ ਕੁਛ ਬੋਲਦੇ ਹਾਂ, ਹਨਾ, ਮਾਵਾਂ ਕਿੱਥੋਂ ਬਣਨਗੀਆਂ? ਫਿਰ ਰਾਈਟ, ਧੀ ਦਾ ਜਿਹੜਾ ਰੂਪ ਹੈ ਉਹ ਬਹੁਤ ਤਰ੍ਹਾਂ ਦਾ ਹੈਗਾ, ਉਹਨਾਂ ਨੇ ਕਿੰਨੇ ਰੂਪ ਲੈਣੇ ਹੁੰਦੇ ਨੇ, ਤੇ ਅਸੀਂ ਜੇ ਧੀਆਂ ਦੇ ਹੀ ਕਤਲ ਕਰਨ ਲੱਗ ਜਾਂਗੇ ਜਾਂ ਅਸੀਂ ਰੇਪ ਕਰਨ ਲੱਗ ਜਾਂਗੇ ਤਾਂ ਫਿਰ ਉੱਥੇ ਦਾ ਕੁਛ ਨੀ ਬਚੇਗੀ ਪਿੱਛੇ। ਰਾਈਟ, ਸਾਰਿਆਂ ਨੂੰ ਇਹੀ ਬੇਨਤੀ ਹੈ, ਰਿਕੁਐਸਟ ਹੈ ਕਿ ਆਪਣੀ ਧੀਆਂ ਦੀ ਸਾਰੇ ਇੱਕ ਦੂਜੇ ਦੀ ਅੱਗੇ ਜਿਵੇਂ ਕਹਿੰਦਾ ਹੁੰਦਾ ਸੀਗੇ ਨਾ ਵੀ ਇੱਕ ਪਿੰਡ ਦੀ ਧੀ ਆ ਤਾਂ ਸਾਰੇ ਇੱਕ ਪਿੰਡ ਦੀਆਂ ਧੀਆਂ ਨੇ, ਤੇ ਇਸ ਕਰਕੇ ਮੈਂ ਕਹੂੰਗੀ ਵੀ ਉਹੀ ਸੋਚ ਜਿਹੜੀ ਪਹਿਲਾਂ ਸਾਰੇ ਲੋਕਾਂ ਦੀ ਸੋਚ ਹੁੰਦੀ ਸੀ ਉਹੀ ਸੋਚ ਦੁਬਾਰਾ ਸਭ ਦੀ ਹੋਣੀ ਚਾਹੀਦੀ। ਤੁਸੀਂ ਦੱਸ ਰਹੇ ਪਹਿਲਾਂ ਲੋਕਾਂ ਦੀ ਸੋਚ ਇਹ ਸੋਚ ਹੁੰਦੀ ਸੀ ਜੇ ਇੱਕ ਘਰ ਦੀ ਪਤਾ ਇਸ ਪਿੰਡ ਦੇ ਵਿੱਚ ਧੀ ਇੱਕ ਧੀ ਆ ਨਾ ਤਾਂ ਉਹ ਸਾਰੇ ਪਿੰਡ ਦੀ ਧੀ ਆ, ਇੱਕ ਇੱਕ ਦੀ ਭੈਣ ਆ ਤਾਂ ਸਾਰਿਆਂ ਦੀ ਭੈਣ ਹੁੰਦੀ ਸੀ। ਓਕੇ, ਤੁਸੀਂ ਦੱਸ ਰਹੇ ਪਹਿਲਾਂ ਸੋਚ ਵਧੀਆ ਸੀ, ਸਾਡੇ ਦੇਖਦਿਆਂ ਵੇਖਦਿਆਂ ਇਹ ਸੋਚ ਬਹੁਤ ਚੇਂਜ ਹੋ ਗਈ ਹੈ। ਕੀ ਕਾਰਨ ਸਮਝਦੇ ਹੋ ਇਸ ਚੀਜ਼ ਦਾ? ਕਾਰਨ ਤਾਂ ਦੇਖੋ ਸਮੇਂ ਦਾ ਵਕਤ ਦਾ ਏਰ ਫੇਰ ਹੈ ਜੀ ਇਹ, ਪਰ ਮੈਂ ਕਹਿੰਦੀ ਹਾਂ ਵੀ ਫੇਰ ਵੀ ਹਜੇ ਵੀ ਬਹੁਤ ਲੋਕਾਂ ਦੀ ਸੋਚ ਹਜੇ ਵੀ ਹੈਗੀ ਆ, ਪਿੱਛੇ ਵਾਲੀ ਸੋਚ ਹਜੇ ਵੀ ਹੈਗੀ ਆ, ਔਰ ਉਹ ਵੀ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਦੇ ਵਿੱਚ ਅੱਜ ਕੱਲ੍ਹ ਦੇ ਵਿੱਚ ਵੀ ਹੈਗੀ ਆ, ਸਾਰੇ ਨੀ ਹੈ ਇੱਕੋ ਜਿਹੇ, ਪਰ ਵਿੱਚ ਹਜੇ ਵੀ ਜਿਹੜੇ ਹੈਗੇ ਆ, ਮੈਂ ਉਹਨਾਂ ਨੂੰ ਵੀ ਇਹੀ ਬੇਨਤੀ ਕਰੂੰ ਕਿ ਆਪਣਾ ਪੁਰਾਣਾ ਜਿਹੜਾ ਵਿਰਸਾ ਹੈ ਉਸ ਚੀਜ਼ ਨੂੰ ਹਜੇ ਵੀ ਅਸੀਂ ਸੰਭਾਲ ਕੇ ਰੱਖੀਏ, ਅਸੀਂ ਸਾਰੀਆਂ ਧੀਆਂ ਦੀ ਇੱਜ਼ਤ ਕਰੀਏ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਤੇ ਬਿਲਕੁਲ ਦੋਸਤੋ, ਤੁਸੀਂ ਹਮੇਸ਼ਾ ਤੁਹਾਨੂੰ ਗਾਣੇ ਸੁਣਾਉਣੇ ਹੁੰਦੇ ਆ, ਨਿੱਕੀ ਨਿੱਕੀ ਗੱਲ ਤੇ ਬੰਬੀਹਾ ਬੋਲੇ, ਸਿੰਗਰ ਪਰਮਜੀਤ ਕੌਰ ਜੀ ਵੱਲੋਂ ਗਾਇਆ ਹੋਇਆ ਤੇ। ਹਾਂਜੀ ਪਲੀਜ਼ ਪਲੀਜ਼ ਪਲੀਜ਼। ਕਿਆ ਬਾਤ ਨੀ ਤੂੰ ਸਾਂਭ ਬੁਕਲ ਵਿੱਚ ਰੱਖੀਆਂ ਗਿਰਵੇਂ ਦਿਨਾਂ ਦੀਆਂ ਸਾਂਝਾਂ ਦੇ ਬਾਬਲ ਅਸਾਂ ਸਿਦਕਾਂ ਨਾਲ ਹੰਡਾਈਆਂ ਉਂਝਾਂ ਵਾਂਗ ਪਰੌਣੀਆਂ ਤੀਆਂ ਸਾਡੇ ਵੇੜੇ ਦੋ ਦਿਨ ਆਈਆਂ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਬਹੁਤ ਕਮਾਲ ਦੀ ਆਵਾਜ਼ ਤੇ ਬਿਲਕੁਲ ਬੁਲੰਦ ਆਵਾਜ਼ ਜਿਹਨੂੰ ਅਸੀਂ ਕਹਿ ਸਕਦੇ ਹੈਗੇ ਹਾਂ। ਤੇ ਦੋਸਤੋ, ਬੜੀ ਜਲਦੀ ਸਿੰਗਰ ਪਰਮਜੀਤ ਕੌਰ ਜੀ ਵੱਲੋਂ ਟਾਈਮ ਲੈ ਕੇ ਤੇ ਅਸੀਂ ਉਹਨਾਂ ਦਾ ਟਾਈਮ ਲੈ ਕੇ ਤੇ ਫਿਰ ਉਹਨਾਂ ਨੂੰ ਲਾਈਵ ਲੈ ਕੇ ਆਵਾਂਗੇ ਸਾਂਝ ਰੇਡੀਓ ਟੋਰਾਂਟੋ ਦੇ ਉੱਤੇ ਬਹੁਤ ਜਲਦ। ਤੇ ਜਾਂਦੇ ਜਾਂਦੇ ਪਰਮਜੀਤ ਜੀ ਕੁਛ ਕਹਿਣਾ ਚਾਹੋਗੇ ਬੇਟੀਆਂ ਦੇ ਉੱਤੇ? ਬਸ ਬੇਟੀਆਂ ਉੱਤੇ ਮੈਂ ਤੁਹਾਨੂੰ ਇਹੀ ਬਸ ਰਿਕੁਐਸਟ ਹੀ ਕਰਦੀ ਹਾਂ ਸਾਰਿਆਂ ਨੂੰ ਕਿ ਆਪਣੀਆਂ ਬੇਟੀਆਂ ਦਾ ਬਹੁਤ ਧਿਆਨ ਰੱਖੋ, ਜਿੰਨਾ ਅਸੀਂ ਬੇਟੀਆਂ ਦੀ ਇੱਜ਼ਤ ਕਦਰ ਕਰਾਂਗੇ ਤੇ ਪਰਮਾਤਮਾ ਨੇ ਸਾਨੂੰ ਕਿਤੇ ਚੀਜ਼ ਦੀ ਕਮੀ ਨਹੀਂ ਕਰਨੀ, ਕਿਉਂਕਿ ਘਰ ਦੀ ਲਕਸ਼ਮੀ ਅਸੀਂ ਬੇਟੀਆਂ ਨੂੰ ਮੰਨਦੇ ਹਾਂ, ਬਹੂਆਂ ਨੂੰ ਮੰਨਦੇ ਹਾਂ, ਤੇ ਜੇ ਅਸੀਂ ਇਹਨਾਂ ਦੀ ਇੱਜ਼ਤ ਕਦਰ ਕਰਾਂਗੇ
क्या बात है बेटा, पर मेनू तीनों बच्चों से मान है, पर मेनू बेटिया से बहुत ज्यादा मान है जी, उन्होंने इना सिर उच्चा करके रखा हुआ, इस करके हर मां नूं अपनी बच्चिया से मान होना चाहिए। सैल्यूट सैल्यूट तुहाडी सोच नूं, परमात्मा सारे दी सोच एवें बनाए। थैंक यू सो मच साडे नाल जुड़न वास्ते, थैंक यू थैंक यू थैंक यू। हाँ जी सतवीर जी, सत श्री अकाल। हाँ जी भाजी की कहना चाहोगे? हाँ जी राइट बिलकुल दोस्तों, इस चीज दे विच अज दा जिहड़ा मेजरली टॉपिक इह इस तरीके नाल करन दा कारण इही है वी किते ना किते सानू असी जे इमोशनली हो रहे हैगे ते होना जरूरी भी हैगा, क्योंकि इह जिहड़ा रोल है जिहड़ा इह दर्जा है साडी जिंदगी दे विच साडियां बेटियां साडियां बच्चियां ने सानू दित्ता हैगा। ते बिलकुल मैं कहना डरन दी, जदों असी कहने आ वी असी जी डर जांदे आ जी साडे बेटी होगी घर ते, इक मैं साइंस वालों थोनू दसदा वी इक तां कुड़ियां नूं ਜਿਹੜੇ ਲੋਕ ਕਹਿਣ ਲੱਗ ਜਾਂਦੇ ਨੇ ਵੀ ਕੁੜੀ ਦਾ ਕਸੂਰ ਹੈ ਬੇਟੀ ਹੋ ਗਈ, ਉਹ ਚੈੱਕ ਕਰ ਲੈਣ ਗੂਗਲ ਦੇ ਉੱਤੇ ਜਾ ਕੇ ਦੋਸਤੋ, ਸਾਇੰਸ ਨੇ ਜੋ ਇਸ ਚੀਜ਼ ਦਾ ਨਿਰੀਖਣ ਕਰਿਆ ਹੈਗਾ ਇਸ ਦੇ ਵਿੱਚ ਕੋਈ ਕਿਸੇ ਦਾ ਕਸੂਰ, ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਕਸੂਰ ਇਹ ਵਰਡ ਨੂੰ ਕਸੂਰ ਕਿਉਂ ਕਿਹਾ ਜਾਂਦਾ, ਵੀ ਕਿਹਦਾ ਕਸੂਰ ਹੈ ਕਸੂਰ ਕਦ? ਅਸੀਂ ਜੇ ਅਸੀਂ ਚਾਹੁੰਦੇ ਹਾਂ ਵੀ ਅੱਗੇ ਸਾਡਾ ਸਮਾਜ ਵਧੇ ਸਾਡੀ ਪਰਿਵਾਰ ਵਧਣ ਸਾਡੇ, ਅਸੀਂ ਬੱਚਿਆਂ ਨੂੰ ਆਉਣ ਦਿੰਦੇ ਹਾਂ ਇਸ ਦੁਨੀਆਂ ਦੇ ਉੱਤੇ ਆਜ਼ਾਦੀ, ਦੇਖੋ ਮੈਂ ਆਉਣ ਦੇਣ ਦੀ ਵੈਸੇ ਸਾਡੀ ਤਾਂ ਕਿਸੇ ਦੀ ਕੀ ਔਕਾਤ ਹੈ ਵੀ ਅਸੀਂ ਕਿਸੇ ਨੂੰ ਆਉਣ ਦੇ ਦਈਏ ਜਾਂ ਜਾਣ ਦੇ ਦਈਏ, ਉਹ ਪਰਮਾਤਮਾ ਨੇ ਦੇਖਣਾ। ਪਰ ਫਿਰ ਵੀ ਇਨਸਾਨ ਇੰਨਾ ਹਾਵੀ ਹੋ ਚੁੱਕਿਆ ਹੈ ਪੂਰੇ ਸਿਸਟਮ ਦੇ ਉੱਤੇ ਇੰਨਾ ਹਾਵੀ ਹੋ ਚੁੱਕਿਆ ਵੀ ਉਹ ਮਰਜ਼ੀ ਕਰਨ ਲੱਗ ਗਿਆ ਕੁਦਰਤ ਦੇ ਖਿਲਾਫ। ਕਾਲ ਲੈਂਦੇ ਹਾਂ, ਅੱਗੇ ਗੱਲ ਕਰਾਂਗੇ। 397 ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਰ? ਵਧੀਆ ਭਾਜੀ ਵਧੀਆ, ਕੀ ਕਹਿਣਾ ਚਾਹੋਗੇ? ਅੱਜ ਡਾਟਰਸ ਡੇ ਮਨਾ ਰਹੇ ਜੀ ਸਾਂਝ ਰੇਡੀਓ ਟੋਰਾਂਟੋ ਤੇ। ਹਾਂਜੀ, ਠੀਕ ਹੈ ਤੁਸੀਂ ਆਪਣਾ ਨਹੀਂ ਠੀਕ ਹੈ, ਐਗਰੀ ਤੁਸੀਂ ਆਪਣਾ ਵਿਚਾਰ ਇੱਕ ਦੱਸ ਰਹੇ ਹੋ। ਬਿਲਕੁਲ ਹਰ ਬੰਦੇ ਨਾਲ ਇੱਕ ਆਪਣਾ ਇੱਕ ਡੈਫੀਨੇਸ਼ਨ ਰਹਿੰਦੀ ਹੈਗੀ ਜ਼ਿੰਦਗੀ ਦੇ ਵਿੱਚ, ਜੋ ਜਿਸ ਤਰੀਕੇ ਨਾਲ ਜਿਸ ਨਾਲ ਬੀਤਦਾ। ਬਟ ਥੈਂਕ ਯੂ ਸੋ ਮਚ ਫੋਰ ਯੂਰ ਕਾਲ ਸਰ, ਥੈਂਕ ਯੂ। ਬਿਲਕੁਲ ਦੋਸਤੋ, ਹਰ ਬੰਦੇ ਦਾ ਇੱਕ ਆਪਦਾ ਐਕਸਪੀਰੀਅੰਸ ਹੈਗਾ ਜ਼ਿੰਦਗੀ ਦੇ ਵਿੱਚ, ਤੇ ਉਹ ਭਾਜੀ ਆਪਣਾ ਐਕਸਪੀਰੀਅੰਸ ਦੱਸ ਕੇ ਗਏ ਨੇ, ਤੇ ਨੌਲੇਜ ਹਰ ਚੀਜ਼ ਦੀ ਹੋਣੀ ਚਾਹੀਦੀ ਹੈਗੀ। ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਵੀ ਬੇਟੀਆਂ ਨੂੰ ਕਿਵੇਂ ਸੰਭਾਲ ਕੇ ਰੱਖਣਾ ਹੈਗਾ ਤੇ ਉਹਨਾਂ ਨੂੰ ਵਧੀਆ ਸੰਸਕਾਰ, ਜਿਵੇਂ ਥੋੜੇ ਦਿਨ ਪਹਿਲਾਂ ਆਪਾਂ ਇੱਕ ਟੋਪਿਕ ਕਰਿਆ ਸੀਗਾ ਵੀ ਅਸੀਂ ਬੱਚਿਆਂ ਨੂੰ ਕੀ ਸਿਖਾਉਣਾ ਤੇ ਜੋ ਬੱਚਿਆਂ ਨੂੰ ਕੱਲ੍ਹ ਨੂੰ ਸਾਡੇ ਬੱਚੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਜੁੜ ਕੇ ਰਹਿਣ, ਕਿਉਂਕਿ ਕਿਸੇ ਨੂੰ ਤੁਸੀਂ ਕਿਸੇ ਕੋਰੇ ਕਾਗਜ਼ ਤੇ ਨਹੀਂ ਲਿਖ ਕੇ ਦੇ ਸਕਦੇ ਵੀ ਮੈਂ ਪਹਿਲਾਂ ਤੇਰੀ ਕੇਅਰ ਕਰੂੰਗਾ ਫਿਰ ਤੂੰ ਕੱਲ੍ਹ ਨੂੰ ਮੇਰੀ ਕੇਅਰ ਕਰੀ। ਪਰ ਜੇ ਅਸੀਂ ਆਪਦੇ ਬੱਚਿਆਂ ਨੂੰ ਸੰਸਕਾਰ ਹੀ ਦੇ ਦਾਂਗੇ, ਜਿਵੇਂ ਸਿੰਗਰ ਪਰਮਜੀਤ ਕੌਰ ਜੀ ਦੇ ਕੇ ਗਏ ਨੇ, ਗੱਲਾਂ ਬਾਤਾਂ ਦੱਸ ਕੇ ਗਏ ਨੇ, ਸਾਡੇ ਹੋਰ ਵੀ ਸਰੋਤੇ ਸਾਡੇ ਨਾਲ ਗੱਲਾਂ ਬਾਤਾਂ ਕਰਕੇ ਗਏ ਨੇ, ਇੱਕ ਮਾਣ ਵਾਲੀ ਗੱਲ ਉਦੋਂ ਹੀ ਹੋ ਜਾਂਦੀ ਆ ਬੱਚਿਆਂ ਲਈ ਜਦੋਂ ਬੱਚਿਆਂ ਨੂੰ ਸੰਸਕਾਰ ਦੇਣੇ ਤੇ ਉਹ ਸੰਸਕਾਰ ਹੀ ਰਿਟਰਨ ਕਰਦੇ ਹੈਗੇ ਨੇ ਉਹੀ ਕਨੈਕਟ ਕਰਦੇ ਨੇ। ਇੱਕ ਬੜਾ ਵਧੀਆ ਪਿਆਰਾ ਸੌਂਗ ਗੁਰਮੀਤ ਬਾਵਾ ਜੀ ਦਾ, ਆਓ ਸੁਣੀਏ। ਉਹਨੂੰ ਮਾਇਆ ਚੁੱਪ ਕੇ
ਬਿਲਕੁਲ ਜੀ ਬਿਲਕੁਲ ਕਾਲ ਇੱਕ ਲੈਂਦੇ ਹਾਂ ਗਾਣਾ ਕੰਟੀਨਿਊ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੁਲਦੀਪ ਜੀ ਸਤਿ ਸ਼੍ਰੀ ਅਕਾਲ ਹਾਂਜੀ ਕੀ ਹਾਂਜੀ 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 ਥੈਂਕ ਯੂ ਬਹੁਤ ਵਧਾਈ ਹੋਵੇ ਤੁਹਾਨੂੰ ਤੇ ਧੀਆਂ ਵੀ ਘਰੋਂ ਸਿਆਣੀਆਂ ਬਹੁਤ ਹੋਣੀਆਂ ਚਾਹੀਦੀਆਂ ਜੀ ਫਿਰ ਉਹ ਧੀਆਂ ਦੇ ਲਈ ਅਸੀਂ ਪੂਰਾ ਮਾਣ ਕਰਕੇ ਅਸੀਂ ਤਾਂ ਦੇਈਏ ਉਹਨੂੰ ਪਿਆਰ ਦੇਈਏ ਸਮਾਂ ਜੀਆਂ ਸਿਆਣੀਆਂ ਸੁਣਨਗੀਆਂ ਨਹੀਂ ਤਾਂ ਜੋ ਕਹਿ ਗਏ ਪਹਿਲੇ ਧੀਆਂ ਨੂੰ ਅਸੀਂ ਮੁੰਡਿਆਂ ਨੂੰ ਪਹਿਲੇ ਦੱਸ ਦਿੱਤੇ ਰੱਖਦੇ ਕੁੜੀਆਂ ਨੂੰ ਬਾਅਦ ਚ ਰੱਖਦੇ ਥੈਂਕ ਯੂ ਥੈਂਕ ਯੂ ਥੈਂਕ ਬਿਲਕੁਲ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਕਰਦਾ ਗੁਰਮੀਤ ਬਾਬਾ ਜੀ ਦਾ ਜਿਸ ਤਰੀਕੇ ਨਾਲ ਇਹ ਇੱਕ ਦਾ ਗਾਣਾ ਲਿਖਿਆ ਤੇ ਇੱਕ ਇਹ ਗਾਣਾ ਜਿਸ ਤਰੀਕੇ ਨਾਲ ਗਾਇਆ ਹੋਇਆ ਤੇ ਬਿਲਕੁਲ ਦੋਸਤੋ ਸਾਂਝ ਰੇਡੀਓ ਟੋਰਾਂਟੋ ਡਾਟਰਸ ਡੇ ਮਨਾ ਰਿਹਾ ਹੈਗਾ ਗੱਲਾਂ ਬਾਤਾਂ ਕਰ ਰਹੇ ਹੈਗੇ ਆ ਮਾੜੀਆਂ ਕ੍ਰਿਤੀਆਂ ਦੇ ਉੱਤੇ ਮਾੜੇ ਸਿਸਟਮ ਦੇ ਉੱਤੇ ਤੇ ਉਹ ਦਰਜਾ ਜਿਹੜਾ ਦੇਣਾ ਹੈਗਾ ਅਸੀਂ ਬੇਟੀਆਂ ਨੂੰ ਬਹੁਤ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਬਹੁਤ ਸਮਾਜ ਜਿਹੜਾ ਹੈਗਾ ਇਹਨਾਂ ਚੀਜ਼ਾਂ ਦੇ ਉੱਤੇ ਅਪਗ੍ਰੇਡ ਹੋ ਚੁੱਕਿਆ ਤੇ ਅੱਜ ਕਾਫੀ ਹੱਦ ਤੱਕ ਇਹ ਚੀਜ਼ਾਂ ਦੇ ਉੱਤੇ ਕੰਮ ਹੋ ਚੁੱਕਿਆ ਵੀ ਬੇਟੀਆਂ ਨੂੰ ਵੀ ਬੇਟੀਆਂ ਵਾਲਾ ਹੀ ਦਰਜਾ ਦਿੱਤਾ ਜਾ ਰਿਹਾ ਘਰਾਂ ਦੇ ਵਿੱਚ ਤੇ ਉਹਨਾਂ ਘਰਾਂ ਨੂੰ ਮੈਂ ਥੈਂਕ ਯੂ ਕਰੂੰਗਾ ਜਿੱਥੇ ਬੇਟੀ ਦਾ ਦਰਜਾ ਬੇਟੇ ਨਾਲੋਂ ਵੱਧ ਕੇ ਹੈਗਾ ਤੇ ਬਿਲਕੁਲ ਜਿਵੇਂ ਹੁਣੀ ਕਾਲਰ ਸਾਨੂੰ ਦੱਸ ਕੇ ਗਏ ਨੇ ਵੀ ਜਿਵੇਂ ਬੇਟੀਆਂ ਨੂੰ ਅਸੀਂ ਰੱਖਾਂਗੇ ਉਵੇਂ ਹੀ ਬੇਟੀਆਂ ਨੇ ਰਹਿਣਾ ਹੈਗਾ ਤੇ ਬਿਲਕੁਲ ਦੋਸਤੋ ਜ਼ਿੰਦਗੀ ਦੇ ਵਿੱਚ ਰਿਕਾਰਡਿੰਗ ਪੀਰੀਅਡ ਜਿਹੜੇ ਹੁੰਦੇ ਨੇ ਲਾਈਫ ਦੇ ਜਿਹੜੇ ਰਿਕਾਰਡਿੰਗ ਪੀਰੀਅਡ ਹੁੰਦੇ ਨੇ ਬੱਚਿਆਂ ਨੂੰ ਦੇਣੇ ਸੰਸਕਾਰ ਦੇਣੇ ਚਾਹੇ ਉਹ ਬੇਟਾ ਹੈ ਚਾਹੇ ਉਹ ਬੇਟੀ ਹੈਗੀ ਆ ਤੇ ਉਹ ਸੇਮ ਹੀ ਨੇ
ਤੇ ਉਹ ਤੁਹਾਡੇ ਉੱਤੇ ਡਿਪੈਂਡ ਕਰਦਾ ਹੈਗਾ ਤੁਸੀਂ ਆਪਣੇ ਬੱਚਿਆਂ ਨੂੰ ਕਿਸ ਤਰੀਕੇ ਦੇ ਸੰਸਕਾਰ ਦਿੰਦੇ ਹੋ। ਤੇ ਆਓ ਕੁਝ ਸੁਨੇਹੇ ਲੈਣੇ ਵੀ ਬਹੁਤ ਜ਼ਰੂਰੀ ਨੇ, ਆਓ ਸੁਣੀਏ। illness, disability, super visa, visitor insurance, ya fir bachiyan de layi education plan, RESP layi, yaad rakho Harjinder Sandhu, 416-668-7000, website harjindersandhu.ca. जी हाँ, मोटर कार का तो मालूम नहीं, लेकिन आपको आपके बंगले तक पहुंचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी, 647-702-2023, 647-702, बी तेई, लाइन ऑफ नंबर 103-94। renovation karwao te kitchen jo hai and fiber ka de look layi sampark kita ja sakda hai singh kitchen cabinet ja kar vich baat variety is counter top woodworking da kamli bad sali na kita janda hai singh kitchen cabinet number 647201556 9 locating ne number 18 automatic road rampant kitchen number 24 singh kitchen.com। ਤੁਸੀਂ ਘਰ ਬਾਈ ਕਰਨਾ ਹੈ, ਸੈਲ ਕਰਨਾ ਹੈ ਜਾਂ ਇਨਵੈਸਟਮੈਂਟ ਲਈ ਕੋਈ ਪ੍ਰਾਪਰਟੀ ਲੱਭ ਰਹੇ ਹੋ ਵਾਟਰਪਰੂਫ ਕਿਚਨ ਜਾਂ ਕੈਂਬਰੇਜ ਦੇ ਏਰੀਆ ਦੇ ਵਿੱਚ, ਤਾਂ ਗੌਰਵ ਨਰੂਲਾ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੇਵ ਮੈਕਸ ਸੁਪਰੀਮ ਰੀਅਲ ਅਸਟੇਟ ਇੰਕ ਬ੍ਰੋਕਰੇਜ ਦੇ ਨਾਲ ਕੰਮ ਕਰਦੇ ਆ। ਗੌਰਵ ਨਰੂਲਾ ਨੰਬਰ 647-703-0736-0730 ਤੇ ਗੌਰਵ ਨਰੂਲਾ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਬਿਲਕੁਲ ਦੋਸਤੋ, ਤੇ ਨੰਬਰ ਕੁਝ ਹੋਰ ਨੋਟ ਕਰਨੇ ਹੈਗੇ ਨੇ, ਤੇ ਨੰਬਰ ਤੁਹਾਨੂੰ ਨੋਟ ਕਰਾਈਏ ਗਗਨ ਨਰੂਲਾ ਸਾਹਿਬ ਦਾ। ਤੇ ਉਹ ਤੋਂ ਪਹਿਲਾਂ ਇੱਕ ਕੁਸ਼ਚਨ ਪੁੱਛਣਾ ਹੈਗਾ ਸਾਡੇ ਸਰੋਤਿਆਂ ਨੂੰ। ਇਹ ਕੁਸ਼ਚਨ ਦੋਸਤੋ ਤੁਹਾਨੂੰ ਜਿਹੜਾ ਵੀ ਸਾਡਾ ਵੀਰ ਸਹੀ ਜਵਾਬ ਦਊਗਾ ਉਹਨੂੰ ਤੇ ਗਿਫਟ ਹੈਂਪਰ ਦੇਵਾਂਗੇ। ਤੇ ਕੁਸ਼ਚਨ ਕੀ ਹੈ, ਕਹਿੰਦੇ ਜੀ ਅਜਿਹੀ ਕਿਹੜੀ ਚੀਜ਼ ਹੈ ਜਿਹਨੂੰ ਅਸੀਂ ਨਿਗਲੀਏ ਤਾਂ ਜ਼ਿੰਦਾ ਰਹਿ ਜਾਈਏ, ਤੇ ਜੇ ਉਹ ਸਾਨੂੰ ਨਿਗਲ ਜਾਵੇ ਤਾਂ ਅਸੀਂ ਮਰ ਜਾਈਏ। ਕਿਹੜੀ ਚੀਜ਼ ਹੈ ਜਿਹਨੂੰ ਅਸੀਂ ਖਾ ਲਈਏ ਤਾਂ ਜ਼ਿੰਦਾ ਰਹਿ ਜਾਈਏ, ਤੇ ਜੇ ਉਹ ਸਾਨੂੰ ਨਿਗਲ ਜਾਵੇ ਤਾਂ ਅਸੀਂ ਮਰ ਜਾਈਏ। ਕਾਲ ਕਰਕੇ ਦੱਸਣਾ 905-673-3337 ਤੇ ਸਾਂਝ ਰੇਡੀਓ ਟੋਰਾਂਟੋ ਪੂਰੀ ਬੱਲੇ ਬੱਲੇ, ਕਿਉਂਕਿ ਟਾਈਮ ਦਾ ਰਹਿ ਗਏ ਨੇ ਸਿਰਫ ਅੱਧਾ ਘੰਟਾ, ਤੇ ਆਓ ਕਰੀਏ ਬੱਲੇ ਬੱਲੇ। ਕਿਹੜੀ ਚੀਜ਼ ਹੈਗੀ ਹੈ ਜਿਹਨੂੰ ਅਸੀਂ ਨਿਗਲੀਏ ਤਾਂ ਜ਼ਿੰਦਾ ਰਹਿ ਜਾਈਏ, ਜੇ ਉਹ ਸਾਨੂੰ ਨਿਗਲ ਜਾਵੇ ਤਾਂ ਅਸੀਂ ਮਰ ਜਾਈਏ। ਤੇ ਆ ਜਾਓ ਕੁਸਚਨ 905-673-3337 ਤੇ ਆ ਕੇ ਜਵਾਬ ਦੇਣਾ, ਤੇ ਨੰਬਰ ਨੋਟ ਕਰੋ ਗਗਨ ਨਰੂਲਾ ਸਾਹਿਬ ਕੋਲ। ਬਾ ਕਮਾਲ, ਜਿਹਨੂੰ ਕਹਿੰਦੇ ਹੁੰਦੇ ਨੇ ਪ੍ਰੋਜੈਕਟ ਹੁਣੀ 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 ਭੇਜਿਆ ਹੈਗਾ ਗਗਨ ਨਰੂਲਾ ਸਾਹਿਬ ਨੇ। ਇਹਨਾਂ ਕੋਲੇ ਹੁਣੀ ਸੇਵ ਮੈਕਸ ਕੋਲੇ ਲਿਸਟ ਹੋਏ ਨੇ। ਕਹਿੰਦੇ ਜੀ ਗਰੰਟਿਡ ਹੈਗਾ 1900 ਦਾ ਰੈਂਟਲ, 2 ਬੈਡਰੂਮ 2 ਵਾਸ਼ਰੂਮ, ਸਿੰਗਲ ਕਾਰ ਗਰਾਜ, ਲਿਵਿੰਗ ਐਂਡ ਡਾਇਨਿੰਗ ਕੰਬਾਈਂਡ, ਲਾਂਡਰੀ, ਵਾਕਿੰਗ ਡਿਸਟੈਂਸ, ਯੂਨੀਵਰਸਿਟੀ ਆਫ ਵਾਟਰਲੂ। ਮੈਂ ਕਹਿੰਦਾ ਕਮਾਲ ਦੀ ਗੱਲ ਹੈ, 1900 ਦਾ ਰੈਂਟਲ ਦੀ ਗਰੰਟੀ ਦੇ ਰਹੇ ਨੇ। ਦੋਸਤੋ ਕਾਲ ਲਾ ਲਓ ਗਗਨ ਨਰੂਲਾ ਸਾਹਿਬ ਨੂੰ, 647-549-2409, 647-549-2409 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਲੈਣੇ ਅਗਲੀ ਕਾਲ। ਹਾਂਜੀ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਤੁਸੀਂ ਸੁਣਾਓ। ਸਹੀ ਗੱਲ ਹੈ, ਕੋਈ ਸ਼ੱਕ ਨੀ। ਕਿਆ ਬਾਤ ਬਾਜੀ, ਮੈਂ ਟਾਰਗੇਟ ਆਉਣਾ, ਮੈਂ ਯਾਰ ਦੇ ਵਿੱਚ ਆਉਣਾ, ਯਾਰ ਤੋਂ ਮੈਂ ਜਦੋਂ ਫੋਨ ਕਰਨਾ ਮੁੰਡੇ ਨੂੰ, ਮੈਂ ਇੱਥੇ ਗਿਆ ਉੱਥੇ ਗਿਆ, ਜੇ ਕੁੜੀ ਨੂੰ ਕਹਿੰਦਾ ਉਹਦੇ ਨੂੰ ਡੈਡਾ ਮੈਂ ਤੋਂ ਲੈ ਜਾਂਦੀ ਹਾਂ। ਕਿਆ ਬਾਤ ਹੈ, ਕਿਆ ਬਾਤ ਹੈ,
ਕਿਆ ਬਾਤ, ਥੈਂਕ ਯੂ ਥੈਂਕ ਯੂ, ਬਹੁਤ ਅੱਛੀ ਤੇ ਸੱਚੀ ਗੱਲ ਦੱਸੀ, ਥੈਂਕ ਯੂ ਸੋ ਮਚ ਭਾਜੀ। ਬਹੁਤ ਘੱਟ ਲੋਕ ਨੇ ਜੋ ਸੱਚ ਬੋਲਦੇ ਨੇ, ਤੇ ਥੈਂਕ ਯੂ ਸੋ ਮਚ ਭਾਜੀ। ਸਹੀ ਗੱਲ, ਕਿਆ ਬਾਤ ਹੈ, ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ ਥੈਂਕ ਯੂ। ਪਰਮਾਤਮਾ ਇਹੋ ਜਿਹੇ ਬੱਚਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ, ਜੋ ਹਮੇਸ਼ਾ ਮਾਪਿਆਂ ਦੀ ਕੇਅਰ ਕਰਦੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੀ ਹਾਲ ਚਾਲ ਹੈ? ਬਿਲਕੁਲ ਸਹੀ ਗੱਲ ਕਿ ਅੱਜ ਸੋਚਣ ਦੀ ਇਹ ਗੱਲ ਹੈ ਹਾਂਜੀ ਕਿ ਸਾਡੀ ਜਿਹੜੀ ਅੰਸ਼ ਅੱਗੇ ਵਧਣੀ ਹੈ ਉਹ ਪਹਿਲਾਂ ਕਹਿੰਦੇ ਪੁੱਤਾਂ ਨਾਲ ਵਧਦੀ ਹੈ, ਪਰ ਮੇਰੇ ਹਿਸਾਬ ਨਾਲ ਧੀਆਂ ਨਾਲ ਵਧਦੀ ਹੈ। ਸਹੀ ਗੱਲ, ਜਿੱਥੇ ਜਾਊਗੀ ਨਾ ਉੱਥੇ ਹੀ ਅੱਗੇ ਜੇ ਧੀਆਂ ਆ ਤਾਂ ਪੁੱਤ ਪੈਦਾ ਹੋਣਗੇ। ਸਹੀ ਗੱਲ, ਜੇ ਧੀਆਂ ਆ ਤੇ ਨਵਾਂ ਆ। ਸਹੀ ਗੱਲ, ਅਸਲ ਦੇ ਵਿੱਚ ਜੇ ਕਿਸੇ ਦੀ ਅੰਸ਼ ਅੱਗੇ ਵਧਦੀ ਹੈ ਨਾ, ਜਿਹੜਾ ਕਹਿੰਦਾ ਮੇਰਾ ਖਾਨਦਾਨ ਅੱਗੇ ਚੱਲਣਾ ਆ, ਉਹ ਧੀਆਂ ਦੇ ਨਾਲ ਚੱਲਦਾ ਆ, ਰਾਈਟ? ਸਹੀ ਗੱਲ, ਪਰਮਾਤਮਾ ਦਾ ਦਿੱਤਾ ਹੋਈ ਇਹ ਦੁਨੀਆਂ ਦੀ ਉਹ ਦਾਤ ਹੈ ਜਿਹੜੀ ਸਭ ਤੋਂ ਵੱਡੀ ਹੈ। ਕਈ ਵਾਰ ਜਦੋਂ ਕਿਤੇ ਵਿਆਹ ਸ਼ਾਦੀ ਤੇ ਜਾਈਦਾ, ਕਿਸੇ ਵੇਲੇ ਕੋਈ ਕਹਿ ਦੇ ਨਾ ਵੀ ਦੋ ਸ਼ਬਦ ਕਹਿ ਦਿਓ ਜੀ, ਤਾਂ ਉੱਥੇ ਇੱਕ ਗੱਲ ਕਹਿੰਦਾ ਹੁੰਦਾ, ਆਮ ਤੌਰ ਤੇ ਕਹਿੰਦੇ ਜੀ ਮੁੰਡੇ ਵਾਲੇ ਜਿਹੜੇ ਆ ਉਹ ਉਹਨਾਂ ਦਾ ਨਾਂ ਉੱਚਾ ਹੁੰਦਾ ਆ ਜਾਂ ਉਹ ਬਰਾਤੀ ਹੁੰਦੇ ਆ, ਉਹਨਾਂ ਦਾ ਹੱਥ ਉੱਚਾ ਹੁੰਦਾ। ਇੱਕੋ ਗੱਲ ਕਹਿੰਦਾ ਹੁੰਦਾ ਕਿ ਦੁਨੀਆਂ ਦੇ ਵਿੱਚ ਇੱਕ ਅਟਲ ਸੱਚਾਈ ਹੈ ਕਿ ਹਮੇਸ਼ਾ ਦੇਣ ਵਾਲੇ ਦਾ ਹੱਥ ਉੱਤਾ ਉੱਤੇ ਹੁੰਦਾ ਆ ਔਰ ਲੈਣ ਵਾਲੇ ਦਾ ਹੱਥ ਜਿਹੜਾ ਉਹ ਥੱਲੇ ਹੁੰਦਾ ਹੈ, ਰਾਈਟ? ਸੋ ਜੇ ਇਹ ਲੜਕੀ ਦੇ ਬਾਪ ਨੂੰ ਹੀ ਦੁਨੀਆਂ ਰੱਬ ਨੇ ਇਹ ਏਡੀ ਹਿੰਮਤ ਬਖਸ਼ੀ ਹੈ ਕਿ ਉਹ ਆਪਣੀ ਧੀ ਨੂੰ ਫੁੱਲਾਂ ਵਾਂਗੂ ਪਾਲ ਕੇ ਆਪਣੇ ਦਿਲ ਦੇ ਟੁਕੜੇ ਨੂੰ 24-25-30 ਸਾਲ ਤੱਕ ਜਾਂ 28 ਸਾਲ ਤੱਕ ਪਾਲ ਕੇ ਔਰ ਬਗਾਨੇ ਹੱਥ ਚ ਉਹਦਾ ਪੱਲਾ ਬਣਾ ਦੇਣਾ, ਇਸੇ ਹਿੰਮਤ ਇੱਕ ਬਾਪ ਨੇ ਦਿੱਤੀ ਹੋਈ ਹੈ। ਸਹੀ ਗੱਲ, ਉਸ ਵੇਲੇ ਉਹ ਦੁਨੀਆਂ ਦਾ ਸਭ ਤੋਂ ਅਮੀਰ ਇਨਸਾਨ ਹੁੰਦਾ ਜਿਹੜਾ ਆਪਣੀ ਦੌਲਤ, ਮਤਲਬ ਇਸ ਦੌਲਤ ਦੇ ਬਰਾਬਰ ਕੋਈ ਦੌਲਤ ਨਹੀਂ ਹੈਗੀ। ਸਹੀ ਗੱਲ, ਸਹੀ ਗੱਲ, ਲੋਕੀ ਕਹਿੰਦੇ ਨੇ ਪਰ ਉਹਨਾਂ ਦੀਆਂ ਕੰਧਾਂ ਤੇ ਵੀ ਲਿਖਿਆ ਹੁੰਦਾ ਹੈ ਕਿ ਧੀ ਪੜ੍ਹੇ ਪੁੱਤ ਪੜ੍ਹੇ ਤੇ ਬੜੇ ਇਨਸਾਨ, ਧੀ ਪੜ੍ਹੇ ਤੇ ਪੜ੍ਹੇ ਸੰਤਾਨ। ਸੋ ਜੇ ਧੀ ਪੜੂਗੀ ਤਾਂ ਫਿਰ ਅੱਗੇ ਉਹਦੇ ਬੱਚੇ ਵੀ ਪੜ੍ਹਨਗੇ। ਕਿਆ ਬਾਤ ਕਰਕੇ, ਧੀਆਂ ਨੂੰ ਮਾਣ ਦੇਣਾ ਬਹੁਤ ਚੰਗੀ ਗੱਲ ਹੈ ਔਰ ਇਹ ਬਹੁਤ ਪਿਆਰੀਆਂ ਆ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਦੁਨੀਆਂ ਦੇ ਉੱਤੇ ਕੁਝ ਪਰਸੈਂਟ ਜਿਹੜੀਆਂ ਘਟਨਾਵਾਂ ਘਟੀਆਂ ਨੇ ਉਹਨਾਂ ਦੇ ਵਿੱਚ ਹੋ ਸਕਦਾ ਉਸ ਵੇਲੇ ਦੇ ਸਮਾਜ ਤੱਕ, ਹੋ ਸਕਦਾ ਉਸ ਵੇਲੇ ਦੇ ਕੁਛ ਲੋਕਾਂ ਦੇ ਇਹੋ ਜਿਹਾ ਆਲਾ ਦੁਆਲਾ ਹੋਵੇ ਜਿਹਦਾ ਕਰਕੇ ਕੋਈ ਗਲਤ ਸਟੈਪ ਲੈ ਗਿਆ ਹੁਣ ਬੱਚੀਆਂ ਕੋਲੋਂ। ਬਾਕੀ ਜਿੰਨਾ ਕਦਰ ਮਾਪਿਆਂ ਦੀ ਧੀ ਕਰਦੀ ਆ ਨਾ, ਹੋ ਸਕਦਾ ਉਹਨਾਂ ਕਦਰ ਜਿਹੜੇ ਆ ਉਹ ਜਿਹੜੇ ਬੱਚੇ ਆ ਉਹ ਵੀ ਨਾ ਕਰਦੇ ਹੋਣ। ਕੋਈ ਸ਼ੱਕ ਨੀ, ਕੋਈ ਸ਼ੱਕ ਨੀ ਭਾਜੀ, ਠੀਕ ਹੈ। ਔਰ ਇੱਕ ਬੜੀ ਵਧੀਆ ਆਮ ਤੌਰ ਤੇ ਸਾਡੇ ਗੱਲ ਕਹੀ ਜਾਂਦੀ ਹੈ ਕਿ ਪੁੱਤ ਵੱਡੇ ਹੋ ਕੇ ਤੁਹਾਡੀਆਂ ਜ਼ਮੀਨਾਂ ਵਡਾਉਣਗੇ, ਧੀਆਂ ਤੁਹਾਡੇ ਦੁੱਖ ਵਡਾਉਣਗੀਆਂ, ਕੋਈ ਸ਼ੱਕ ਨੀ, ਕੋਈ ਦੋ ਰਾਏ ਨੀ। ਤੁਸੀਂ ਕੈਨੇਡਾ ਦੀ ਧਰਤੀ ਤੇ ਨਿਗਾਹ ਮਾਰ ਕੇ ਦੇਖ ਲਓ। ਮੈਂ ਕਈ ਵਾਰ ਜਿੱਦਣ ਵੀਕਐਂਡ ਹੁੰਦਾ ਹੈ ਨਾ ਤਾਂ ਕਿਤੇ ਗੁਰਦੁਆਰਾ ਸਾਹਿਬ ਜਾਈਏ ਜਾਂ ਕਿਤੇ ਹੋਰ ਜਾਈਏ, ਬਹੁਤ ਸਾਰੀਆਂ ਧੀਆਂ ਗੱਡੀ ਚਲਾ ਕੇ ਆਪਣੇ ਨਾਲ ਆਪਣੇ ਬਾਪ ਨੂੰ ਜਾਂ ਹੋ ਸਕਦਾ ਸਹੁਰਾ ਵੀ ਹੋਵੇ ਉਹਨਾਂ ਦਾ, ਉਹਨਾਂ ਨੂੰ ਨਾਲ ਬਿਠਾ ਕੇ ਜਦੋਂ ਲੈ ਕੇ ਜਾਂਦੀਆਂ ਨਾ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਉਸ ਵੇਲੇ। ਮੈਂ ਕਿਹਾ ਦੇਖੋ ਇਹ ਕਿੱਥੇ ਦੇ ਕਿੱਥੇ, ਮਤਲਬ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਲੋਕ ਆਪ ਆਣ ਕੇ ਕਹਿੰਦੇ ਆ ਕਿ ਸਾਡੀ ਕੁੜ ਨੂੰ ਸਾਡੀ ਧੀ ਨੇ ਤਾਰ ਦਿੱਤਾ, ਕੋਈ ਸ਼ੱਕ ਨੀ, ਠੀਕ ਹੈ ਨਾ? ਕਿਆ ਬਾਤ, ਕਿਆ ਬਾਤ ਹੈ, ਮਤਲਬ ਬੇਟੀ ਦੀ ਕਮੀ ਪੂਰੀ ਹੋ ਗਈ। ਮੈਂ ਕਹਿੰਦਾ ਉਹਦੇ ਦਾਦਾ ਜੀ ਨੇ ਨਾ ਇੱਕ ਵਾਰ ਬੜੀ ਵੱਡੀ ਗੱਲ ਕਹੀ, ਜਿੱਦਣ ਰਿਸੈਪਸ਼ਨ ਪਾਰਟੀ ਸੀ ਉਹ ਕਹਿੰਦੇ ਢਿੱਲੋਂ ਸਾਹਿਬ ਕਹਿੰਦੇ ਨੇ ਮੇਰੀ ਕੋਈ ਬੇਟੀ ਨੀ ਸੀ, ਕਹਿੰਦੇ ਸਾਡੇ ਘਰ ਜਦੋਂ ਬੇਟੀ ਜਾਂਦੀ ਨਾ ਅਸੀਂ ਉਹਦਾ ਨਾਂ ਅਮਰ ਪ੍ਰੀਤ ਰੱਖਿਆ ਸੀ, ਕਹਿੰਦੇ ਅਮਰ ਸਾਡੀ ਰਹਿ ਗਈ, ਪ੍ਰੀਤ ਢਿੱਲੋਂ ਸਾਹਿਬ ਤੁਹਾਡੀ ਹੋ। ਇਸ ਕਰਕੇ ਨਾ ਜਦੋਂ ਉਹਨਾਂ ਨੇ ਇਹ ਗੱਲ ਕਹੀ ਮੇਰੀ ਅੱਖਾਂ ਸਾਂਝੂ ਆ ਗਏ, ਔਰ ਵਾਕਈ ਧੀਆਂ ਜਿਹੜੀਆਂ ਨਾ ਇਹਨਾਂ ਨੂੰ ਸਿਰਫ ਪ੍ਰੋਬਲਮ ਹੈ ਕਿ ਇਹਨਾਂ ਦੇ ਆਲੇ ਦੁਆਲੇ ਇਨਵਾਇਰਮੈਂਟ ਇਸ ਤਰ੍ਹਾਂ ਦਾ ਬਣਾਓ, ਤੁਹਾਨੂੰ ਕਦੀ ਉਹ ਸਾਡੇ ਨਾਲ ਏਦਾਂ ਦਾ ਮੌਕਾ ਨਹੀਂ ਦੇਣਗੀਆਂ। ਕਿਆ ਬਾਤ ਹੈ, ਕਿਆ ਬਾਤ ਹੈ, ਸੱਚੀ ਸੁੱਚੀ ਸੋਚ, ਬਹੁਤ ਪਿਆਰੀ ਸੋਚ।
ਅਨੰਦ ਸਾਹਿਬ ਦਾ ਇੱਕ ਗੀਤ ਹੈ, ਮੈਂ ਚਾਦਰ ਕੱਢਦੀ ਨਹੀਂ ਮੈਂ ਉੱਤੇ ਤੋਪੇ ਪਾਵਾਂ, ਹੈ ਨਾ? ਕੀ ਬਾਤ ਹੈ, ਤੁਸੀਂ ਫਿਰ ਵੀ ਇੱਕ ਗੱਲ ਦੇਖ ਕੇ ਦੇਖੋ ਕਿ ਧੀਆਂ ਨੇ ਮਾਪਿਆਂ ਦਾ ਬਹੁਤ ਮਾਣ ਉੱਚਾ ਕੀਤਾ, ਇਹਦੇ ਚ ਕੋਈ ਦੋ ਰਾਏ ਨਹੀਂ। ਕੋਈ ਸ਼ੱਕ ਨੀ ਭਾਜੀ, ਕੋਈ ਸ਼ੱਕ ਨੀ, ਕੋਈ ਸ਼ੱਕ ਨੀ ਭਾਜੀ, ਕੀ ਬਾਤ ਹੈ, ਕੀ ਬਾਤ ਹੈ। ਥੈਂਕ ਯੂ ਸੋ ਮਚ ਹਮੇਸ਼ਾ ਦੀ ਤਰ੍ਹਾਂ। ਮੈਂ ਕੁਐਸਚਨ ਮੇਰਾ, ਮੈਨੂੰ ਲੱਗਾ ਸਾਡੇ ਸਰੋਤੇ, ਮੈਂ ਕਿਹਾ ਕਿਉਂਕਿ ਕਾਫੀ ਟਾਈਮ ਤੋਂ ਆਪਾਂ ਇਹ ਚੀਜ਼ ਕਰ ਰਹੇ ਸੀਗੇ, ਪੂਰਾ ਅੱਜ ਡੋਟਰਸ ਡੇ ਮਨਾਇਆ ਜਾ ਰਿਹਾ ਹੈਗਾ, ਤੇ ਮੈਨੂੰ ਤੁਹਾਡੀ ਕਾਲ ਦੀ ਬਹੁਤ ਵੇਟ ਸੀਗੀ, ਤੇ ਮੈਨੂੰ ਸੀਗਾ ਵੀ ਤੁਸੀਂ ਵੀ ਆਪਦੇ ਵਿਊਜ਼ ਦੇ ਕੇ ਜਾਓ, ਤੇ ਥੈਂਕ ਯੂ ਸੋ ਮਚ, ਹਮੇਸ਼ਾ ਦੀ ਤਰ੍ਹਾਂ ਤੁਸੀਂ ਸਾਡੇ ਨਾਲ ਜੁੜਦੇ ਹੋ ਤੇ ਬੜੇ ਚੰਗੇ ਵਿਚਾਰ। ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਪਤਾ ਨਹੀਂ ਕਿਹਦੇ ਕੰਨ ਦੇ ਵਿੱਚ ਪੈ ਜਾਣ ਤੇ ਕੌਣ ਬੰਦੇ ਤੋਂ ਬੰਦਾ ਬਣ ਜੇ, ਮੈਂ ਹਮੇਸ਼ਾ ਇਸ ਚੀਜ਼ ਨੂੰ ਮੰਨਦਾ, ਤੇ ਥੈਂਕ ਯੂ ਸੋ ਮਚ, ਹਮੇਸ਼ਾ ਸਾਨੂੰ ਪਿਆਰ ਕਰਦੇ ਹੋ, ਸਾਡੇ ਨਾਲ ਜੁੜੇ ਹੋਏ। ਥੈਂਕ ਯੂ, ਆਪਣਾ ਧਿਆਨ ਰੱਖਣਾ, ਤੁਸੀਂ ਵੀ ਜੀ। ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ। ਬਿਲਕੁਲ, ਜਿੰਨੀਆਂ ਗੱਲਾਂ ਕੀਤੀਆਂ ਜਾਣ ਓਨੀਆਂ ਥੋੜੀਆਂ, ਤੇ ਬੜਾ ਮੈਂ ਕਹਿਣਾ ਹੁੰਦਾ ਜਿਵੇਂ ਢਿੱਲੋਂ ਸਾਹਿਬ ਦੱਸ ਕੇ ਗਏ ਨੇ ਵੀ ਉਹਨਾਂ ਦੇ ਘਰੇ ਬੇਟੀ ਆਈ ਹੈ, ਦੋਸਤੋ ਕਰਮਾਂ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ। ਤੇ ਇੱਕ ਚੀਜ਼ ਹੋਰ ਬੜੀ ਵਧੀਆ ਜੇ ਤੁਸੀਂ ਧਿਆਨ ਨਾਲ ਸੁਣਿਆ ਹੋਵੇ ਵੀ ਕੋਲੇ ਦਾ ਨੇੜੇ ਤੇੜੇ ਦਾ ਜਿਹੜਾ ਇਨਵਾਇਰਮੈਂਟ ਹੁੰਦਾ ਉਹ ਜਿਹਾ ਜਿਹਾ ਅਸੀਂ ਰੱਖਦਾਂਗੇ ਨਾ, ਮੈਂ ਕਹਿੰਦਾ ਉਹ ਚੀਜ਼ਾਂ ਦੇ ਨਾਲ ਬੜਾ ਫਰਕ ਪੈਂਦਾ ਹੈਗਾ, ਬੜਾ ਫਰਕ ਪੈਂਦਾ ਹੈਗਾ। ਥੋੜੀਆਂ ਮੋਟੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ, ਪਰ ਮੈਂ ਕਹਿੰਦਾ ਵੀ ਜੇ ਇੱਕ ਪਾਸੇ ਇੱਕ ਮੁੰਡਾ ਇੱਕ ਪਾਸੇ ਇੱਕ ਕੁੜੀ ਹੈ ਤੇ ਮੁੰਡੇ ਨੂੰ ਜੇ ਇੰਨੇ ਕਿਰਦਾਰ ਨਿਭਾਉਣੇ ਪੈ ਜਾਣ ਜ਼ਿੰਦਗੀ ਦੇ ਵਿੱਚ, ਜੋ ਕੰਮ ਤਾਂ ਤਿੰਨ ਚਾਰ ਕਰਨੇ ਔਖੇ ਹੋ ਜਾਂਦੇ ਨੇ, ਜਦੋਂ ਤਿੰਨ ਚਾਰ ਜੋਬਾਂ ਚੇਂਜ ਕਰਨੀਆਂ ਪੈ ਜਾਂਦੀਆਂ ਨੇ, ਕੰਮ ਤਾਂ ਉਦੋਂ ਕਰਨੇ ਔਖੇ ਜਦੋਂ ਕਿਰਦਾਰ ਹੀ ਚੇਂਜ ਕਰਨੇ ਪੈ ਜਾਣ। ਕਿਰਦਾਰਾਂ ਦੇ ਵਿੱਚ ਜਾ ਕੇ ਸਾਰਿਆਂ ਬੰਦਿਆਂ ਦੇ ਨਾਲ ਕਿਵੇਂ ਕਿਹੜਾ ਬੰਦਾ ਕਿਵੇਂ ਦਾ ਮਿਲਣਾ, ਕਿਹੜਾ ਕਿਵੇਂ ਦਾ ਮਿਲਣਾ, ਐਡਜਸਟ ਕਰਨਾ, ਮੈਂ ਕਹਿੰਦਾ ਇਹ ਤੋਂ ਵੱਡੇ ਰੋਲ ਕੀ ਹੋਣਗੇ ਜ਼ਿੰਦਗੀ ਦੇ ਵਿੱਚ। ਇਸ ਕਰਕੇ ਦੋਸਤੋ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਭਾਈ ਭੈਣਾਂ ਨੂੰ ਰਿਸਪੈਕਟ ਦੇਣ ਦੀ, ਬੱਚੀਆਂ ਨੂੰ, ਤੇ ਬਾਹਰ ਅੰਦਰ ਕੋਈ ਮਾੜੀ ਚੀਜ਼ ਹੁੰਦੀ ਦੇਖਦੇ ਹੋ ਪਲੀਜ਼ ਆਵਾਜ਼ ਚੱਕਿਆ ਕਰੋ ਦੋਸਤੋ, ਆਵਾਜ਼ ਚੱਕਿਆ ਕਰੋ। ਕੁਛ ਜਿਹੜੇ ਲੋਕਾਂ ਦੇ ਵਿੱਚ ਦਿਮਾਗ ਨਹੀਂ ਹੈਗਾ, ਉਹ ਜਦੋਂ ਕੋਈ ਗਲਤ ਹਰਕਤ ਕਰ ਜਾਂਦੇ ਨੇ ਰੋਡਾਂ ਦੇ ਉੱਤੇ, ਸੜਕਾਂ ਦੇ ਉੱਤੇ, ਜੋ ਵੀ ਮਾੜੀਆਂ ਘਟਨਾਵਾਂ ਹੁੰਦੀਆਂ ਨੇ, ਤਾਂ ਪਲੀਜ਼ ਜੇ ਤੁਸੀਂ ਉੱਥੇ ਕੋਈ ਇਰਦ ਗਿਰਦ ਦੇਖਦੇ ਹੋ ਕੋਈ ਮਾੜੀ ਘਟਨਾ ਹੁੰਦੀ ਹੋਈ, ਕੋਈ ਗੱਲਬਾਤ ਹੁੰਦੀ ਹੋਈ, ਚਾਹੇ ਛੋਟੀ ਜਿਹੀ ਕਿਉਂ ਨਾ ਹੋਵੇ, ਉੱਥੇ ਵੀ ਚੁੱਪ ਰਹਿਣਾ ਇੱਕ ਗਲਤ ਚੀਜ਼ ਨੂੰ ਜਨਮ ਦੇਣਾ ਹੈਗਾ, ਪਲੀਜ਼ ਬੜਾ ਧਿਆਨ ਰੱਖਿਆ ਕਰੋ। ਹਾਂਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਜੀ, ਕੀ ਹਾਲ ਚਾਲ? ਕਿਹੜਾ ਗਾਣਾ ਜੀ? ਅੱਛਾ ਜੀ, ਬਿਲਕੁਲ ਬਿਲਕੁਲ ਭਾਜੀ, ਹੁਣੀ ਕਰਦੇ ਹਾਂ ਟਰਾਈ। ਅੱਛਾ, ਉਹਨਾਂ ਲਈ ਲਾਉਣਾ ਹੈ ਸੁਪਨੇ ਗਾਣਾ, ਤੁਸੀਂ ਦੱਸ ਰਹੇ ਹੋ ਢਿੱਲੋਂ ਕਿੰਨਾ ਦਾ ਗਾਣਾ ਹੈਗਾ? ਲਓ ਜੀ, ਲਓ ਜ਼ਰੂਰ, ਥੈਂਕ ਯੂ ਭਾਜੀ। ਇਹ ਦੇਖੋ, ਇਹ ਖਾਸੀਅਤ ਹੈਗੀ ਸਾਂਝ ਰੇਡੀਓ ਟੋਰਾਂਟੋ ਦੀ, ਜਿੱਥੇ ਸਾਡੇ ਨਾਲ ਤਾਂ ਸਾਡੇ ਦੋਸਤਾਂ ਦਾ, ਸਾਡੇ ਪਿਆਰਿਆਂ ਦਾ, ਸਰੋਤਿਆਂ ਦਾ ਪਿਆਰ ਹੈਗਾ, ਤੇ ਕਾਲਰ ਦੇ ਨਾਲ ਕਾਲਰ ਕਨੈਕਟ ਹੋ ਰਿਹਾ, ਸਲਿਊਟ। ਇਹੀ ਖਾਸੀਅਤ ਸਾਂਝ ਰੇਡੀਓ ਟੋਰਾਂਟੋ ਦੇ ਨਾਲ ਜੁੜੋ ਜਿੰਨਾ ਹੋ ਸਕੇ, ਵੱਧ ਤੋਂ ਵੱਧ ਪਰਿਵਾਰ ਦੇ ਨਾਲ ਬਹਿ ਕੇ ਸ਼ੋਅ ਸੁਣਿਆ ਕਰੋ, ਕਿਉਂਕਿ ਅੱਜ ਤੋਂ ਫੇਸਬੁੱਕ ਲਾਈਵ ਆਉਣ ਲੱਗ ਚੁੱਕੇ ਹੈਗੇ ਆ। ਗਾਣਾ ਕੱਢ ਰਹੇ ਹੈਗੇ ਆ, ਬਿਲਕੁਲ ਸੁਪਨੇ ਵਿੱਚ ਗੁਰਨਾਮ ਭੁੱਲਰ ਸਾਹਿਬ ਦਾ ਗਾਣਾ ਲਿਆਓ, ਆਹੀ ਸੁਣੀਏ, ਕਿਤੇ ਬਾਈ ਜੀ ਨਾਰਾਜ਼ ਨਾ ਹੋ ਜਾਣ। ਪਹਿਲਾਂ ਹੁੰਦਾ ਗਾਣਾ
ਬਿਲਕੁਲ ਬਿਲਕੁਲ ਸੁਣ ਰਹੇ ਹੋ ਸਾਂਝ ਰੇਡੀਓ ਟੋਰਾਂਟੋ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਤੇ ਅੱਜ ਜਿਹੜਾ ਮਨਾ ਰਹੇ ਹੈਗੇ ਆ ਡਾਟਰਸ ਡੇ ਦੇ ਉੱਤੇ ਬੜਾ ਵਧੀਆ ਇੱਕ ਗਾਣਾ ਦੱਸ ਕੇ ਗਏ ਸੀਗੇ ਬਾਈ ਜੀ ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ ਤੇ ਗਾਣਾ ਤੁਹਾਨੂੰ ਪੂਰਾ ਸੁਣਾਵਾਂਗੇ ਦੋਸਤੋ ਤੇ ਕੁੱਝ ਸੁਨੇਹੇ ਤੁਹਾਨੂੰ ਦੇ ਦਈਏ ਨਿਆਗਰਾ ਫਾਲ ਦੇ ਵਿੱਚ ਨਿਆਗਰਾ ਫਾਲ ਦੇ ਵਿੱਚ ਪ੍ਰੋਪਰਟੀ ਦੇਖਣੀ ਹੈਗੀ ਹੈ ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੈਗੇ ਹੋ ਪ੍ਰਵੀਨ ਛਾਬੜਾ ਸਾਹਿਬ ਦਾ ਨੰਬਰ ਨੋਟ ਕਰੋ 289-931-1111 2999311 ਤੇ ਪ੍ਰਵੀਨ ਛਾਬੜਾ ਸਾਹਿਬ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਦੂਜਾ ਨੰਬਰ ਨੋਟ ਕਰੋ ਦੋਸਤੋ ਹਮੇਸ਼ਾ ਟੈਨਸ਼ਨ ਰਹਿੰਦੀ ਹੈਗੀ ਹੈ ਵੀ ਜਿਹੜਾ ਹੋਮ ਤੇ ਆਟੋ ਇੰਸ਼ੋਰੈਂਸ ਇਹਦੇ ਤੇ ਕੰਮ ਕਿਵੇਂ ਕੀਤਾ ਜਾਵੇ ਤੇ ਇਹਦੇ ਲਈ ਤੁਹਾਡੇ ਨਾਲ ਗੱਲਬਾਤ ਕਰਨੀ ਹੈਗੀ ਹੈ ਤੁਸੀਂ ਨੇ ਹਰਪ੍ਰੀਤ ਸਿੰਘ ਸਾਹਿਬ ਨਾਲ ਬੜਾ ਵਧੀਆ ਕਸਟਮਾਈਜ਼ ਪਲਾਨ ਬਣਾ ਕੇ ਤੁਹਾਨੂੰ ਦੇਣਗੇ 6477-621-7890 647-621-7890 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਨੰਬਰ ਨੋਟ ਕਰੋ ਗਗਨ ਨਰੂਲਾ ਸਾਹਿਬ ਦਾ ਦੁਬਾਰਾ ਕਿਉਂਕਿ ਇਹਨਾਂ ਕੋਲ ਹੁਣੀ ਇਹਨਾਂ ਨੇ ਮੈਨੂੰ ਇੱਕ ਪ੍ਰੋਪਰਟੀ ਭੇਜੀ ਹੈ ਜਿਹਦੀ ਗਰੰਟਡ ਜਿਹਨੂੰ ਕਹਿੰਦੇ ਹੁੰਦੇ ਨੇ ਰੈਂਟਲ ਹੈਗਾ 1900 ਦੋ ਬੈਡਰੂਮ ਦੋ ਵਾਸ਼ਰੂਮ ਸਿੰਗਲ ਕਾਰ ਗਰਾਜ ਲਿਵਿੰਗ ਡਾਇਨਿੰਗ ਕੰਬਾਈਨਡ ਕਾਲ ਕਰ ਲਓ ਬਾਈ ਜੀ ਵਾਟਰਲੂ ਦੇ ਵਿੱਚ ਇਹ ਪ੍ਰੋਪਰਟੀ ਹੈਗੀ ਹੈ 6475492409 647-549-2409 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਇਨਸ਼ੋਰੈਂਸ ਦੇ ਬਾਬਤ ਹਰਜਿੰਦਰ ਸੰਧੂ ਸਾਹਿਬ ਦਾ ਨੰਬਰ ਨੋਟ ਕਰੋ ਲਾਈਫ ਇਨਸ਼ੋਰੈਂਸ ਕ੍ਰਿਟੀਕਲ ਇਲਨੈਸ ਇਨਸ਼ੋਰੈਂਸ ਕੋਈ ਵੀ ਸੁਪਰ ਵੀਜ਼ਾ ਟਰੈਵਲ ਇਨਸ਼ੋਰੈਂਸ ਕੋਈ ਵੀ ਗੱਲਬਾਤ ਕਰਨੀ ਹੈਗੀ ਆ ਤੇ ਕਿਹਨੂੰ ਕਾਲ ਕਰਨੀ ਹੈ ਹਰਜਿੰਦਰ ਸੰਧੂ ਸਾਹਿਬ ਨੂੰ 416-668-7000 416-668-7000 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਰਣਦੀਪ ਕੌਰ ਚੌਹਾਨ ਜੀ ਕੋਲੇ ਬਾ ਕਮਾਲ ਦੋਸਤੋ ਪ੍ਰੋਜੈਕਟ ਆਏ ਨੇ ਇਹਨਾਂ ਨੂੰ ਵੀ ਕਾਲ ਕੀਤੀ ਜਾ ਸਕਦੀ ਹੈ ਜੇ ਤੁਸੀਂ ਨਵੇਂ ਪ੍ਰੋਜੈਕਟਾਂ ਦੀ ਭਾਲ ਦੇ ਵਿੱਚੋਂ 6472423944 647-242-3944 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਨੀ ਮੈਂ ਪੀੜਾ ਡਾਵਾਂ ਕਿਆ ਬਾਤ ਹੈ ਯਾਂ ਦੀ ਚੀ ਚੀਹਨੀ ਤੋਤਿਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਕਿਆ ਬਾਤ ਹੈ ਨਾਲੇ ਸ਼ਰਮਾਵਾਂ ਗਾਣਾ ਪੂਰਾ ਸੁਣਾਵਾਂਗੇ ਕਾਲ ਲੈਂਦੇ ਹਾਂਜੀ ਕੁਲਦੀਪ ਜੀ ਜੁੜ ਚੁੱਕੇ ਨੇ ਕਾਲ ਡਿਸਕਨੈਕਟ ਹੋ ਚੁੱਕੀ ਹੈ ਕੜਦੀ ਨੀ ਉੱਤੇ ਪਾਵਾਂ ਤੋਤੇ ਪਾਵਾਂ ਮੈਂ ਚਾਦਰ ਕੜਦੀ ਨੀ ਉੱਤੇ ਤੋਤੇ ਪਾਵਾਂ ਜੂਨ ਸਨ ਜਵਾਨੀ ਨੀ ਮਾਵਾਂ ਠੰਡੀਆਂ ਛਾਵਾਂ ਰਾਂ ਵਿੱਚ ਡੁੱਬਿਆ ਹਨੀ ਮੇਰਾ ਬਾਬਲ ਭੋਲਾ ਉੱਤੇ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਕਿਆ ਬਾਤ ਹੈ ਉਹਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਮੈਂ ਚਾਦਰ ਕੜਦੀ ਨੀ ਤੇ ਪਾਵਾਂ ਵੇਲਾਂ
ਪਾਵਾਂ ਵੇਲਾ ਪਾਵਾਂ ਵੇਲਾ ਕਿਆ ਬਾਤ ਹੈ ਮੈਂ ਚਾਦਰ ਕੱਢਦੀ ਨੀ ਉੱਤੇ ਪਾਵਾਂ ਵੇਲਾ ਸੰਡ ਦੇ ਟੇਸ਼ਨ ਤੇ ਨਾ ਰੁਕਦੀਆਂ ਰੇਲਾਂ ਕਿਆ ਬਾਤ ਹੈ ਧਰਮੀ ਬਾਬਲ ਨੀ ਦੇਸਾਂ ਦਾ ਰਾਜਾ ਮੈਂ ਆਖ ਕੇ ਬਾਪੂ ਨੂੰ ਰੇਲਾਂ ਰੁਕਵਾਵਾਂ ਮੈਂ ਆਖ ਕੇ ਬਾਪੂ ਨੂੰ ਰੇਲਾਂ ਰੁਕਵਾਵਾਂ ਮੈਂ ਚਾਦਰ ਕੱਢਦੀ ਨੀ ਤੇ ਪਾਵਾਂ ਚਿੜੀਆਂ ਪਾਵਾਂ ਚਿੜੀਆਂ ਪਾਵਾਂ ਚਿੜੀਆਂ ਪਾਵਾਂ ਚਿੜੀਆਂ ਮੈਂ ਚਾਦਰ ਕੱਢਦੀ ਨੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਗੀਤਕਾਰ ਪ੍ਰੀਤ ਮਹਿੰਦਰ ਤਵਾੜੀ ਜੀ ਵੱਲੋਂ ਲਿਖਿਆ ਹੋਇਆ ਤੇ ਗਾਇਆ ਹੋਇਆ ਸਾਡੇ ਫੇਵਰੇਟ ਕੁਲਦੀਪ ਮਾਣਕ ਸਾਹਿਬ ਅਗਲੀ ਕਾਲ ਲੈਂਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਡਾਕਟਰ ਸਾਹਿਬ ਕੀ ਹਾਲ ਚਾਲ ਬਹੁਤ ਵਧੀਆ ਬਹੁਤ ਵਧੀਆ ਤੇ ਕਿਹੜਾ ਅੱਜ ਨੁਸਖਾ ਲੈ ਕੇ ਆਏ ਹੋ ਹਾਂਜੀ ਲੋਕ ਲਾਪਰਵਾਹੀ ਕਰਦੇ ਆ ਜਿਹੜੀ ਸਰਦੀ ਸ਼ੁਰੂ ਹੋਈ ਹੈ ਤੇ ਬਾਰੀ ਵੇਲੇ ਕਾਫੀ ਜ਼ਿਆਦਾ ਨੁਕਸਾਨ ਕਰਦੀ ਹੈ ਓਕੇ ਜੋਗਾ ਦੇ ਦਰਦਾਂ ਵਾਸਤੇ ਮੈਂ ਇੱਕ ਥੋੜਾ ਜਿਹਾ ਨੁਕਸਾਨ ਦੱਸਣ ਪਲੀਜ਼ ਆਮ ਘਰਾਂ ਦੇ ਵਿੱਚ ਹੀ ਬਣ ਜਾਏਗਾ ਆਪਣਾ ਖਜੂਰਾਂ ਲੈਣੀਆਂ ਨੇ ਬਹੁਤ ਅੱਛੀ ਕਿਸਮ ਦੀਆਂ ਖਜੂਰਾਂ ਹਾਂਜੀ ਬਦਾਮ ਤੇ ਇਹਨਾਂ ਦੇ ਵਿੱਚ ਪਾਣੀ ਆਪਣਾ ਸੁੰਡ ਪਾਣੀ ਹੈ ਮਗਾ ਪਾਣੀਆਂ ਨੇ ਤੇ ਕਾਲੀ ਮਿਰਚ ਪਾਣੀ ਹੈ ਔਰ ਇਹਦੇ ਵਿੱਚ ਨਾਲ ਤੇ ਆਪਣਾ ਏਲੂਆ ਮਿਲ ਜਾਂਦਾ ਆ ਉਹ ਪਾਉਣਾ ਆ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਇਹਨਾਂ ਵਿੱਚ ਜੇ ਵੈਸੇ ਜੇ ਕਰ ਸਕਦੇ ਆ ਤਾਂ ਸਲਾਹ ਦੀ ਵੀ ਪਾਈ ਜਾ ਸਕਦੀ ਆ ਇਹ ਪਾ ਕੇ ਗੋਲੀਆਂ ਚ 3 ਗ੍ਰਾਮ ਦੀ ਗੋਲੀ ਬਣਾਓ ਸੁਬਹ ਸ਼ਾਮ ਲਾਓ ਪਾਣੀ ਗਰਮ ਨਾਲ ਤਾਂ ਜੋਗਾ ਦੇ ਦਰਦਾਂ ਤੋਂ ਕਾਫੀ ਜ਼ਿਆਦਾ ਫਾਇਦੇਮੰਦ ਰਹੇਗੀ ਜਿਹਨਾਂ ਲੋਕਾਂ ਨੂੰ ਕੁਛ ਪ੍ਰੋਬਲਮ ਹੈ ਬੂਟਿਆਂ ਦੇ ਵਿੱਚ ਗਰੀਸ ਵਗੈਰਾ ਉਹ ਵੀ ਸਾਰਾ
ਠੀਕ ਹੋਏਗਾ ਇਹਦੇ ਨਾਲ ਤੇ ਕੀ ਬਾਤ ਹੈ ਮੋਕਸ਼ਾ ਰਹੇਗਾ ਜੀ ਥੈਂਕ ਯੂ ਹੋਰ ਸਦਨ ਦੋਸਤ ਨੂੰ ਲੋੜ ਹੋਵੇ ਬੜਾ ਵਧੀਆ ਜਿਹਨੂੰ ਮੈਂ ਕਹੂੰਗਾ ਬਹੁਤ ਵਧੀਆ ਤੇ ਸਾਡੇ ਕਾਲਰਸ ਨੇ ਵੀ ਪੂਰਾ ਬਹੁਤ ਵਧੀਆ ਤਰੀਕੇ ਦੇ ਨਾਲ ਅੱਜ ਜਿਹੜਾ ਡੌਟਰਸ ਡੇ ਨੂੰ ਮਨਾਇਆ ਹੈਗਾ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਸਰੋਤਿਆਂ ਦਾ ਤੇ 3 ਘੰਟੇ ਕਿੱਧਰ ਚਲੇ ਗਏ ਕੁਝ ਪਤਾ ਨਹੀਂ ਚੱਲਿਆ ਅੱਜ ਬੜੇ ਵਧੀਆ ਇੱਕ ਦੋ ਬੱਚਿਆਂ ਨਾਲ ਵੀ ਮਿਲੇ ਟੀਆ ਤੇ ਐਨਾ ਤੇ ਜਿਨ੍ਹਾਂ ਤੱਕ ਗਾਣਾ ਮੈਂ ਦੁਬਾਰਾ ਦੱਸਦਾ ਦੋਸਤੋ ਗੂਗਲ ਦੇ ਉੱਤੇ ਲਿਖਣਾ ਹੈਗਾ ਟੀਆ ਤੇ ਐਨਾ ਜਿਹੜੇ ਬੱਚੇ ਹੈਗੇ ਨੇ ਉਹਨਾਂ ਦਾ ਗਾਣਾ ਤੇ ਹੈਰੀ ਪੱਟੀ ਸਾਹਿਬ ਵੱਲੋਂ ਡਾਇਰੈਕਟ ਕੀਤਾ ਹੋਇਆ ਇਹਦੇ ਬਾਰੇ ਮੈਂ ਸਾਰੀ ਵੀ ਜਾਣਕਾਰੀ ਥੋੜੀ ਦੇਰ ਦੇ ਵਿੱਚ ਦਿੰਦਾ ਤੁਹਾਨੂੰ ਕਿਉਂਕਿ ਜਿਹੜਾ ਇਹ ਗਾਣਾ ਹੈ ਇਹ ਗਾਣਾ ਮੈਸੇਜ ਵਾਲਾ ਇੱਕ ਗਾਣਾ ਹੈ ਦੋਸਤੋ ਜ਼ਰੂਰ ਸੁਣੋ ਇਸ ਗਾਣੇ ਨੂੰ ਇਸ ਗਾਣੇ ਦੇ ਵਿੱਚ ਬੜਾ ਕੁਝ ਜਿਹਨੂੰ ਕਹਿੰਦੇ ਹੁੰਦੇ ਨੇ ਬੜਾ ਕੁਝ ਸਿੱਖਣ ਵਾਲਾ ਤੇ ਇਹ ਗਾਣੇ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ ਸਤਵੀਰ ਸਾਹਿਬ ਸਾਡੇ ਨਾਲ ਜੁੜੇ ਨੇ ਦੁਬਾਰਾ ਉਹਨਾਂ ਨਾਲ ਗੱਲਬਾਤ ਕਰੀ ਹਾਂਜੀ ਸਤਵੀਰ ਜੀ ਸਤਿ ਸ਼੍ਰੀ ਅਕਾਲ ਗਾਣਾ ਗਲਤ ਪਲੇ ਹੋ ਗਿਆ ਮੈਨੂੰ ਵੀ ਲੱਗਿਆ ਸੀਗਾ ਦੁਬਾਰਾ ਦੱਸੋ ਕਿਹੜਾ ਗਾਣਾ ਸੀ ਸੁਪਨੇ ਸੱਚ ਹੋਵਣ ਨਹੀਂ 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 ਗੁੱਸੇ ਨਹੀਂ ਹੁੰਦੇ ਉਹਨਾਂ ਦੀ ਖਾਸੀਅਤ ਇਹੀ ਹੈ ਸੁਪਨੇ ਦੁਬਾਰਾ ਬੋਲੋ ਸੁਪਨੇ ਲਓ ਤੁਹਾਡੇ ਵੱਲੋਂ ਅਸੀਂ ਮਾਫ਼ੀ ਮੰਗ ਲੈਂਦੇ ਹਾਂ ਵੀ ਤੁਸੀਂ ਨਹੀਂ ਲਵਾਇਆ ਉਹ ਸਾਡੇ ਤੋਂ ਗਲਤੀ ਹੋ ਗਈ ਲਓ ਹੁਣ ਹੀ ਲਾ ਦਿੰਦੇ ਹਾਂ ਹੁਣ ਹੀ ਲਾ ਦਿੰਦੇ ਆ ਜਾਓ ਆਪਾਂ ਨਾਰਾਜ਼ ਨਹੀਂ ਕਰਨਾ ਕਿਸੇ ਨੂੰ ਕਿਆ ਬਾਤ ਹੈ ਕਿਆ ਬਾਤ ਹੈ ਗੱਲ ਦੀ ਕਮਾਲ ਕਰਦੀ ਕਿਆ ਬਾਤ ਹੈ ਚਲਦੇ ਅਗਲੀ ਕਾਲ ਦੇ ਵੱਲ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਥੈਂਕ ਯੂ ਸਰ ਥੈਂਕ ਯੂ ਮੈਨੂੰ ਬੜਾ ਵਧੀਆ ਲੱਗਿਆ ਤੁਸੀਂ ਧੀਆਂ ਦੀ ਗੱਲ ਕੀਤੀ ਅੱਜ ਕਿਉਂਕਿ ਡਾਟਰ ਡੇ ਸੀ ਧੀਆਂ ਦਾ ਦਿਨ ਸੀ ਹਾਂਜੀ ਥੈਂਕ ਯੂ ਭਾਜੀ ਥੈਂਕ ਯੂ ਪੁੱਤਰ ਵੰਡੀਆਂ ਪਾਉਂਦੇ ਨੇ ਧੀਆਂ ਦੁੱਖ ਬਣਾਉਂਦੀਆਂ ਨੇ ਸਹੀ ਗੱਲ ਹੈ ਕਿਆ ਬਾਤ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਭਾਜੀ ਬਿਲਕੁਲ 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 ਦੋਸਤੋ ਤੇ ਮੈਨੂੰ ਲੱਗਦਾ ਮੈਂ ਸਹੀ ਗਾਣਾ ਚਲਾਇਆ ਹੈਗਾ ਤੇ ਬਿਲਕੁਲ ਭਾਜੀ ਕਾਲ ਕਰਕੇ ਜ਼ਰੂਰ ਦੱਸਣਾ ਵੀ ਤੁਹਾਨੂੰ ਗਾਣਾ ਸਹੀ ਚਲਾਇਆ ਸੀਗਾ ਤੇ ਬਿਲਕੁਲ ਸੁਣ ਰਹੇ ਹੋ ਸਾਂਝ ਰੇਡੀਓ ਟੋਰਾਂਟੋ ਤੇ ਇੱਕ ਗਾਣਾ ਹੋਰ ਹੈ ਦੋਸਤੋ ਇਹ ਗਾਣੇ ਚਲਾਉਣ ਦਾ ਕਾਰਨ ਕੀ ਹੈ ਸਾਡੇ ਸਰੋਤੇ ਕਹਿਣਗੇ ਵੀ ਅੱਗੇ ਗਾਣੇ ਚਲਾਉਂਦੇ ਨੇ ਅੱਜ ਗਾਣੇ ਚਲਾਈ ਜਾਂਦੇ ਨੇ ਇਹਨਾਂ ਗਾਣਿਆਂ ਦੇ ਵਿੱਚ ਕਾਫੀ ਬੋਲ ਜਿਹੜੇ ਮੇਰੇ ਕੋਲ ਨਹੀਂ ਹੈਗੇ ਕਾਫੀ ਚੀਜ਼ਾਂ ਨੇ ਮੇਰੇ ਕੋਲ ਨਹੀਂ ਹੈਗੀਆਂ ਉਹ ਗੱਲਾਂ ਪਰ ਉਹ ਲਿਖਾਰੀਆਂ ਨੇ ਲਿਖੀਆਂ ਨੇ ਨਾ ਇੱਕ ਬੜਾ ਪਿਆਰਾ ਗਾਣਾ ਆਬਾਂ ਦੇ ਦੇਸੋ ਇਹ ਗਾਣੇ ਚਲਾਉਣ ਦਾ ਮੇਰਾ ਸਭ ਤੋਂ ਵੱਡਾ ਕਾਰਨ ਇਹ ਹੈ ਇਹ ਮੈਸੇਜ ਜਾਣਾ ਚਾਹੀਦਾ ਇਹ ਥੈਂਕ ਯੂ ਦਾ ਮੈਸੇਜ ਜਾਣਾ ਚਾਹੀਦਾ ਇਹ ਗਾਣੇ ਦੇ ਵਿੱਚ ਬੜਾ ਵਧੀਆ ਥੈਂਕ ਯੂ ਕਰਿਆ ਹੋਇਆ ਅਮਰਿੰਦਰ ਗਿੱਲ ਸਾਹਿਬ ਵੱਲੋਂ ਆਓ ਸੁਣੀ ਜੀ 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 ਜੀ
ਗਾਣਾ ਤੁਹਾਨੂੰ ਪੂਰਾ ਸੁਣਾਉਣੇ ਸੋਰੀ ਗਾਣਾ ਤੁਹਾਨੂੰ ਦੁਬਾਰਾ ਸੁਣਾਉਣੇ ਆ ਸ਼ਾਇਦ ਗਲਤ ਗਾਣਾ ਪਲੇ ਹੋ ਗਿਆ ਗਾਣਾ ਉਹ ਵੀ ਬੜਾ ਕਮਾਲ ਦਾ ਹੈਗਾ ਦਾਣਾ ਪਾਣੀ ਪਰ ਮੈਂ ਜਿਹੜਾ ਗਾਣਾ ਪਲੇ ਕਰਨ ਲੱਗਿਆ ਸੀਗਾ ਆਓ ਸੁਣ ਲਈ ਕੁੜੀਆਂ ਚੱਲ ਆਈਆਂ ਦੂਰ ਮਾਂ ਵਿੱਚ ਰੁੜ ਗਏ ਸੋਹਣੇ ਹੁਸਨਾ